ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਫਤ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਵਾਡਾ 247 ਦੇ YouTube ਚੈਨਲ ਤੇ ਤੇ ਵਾਚੋ ਕਿਨੇ ਜੀ 4 4 ਵਜੇ ਦੀ ਆਪਣੀ ਪੰਜਾਬ ਜੀਕੇ ਦੀ ਕਲਾਸ ਤੇ ਇਹ ਪੰਜਾਬ ਜੀਕੇ ਦੀ ਕਲਾਸ ਜਿੰਨੇ ਵੀ ਸਰਕਾਰੀ ਪੇਪਰ ਆਉਣਾਂ ਨੇ 2023 ਦੇ ਪਟਵਾਰੀ ਕਹੋ ਐਕਸਾਈਨ ਇੰਸਪੈਕਟਰ ਕਹੋ ਪੰਜਾਬ ਪੁਲਿਸ ਕਹੋ ਨਾਇਬ ਤਸੀਦਾਰ ਕਹੋ ਵੀਡੀਓ ਕਹੋ ਕਲਰਕ ਕਹੋ ਜਿੰਨੇ ਵੀ ਆਉਣੇ ਉਹਨਾਂ ਸਾਰਿਆਂ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ ਵਾਲੀ ਕਲਾਸ ਤੇ ਲੋ ਜੀ ਕਰਦੇ ਆ ਸ਼ੁਰੂਆਤ ਸਫਲਤਾ ਦੇ ਰਾਹ ਦੀ ਹੁਣ ਪੰਜਾਬ ਜੀਕੇ ਇੰਪੋਰਟੈਂਟ ਕਿੰਨੀ ਆ ਇੱਕ ਵਾਰ ਪਹਿਲੀ ਗੱਲ ਤਾਂ ਮੇਰੀ ਗੱਲ ਮੰਨ ਲਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਦਾ 1/5th ਮਤਲਬ 20% ਇਹ ਜਿਹੜਾ ਉਹ ਸਬਜੈਕਟ ਨੇ ਕਵਰ ਕਰਨਾ ਪਹਿਲੀ ਗੱਲ ਦੂਜੀ ਗੱਲ ਇੱਕ ਵਾਰ ਸਿਲੇਬਸ ਤੇ ਝਾਤੀ ਮਾਰ ਲਿਓ ਆਪਣੇ ਆਪ ਤਾਂ ਲੱਗ ਜਾਊਗਾ ਕਿ ਕਿੰਨੀ ਜ਼ਰੂਰਤ ਹੈ ਇਸ ਚੀਜ਼ ਦੀ ਦੇਖੋ ਦੋ ਚੀਜ਼ਾਂ ਹੁੰਦੀਆਂ ਕਿ ਤੱਕ ਕਿੰਨੀ ਪੋਰਸ਼ਨ ਕਿਸੇ ਸਬਜੈਕਟ ਦਾ ਆਉਣਾ ਐਗਜ਼ਾਮ ਦੇ ਵਿੱਚ ਉਹ ਕਿੰਨਾ ਆ ਦੂਜੇ ਨੰਬਰ ਤੇ ਉਹ ਕਿੰਨਾ ਈਜ਼ੀਲੀ ਕਵਰ ਹੋ ਸਕਦਾ ਦੋ ਚੀਜ਼ਾਂ ਜੀ ਸੋਚ ਕੇ ਚਲੋ ਜੇ 20 ਕੁਐਸਚਨ 22 ਕੁਐਸਚਨ ਇੱਕ ਵਾਰ ਕਵਰ ਹੋ ਗਏ ਮਗਰ ਕੀ ਰਹੇਗਾ ਜੀ ਇਹ ਤਾਂ ਬਹੁਤ ਈਜ਼ੀ ਹੋ ਜਾਊਗਾ ਤੇ ਲੋ ਜੀ ਆਪਾਂ ਕਰਦੇ ਹਾਂ ਇਸ ਕਲਾਸ ਨੂੰ ਸਟਾਰਟ ਅੱਜ ਹੈਗੇ ਆਪਣੇ ਕੋਲੇ ਕਲਾਸ ਨੰਬਰ 13 ਜੇ ਤੋ ਪਹਿਲਾਂ 12 ਕਲਾਸਾਂ ਨਹੀਂ ਲਾਈਆਂ ਤਾਂ ਉਹ ਵੀ ਇੱਕ ਵਾਰ ਜ਼ਰੂਰ ਲਾ ਲਿਓ ਹਾਂਜੀ ਸਾਰਿਆਂ ਨੂੰ ਸੱਸੀ ਕਾਲਾ ਜੀ ਗੁੱਡ ਈਵਨਿੰਗ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਰਦੀ ਕਲਾਚ ਹੋਵੋਗੇ ਤੇ ਲੋ ਜੀ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਪਲੱਸ ਇਸ ਕਲਾਸ ਦੀ ਪੀਡੀਐਫ ਕਿੱਥੋਂ ਮਿਲਣੀ ਆ ਇਹ ਅੱਡਾ ਦੀ ਐਪ ਹੈ ਜੀ ਸਾਡੇ ਅੱਡਾ ਦੀ ਐਪ ਦਾ ਲਿੰਕ ਆ ਇਸ ਲਿੰਕ ਤੇ ਜਾ ਕੇ ਤੁਸੀਂ ਐਪ ਨੂੰ ਇੰਸਟਾਲ ਕਰ ਲਿਓ ਕਿਵੇਂ ਲੱਭਣਾ ਹੈ ਲਿੰਕ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰ ਜਿਵੇਂ ਆਪਣੀ ਹੁਣ ਵੀਡੀਓ ਚੱਲ ਰਹੀ ਆ ਆ ਦੇਖੋ ਆਪਣੀ ਵੀਡੀਓ ਚੱਲ ਰਹੀ ਆ ਇਸ ਵੀਡੀਓ ਦੇ ਥੱਲੇ ਦਿੱਤਾ ਹੋਇਆ ਸ਼ੋ ਮੋਰ ਇੱਥੇ ਜਾਓ ਇੱਥੇ ਜਾ ਕੇ ਲਿਖਿਆ ਮਿਲਣਾ ਦੇਖੋ ਫਤਿਹ ਸਰ ਵਾਲਾ ਲਿੰਕ ਹੈਗਾ ਜੀ ਡਾਊਨਲੋਡ ਅਰ ਅੱਡਾ 247 ਐਪ ਲਿੰਕ ਫਤਿਹ ਸਰ ਇਸ ਤੇ ਕਲਿੱਕ ਕਰੋ ਇੱਥੇ ਜਾ ਕੇ ਫਿਰ ਕਮਿਊਨਿਟੀ ਬਣਨੀ ਉਹ ਕਮਿਊਨਿਟੀ ਕਿਵੇਂ ਮਿਲਣੀ ਆ ਉਹ ਤੁਹਾਨੂੰ ਮੈਂ ਦਿਖਾਉਂਗਾ ਜਦੋਂ ਕਲਾਸ ਦੇ ਐਂਡ ਤੇ ਆਪਾਂ ਪਹੁੰਚਾਂਗੇ ਉਸ ਉਹ ਦਿਖਾਉਂਗਾ ਵੀ ਕਿੱਥੇ ਕਮਿਊਨਿਟੀ ਹੁੰਦੀ ਹੈ ਤੇ ਕਿੱਥੋਂ ਤੁਸੀਂ ਇਸ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਐਪ ਆਪਣੀ ਇੱਥੋਂ ਇੰਸਟਾਲ ਹੋਣੀ ਆ ਤੇ ਚਲੋ ਫਿਰ ਅ ਇਹਦੇ ਨਾਲ ਹੀ ਅ ਸ਼ਨੀਵਾਰ ਨੂੰ 6 ਮਈ ਨੂੰ ਆਪਣੀ ਇੱਕ ਬਹੁਤ ਹੀ ਇੰਪੋਰਟੈਂਟ ਮੈਰਾਥਨ ਆ ਰਹੀ ਹੈ ਜੀ 2.5 ਤੋਂ 3 ਘੰਟੇ ਦੀ ਹੋਊਗੀ ਪੰਜਾਬ ਜੀਕੇ ਦੀ ਸਿਲੈਕਸ਼ਨ ਮੈਰਾਥਨ ਇਹਦਾ ਨਾਮ ਆ ਮਤਲਬ ਤੁਹਾਡੇ ਲਈ ਜਿਹੜੇ ਰੈਗੂਲਰ ਬੱਚੇ ਪੜ੍ਹਦੇ ਨੇ ਉਹਨਾਂ ਦੀ ਰਿਵੀਜ਼ਨ ਹੋ ਜਾਊਗੀ ਜਿਹੜੇ ਪ विद द टाइमर ਹੋਊਗੀ ਮਤਲਬ ਟਾਈਮ ਲੱਗਾ ਹੋਊਗਾ ਇਸ ਕਲਾਸ ਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ ਤੁਸੀਂ ਜ਼ਰੂਰ ਇਹਨੂੰ ਜੁਆਇਨ ਕਰਨਾ ਤੇ ਨਾਲ ਨਾਲ ਆਪਣੇ ਅੰਕੁਸ਼ਰ ਵੀ 7 ਮਈ ਨੂੰ ਲੈ ਕੇ ਆ ਰਹੇ ਨੇ 5 ਵਜੇ ਮੈਰਾਥਨ ਇਹਨਾਂ ਦੀ ਕਲਾਸ ਨੂੰ ਵੀ ਜ਼ਰੂਰ ਦੇਖਣਾ ਆ ਆਪਣਿਆਂ ਲਈ ਹੋਊਗੀ ਜੀ 4 ਵਜੇ ਸਰ ਵਾਲੀ ਹੋਊਗੀ 5 ਵਜੇ ਆਪਣੇ ਲਈ 6 ਨੂੰ ਇਹਨਾਂ ਦੀ 7 ਨੂੰ ਇਹਦੇ ਨਾਲ ਨਾਲ ਇੱਕ ਵਾਰ ਇਹਨਾਂ ਸਟੂਡੈਂਟ ਦੇ ਨਾਮ ਤੇ ਤਾੜੀ ਲਾਓ ਜੀ ਇਹ ਸਟੂਡੈਂਟ ਹੋ ਉਹਨੇ ਜਿਨ੍ਹਾਂ ਨੇ ਫੋਰੈਸਟ ਗਾਰਡ ਦਾ ਐਗਜ਼ਾਮ ਕਲੀਅਰ ਕੀਤਾ ਇਹਨਾਂ ਵਿੱਚ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆ ਚੁੱਕੇ ਨੇ ਕਿ ਸਰ ਸਾਡਾ ਜੀ ਫਿਜ਼ੀਕਲ ਵੀ ਕਲੀਅਰ ਹੋ ਗਿਆ ਬਾਕੀਆਂ ਦੀ ਮੈਂ ਵੇਟ ਕਰ ਰਿਹਾ ਹਾਂ ਪੰਜਾਬ ਵੱਡਾ ਦੀ ਟੀਮ ਰਾਹੀਂ ਪੜੇ ਨੇ ਹੋਰ ਵੀ ਇਦਾਂ ਦੇ ਬਹੁਤ ਸਾਰੇ ਨਾਮ ਨੇ ਜਿਹੜੇ ਪੰਜਾਬ ਵੱਡਾ ਤੋਂ ਪੜੇ ਨੇ ਜਿਨ੍ਹਾਂ ਨਾਲ ਸਾਡਾ ਕੰਟੈਕਟ ਨਹੀਂ ਹੋ ਪਾਰਿਆ ਇਹਨਾਂ ਨੇ ਸਾਨੂੰ ਆਪ ਮਿਹਨਤ ਕਰਕੇ ਲੱਭ ਲਿਆ ਤੇ ਆਪ ਦਾ ਨਾਮ ਤੇ ਮੈਸੇਜ ਸਾਨੂੰ ਦੱਸ ਦਿੱਤੇ ਸੀਗੇ ਲਓ ਜੀ ਅੱਗੇ ਵਧਦੇ ਆਪਾਂ ਇੱਕ ਵਾਰ ਇਹਨਾਂ ਦੇ ਨਾਂ ਤੇ ਤਾੜੀਆਂ ਲਾ ਦਿਓ ਤੇ ਲਓ ਜੀ ਕੁਐਸਚਨ ਸਾਡੇ ਕੋਲੇ ਪਹਿਲਾ ਆ ਚੁੱਕਾ ਹੈ ਓਹੋ ਉਹ ਤਾਂ ਆਨਸਰ ਹੀ ਆ ਗਿਆ ਲੋਜੀਕਲ ਕੋ ਪਹਿਲਾ ਕੁਸ਼ਣ ਪਹਿਲਾ ਕੁਸ਼ਣ ਕੀ ਆ ਵਿਚ ਫੈਸਟੀਵਲ ਆਫ ਦਾ ਪੰਜਾਬ ਇਜ਼ ਸੈਲੀਬ੍ਰੇਟਡ ਔਨ ਦਾ ਫੁੱਲ ਮੂਨ ਕਾਰਤਿਕ ਕਹਿੰਦੇ ਜਦੋਂ ਅਕਤੂਬਰ ਨਵੰਬਰ ਮਤਲਬ ਫੁੱਲ ਮੂਨ ਕਾਰਤਿਕ ਹੁੰਦਾ ਆ ਬਗੈਣਾ ਕਾਰਤਿਕ ਦੀ ਫੁੱਲ ਮੂਨ ਕਾਰਤਿਕ ਉਸ ਟਾਈਮ ਦੇ ਉੱਤੇ ਕਿਹੜੇ ਤਿਹਾਰ ਨੂੰ ਮਨਾਇਆ ਜਾਂਦਾ ਹੈ ਹਾਂਜੀ ਕੱਲ ਨਹੀਂ ਸੀ ਕਲਾਸ ਲੱਗੀ ਕੱਲ ਥੋੜਾ ਜਿਹਾ ਮੈਂ ਬਾਹਰ ਸੀ ਕਿਤੇ हां मैं तो वैसे पूरा ही बार से कर लेकिन आ, कम सी कोई लो जी आंसर की ਸਾਡੇ ਕੋਲੇ ਗੁਰਪੁਰਬ ਆਪਾਂ ਕਹਿੰਦੇ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੋਇਆ ਸੀ ਤਾਂ ਕਰਕੇ ਸੀ ਇਸ ਤਿਹਾਰ ਨੂੰ ਕੀ ਕਹਿੰਦੇ ਆ ਗੁਰਪੁਰਬ ਦੇ ਨਾਮ ਨਾਲ ਜਾਣਦੇ ਹਾਂ ਲੋ ਜੀ ਅਗਲਾ ਕੁਐਸਚਨ ਪੜ੍ਹ ਲਓ ਇਨ ਪੰਜਾਬ ਪੰਜਾਬ ਦੇ ਵਿੱਚ ਸਾਈਟ ਆਫ ਪੈਲੋਲੀਥਿਕ ਏਜ ਆਰ ਫਾਊਂਡ ਇਨ ਦਾ ਵੈਲੀ ਰੀਵਰ ਆਫ ਇੰਡੀਆ ਜਾਜੂ ਵੇਸੇ ਪੰਜਾਬ ਚ ਤਾਂ ਸੋਨ ਰੀਵਰ ਸਮ ਚਲੋ ਫਿਰ ਵੀ ਪੈਲੋਲੀਥਿਕ ਇਹਨਾਂ ਜੋ ਵੈਸੇ ਪੈਲੋਲੀਥਿਕ ਏਜ ਦੇ ਵਿੱਚ ਮਤਲਬ ਕਿਹੜੀ ਸੀਗੀ ਇੰਡੀਆ ਆਊਗਾ ਤੇ ਪੰਜਾਬ ਇਜ਼ ਨਾਟ ਅ ਗੁੱਡ ਵਰਡ ਅਸੀਂ ਇੰਡੀਆ ਦਾ ਹੀ ਲਾਵਾਂਗੇ ਇੰਡੀਆ ਭਾਰਤ ਕਿੱਥੇ ਕਹਿੰਦੇ ਸਾਨੂੰ ਪੈਲੋਲੀਥਿਕ ਦੇਖੋ ਸਾਡੇ ਕੋਲ ਕਿਹੜੀਆਂ ਕਿਹੜੀਆਂ ਏਜਾਂ ਹੋਈਆਂ ਸੀਗੀ ਇੱਕ ਤਾਂ ਪੈਲੋਲੀਥਿਕ ਏਜ ਹੋਗੀ ਸਾਡੇ ਕੋਲੇ ਇੰਡਸ ਵੈਲੀ ਸਿਵਿਲੇਸ਼ਨ ਇਹ ਆਈ ਸੀਗੀ ਤੇ ਇੱਥੇਗਾ ਪੈਲੋਲੀਥਿਕ ਸੋਨ ਰਿਵਰ ਜਿਹੜੇ ਉਹ ਸ਼ੈਤਾਨ ਨੇ ਜਿਨ੍ਹਾਂ ਨੇ ਮੇਰੇ ਮੂੰਹ ਚੋਂ ਸ਼ਬਦ ਚੱਕ ਲੈ ਤੇ ਆਨਸਰ ਕਰਦਾ ਤਾਂ ਉਹ ਬਾਲੇ ਤੇਜ ਨੇ ਜੀ ਠੀਕ ਆ ਉਹ ਬਾਲੇ ਹੀ ਤੇਜ ਨੇ ਆਪਣੇ ਮੂੰਹ ਤੇ ਮੇਰੇ ਚੋਂ ਆਨਸਰ ਨਿਕਲੇਗੇ ਸੀਗਾ ਮੈਂ ਪਾ ਸਾਡੇ ਕੋਲੇ ਆ ਰਹੀ ਸੋਨ ਰਿਵਰ ਇਸ ਏਰੀਆ ਦੇ ਵਿੱਚ ਦੇਖੋ ਜਿਹੜਾ ਆਪਣਾ ਇਹ ਵਾਲਾ ਏਰੀਆ ਨਾ ਇੱਥੇ ਤਾਂ ਸਾਡੇ ਕੋਲੇ ਆ ਗਏ ਸੀਗੇ ਇੰਡਸ ਵੈਲੀ ਸਿਵਿਲੇਸ਼ਨ ਪੈਲੋਲੀਥਿਕ ਤੋਂ ਪਹਿਲਾਂ ਸੀਗਾ ਪੈਲੀਓਲਿਥਿਕ ਬਹੁਤ ਪੁਰਾਣਾ ਯੁੱਗ ਸੀਗਾ ਉਸ ਯੁੱਗ ਦੇ ਵਿੱਚ ਸਾਡੇ ਕੋਲ ਜਿਹੜਾ ਸਾਊਥ ਇੰਡੀਆ ਦੇ ਕੁਝ ਕੁ ਸਾਈਟ ਹੈਗੀਆਂ ਸੀਗੀਆਂ ਜਿਵੇਂ ਬੀਮਵੇਟ ਕਾ ਵਗੈਰਾ ਹੋਗੀਆਂ ਇੱਥੇ ਸਾਨੂੰ ਕਾਫੀ ਸਾਰੀਆਂ ਜਿਹੜੀਆਂ ਉਹ ਉਹਨਾਂ ਦੀਆਂ ਸਾਈਟ ਮਿਲਦੀਆਂ ਨੇ ਪੈਲੀਓਲਿਥਿਕ ਏਜ ਦੀਆਂ ਲੋਜੀ ਅਗਲਾ ਕੁਐਸਚਨ ਆਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੱਕ ਹੀ ਕੰਦਾ ਕਹਿੰਦੇ ਹੂ ਹੈਜ਼ ਆਥਰਡ ਕਿਹੜਾ ਰਾਈਟਰ ਹੈ ਦਾ ਬੁੱਕ ਬੁੱਕ ਦਾ ਟਾਈਟਲ ਕੀ ਹੈ ਸਾਡੇ ਕੋਲੇ ਬਰੇਵ ਹਾਰਟਸ ਆਫ ਦਾ ਭਾਰਤ ਭਾਰਤ ਦੇ ਬਰੇਵ ਹਾਰਟ ਬਿਗਨਰਸ ਫਰੋਮ ਦਾ ਇੰਡੀਅਨ ਹਿਸਟਰੀ ਲੋਜੀ ਬਿਗਨਰਸ ਫਰਮ ਦਾ ਇੰਡੀਅਨ ਹਿਸਟਰੀ ਇਸ ਬੁੱਕ ਦੇ ਰਾਈਟਰ ਕੋਣ ਦੇਖੋ ਕਿਤਾਬਾਂ ਵਾਲੇ ਕੁਐਸਚਨ ਬਣ ਜਾਂਦੇ ਨੇ ਚਾਹੇ ਉਹ ਹਿਸਟਰੀ 'ਚ ਹੋਣ ਚਾਹੇ ਉਹ ਕਰੰਟ ਦੇ ਵਿੱਚ ਹੋਣ ਤੁਹਾਨੂੰ ਉਦਾਂ ਦੇ ਹੀ ਕੁਐਸਚਨ ਕਰਾਏ ਜਾਣਗੇ ਜਿਹੜੀ ਐਗਜ਼ਾਮ 'ਚ ਆਉਣ ਦੇ ਚਾਂਸ ਹੈਗੇ ਆ ਤੇ ਸਿੰਪਲ ਜੀ ਗੱਲ ਇਹ ਵੀ ਆ ਜੇ ਤੁਸੀਂ ਰੈਗੂਲਰ ਕਲਾਸ ਲਾਉਂਗੇ ਬਹੁਤ ਸਾਰੇ ਬੱਚੇ ਇਦਾਂ ਦੇ ਦੇਖੋ ਤੁਹਾਡੇ 'ਚ ਰਿਜ਼ਲਟ ਆਉਣਾ ਦੇ ਦੋ ਤੁਸੀਂ ਕਹਿੰਦਾ ਕਿ ਹਾਂ ਪੱਕੀ ਗੱਲ ਆ ਜੀ ਫਤਿਹ ਸਰ ਕੋਲੋਂ ਪੜੇ ਸੀਗੇ ਤੇ ਸਾਨੂੰ ਫਾਇਦਾ ਹੋਇਆ ਹੁਣ ਫੋਰੈਸਟ ਗਾਰਡ ਵਾਲੇ ਜਿਹੜੇ ਬੱਚੇ ਆ ਉਸ ਟਾਈਮ ਦੇ ਉੱਤੇ 23 ਕੁਐਸਚਨ ਪੰਜਾਬ ਜੀ ਕੀ ਰਹਿ ਸੀਗੇ 100 ਦੇ ਵਿੱਚੋਂ 2 120 ਹੀ ਸੀ ਨਾ ਉਹ 120 ਸ਼ਾਇਦ ਕੁਐਸਚਨ ਸੀਗੇ ਮਤਲਬ 23 ਕੁਐਸਚਨ ਆਗੇ ਸੀਗੇ ਤੇ 23 ਦੇ 23 ਉਹ ਸਹੀ ਕਰਕੇ ਆਏ ਸੀਗੇ ਮਤਲਬ ਉਹਨਾਂ ਨੇ ਕਾਫੀ ਇੱਕ ਹਿੱਸਾ ਵਧੀਆ ਪੇਪਰ ਦਾ ਜਿਹੜਾ ਸੀਗਾ ਉਹ इजीली ਆਪਣਾ ਸਹੀ ਕਰ ਲਿਆ ਸੀਗਾ ਬਾਕੀ ਮਗਰ ਰਹਿ ਗਿਆ ਸੀਗਾ ਕੁਝ ਵੀ ਨਹੀਂ ਸੀਗਾ ਉਹਨਾਂ ਨੇ ਸਹੀ ਕਰ ਲਿਆ ਸੀਗਾ ਲੋ ਜੀ ਇਹ ਅਨਸਰ ਹੈਗੇ ਸਾਡੇ ਕੋਲ ਰਾਮਚਰਨ ਗੋਹਾਜੀ ਇੱਕ ਆਪਸ਼ਨ ਹੈਗਾ ਆਰ ਐਸ ਸ਼ਰਮਾ ਜੀ ਹੈਗੇ ਨੇ ਵਿਪਨ ਚੰਦਰ ਹੈਗੇ ਜਾਂ ਫਿਰ ਵਿਕਰਮ ਸੰਪਤ ਹੋਗਾ ਜੀ ਵਿਕਰਮ ਸੰਪਤ ਵਿੱਚ ਦਾ கரੈਕਟ ਆਨਸਰ ਜਿਹਨਾਂ ਨੇ ਵਿਪਨ ਚੰਦਰ ਲਾਇਆ ਤੁਸੀਂ ਭਾਈ ਮਾਡਰਨ ਹਿਸਟਰੀ ਵਾਲੀ ਕਿਤਾਬ ਨਹੀਂ ਪੜ ਰਹੇ ਇਹ ਕੁਐਸਚਨ ਹੋਰ ਸੀਗਾ ਦੇਖੋ ਇਸ ਬੁੱਕ ਦਾ ਨਾਮ ਨਾਲ ਉਹਨਾਂ ਦੇ ਰਾਈਟਰ ਦਾ ਨਾਮ ਵੀ ਹੈਗਾ ਸਾਡੇ ਕੋਲੇ ਕੀ ਹੈ ਸਾਡੇ ਕੋਲੇ ਰਾਈਟਰ ਦਾ ਨਾਮ ਵੀ ਦਿੱਤਾ ਗਿਆ ਹੈ ਆ ਚੱਕੋ ਜੀ ਵਿਪਨ ਸੰਪਤ ਦਨ ਕਲੀਅਰ ਹੈ ਕੁਝ ਲੱਗ ਰਿਹਾ ਨਾ ਮੈਂ ਦੇਖੋ ਇੱਕ ਚੀਜ਼ ਹੁੰਦੀ ਇੱਥੇ ਬਹੁਤ ਸਾਰੇ ਬੱਚੇ ਮੈਨੂੰ ਲੱਗਦਾ ਇਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਇੱਥੇ ਕੁਐਸਚਨ ਸਹੀ ਹੋਣਾ ਖੁਸ਼ ਹੋ ਕੇ ਕਰਦੇ ਰਹਿੰਦੇ ਨੇ ਜੇ ਕਿਤੇ ਡਾਊਟ ਆ ਗਿਆ ਕਲਾਸ ਛੱਡ ਕੇ ਚਲੇ ਜਾਂਦੇ ਨੇ ਕਿ ਸਰ ਛੱਡੋ ਔਖਾ ਕੁਐਸਚਨ ਪਰ ਇੱਕ ਗੱਲ ਨੋਟ ਕਰਿਓ ਤੁਹਾਨੂੰ ਨੌਕਰੀ ਸਪੀਡ ਰਿਪਲੇਸ ਵੀ ਨਹੀਂ ਦੇਣੀ ਆ ਮੈਂ ਜਸਟ ਤੁਹਾਨੂੰ ਪ੍ਰੈਕਟਿਸ ਕਰਾਉਣੀ ਆ ਤੇ ਜੇ ਕੋਈ ਵੀ ਸਵਾਲ ਗਲਤ ਨਿਕਲਦਾ ਕੁਐਸਚਨ ਗਲਤ ਨਿਕਲਦਾ ਆ ਉਹਨੂੰ ਐਜ਼ ਅ ਪੋਜ਼ਿਟਿਵ ਚੀਜ਼ ਲਿਆ ਕਰੋ ਕਿ ਅੱਛਾ ਸਾਨੂੰ ਅੱਜ ਨਵੀਂ ਚੀਜ਼ ਆ ਵੀ ਸਿੱਖਣ ਨੂੰ ਮਿਲੀ ਆ ਉਹਨੂੰ ਆਪਦੇ ਨੋਟਸ ਦੇ ਵਿੱਚ ਐਡ ਆਨ ਕਰ ਲਿਆ ਕਰੋ ਕਿਹੜੇ ਕਿਹੜੇ ਇਦਾਂ ਦੇ ਸਟੂਡੈਂਟ ਹੈ ਜਿਹੜੇ ਇਹ ਸੋਚ ਕੇ ਕਲਾਸ ਲਾ ਰਹੇ ਨੇ ਕਿ ਹਾਂਜੀ ਅਸੀਂ ਨਵਾਂ ਵੀ ਸਿੱਖਣਾ ਤੇ ਸਾਡੀ ਪੁਰਾਣੀ ਦੀ ਰਿਵੀਜ਼ਨ ਵੀ ਹੋਣੀ ਆ ਇੱਕ ਵਾਰ ਥੰਬਸ ਅਪ ਦਾ ਸਾਈਨ ਕਰ ਦਿਓ ਸਰ ਬਿਲਕੁਲ ਸਹੀ ਆ ਜੀ ਅਸੀਂ ਨਵਾਂ ਸਿੱਖ ਰਹੇ ਆ ਲਓ ਜੀ ਆਪਾਂ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਅਗਲਾ ਕੁਐਸਚਨ ਕਹਿੰਦੇ ਆ ਸ਼ਿਸ਼ਮ ਐਂਡ ਕਿਕਰ ਆਰ ਫਾਊਂਡਡਡ ਇਨ ਦਾ ਸੈਂਚਰੀ ਕਹਿੰਦੇ ਕਿਹੜੀ ਸੈਂਚਰੀ ਦੇ ਵਿੱਚ ਸਾਨੂੰ ਸ਼ਿਸ਼ਮ ਤੇ ਕਿੱਕਰ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਲਓ ਜੀ ਕੁਐਸਚਨ ਦੇਖੋ ਅੱਜ ਠੀਕ ਆ ਕੁਐਸਚਨ ਇੰਪਰੂਵਮੈਂਟ ਹੋ ਰਹੀ ਆ ਬਹੁਤ ਵਧੀਆ ਗੱਲ ਆ ਇੱਕ ਦਿਨ ਦੇਖੋ ਜਦੋਂ ਰਿਜ਼ਲਟ ਆਉਣਾ ਨਾ ਮਜ਼ਾਕ ਨਹੀਂ ਕਰਦਾ ਜਦੋਂ ਰਿਜ਼ਲਟ ਆਉਣਾ ਤੁਸੀਂ ਕਹੋਗੇ ਕਿ ਹਾਂ ਅਸੀਂ ਫਤਿਹਸਦੀ ਕਲਾਸ ਲਾਈ ਆ ਸਾਨੂੰ ਫਾਇਦਾ ਹੋਇਆ ਆ ਐਗਜ਼ਾਮ ਕਲੀਅਰ ਹੋਇਆ ਆ ਸਲਾਹਾਂ ਦਿਆ ਕਰਾਂ ਕਿ ਯਾਰ 4 ਵਜੇ ਕਲਾਸ ਹੁੰਦੀ ਆ ਮਿਸ ਨਾ ਕਰਦੇਓ ਕਿਤੇ ਬਹੁਤ ਜ਼ਰੂਰੀ ਕਲਾਸ ਹੁੰਦੀ ਆ ਸਲਾਹਾਂ ਤੁਹਾਡੇ ਮੂੰਹੋਂ ਹੀ ਤੁਸੀਂ ਮੁੜ ਕੇ ਆਮ ਸਟੂਡੈਂਟਸ ਨੂੰ ਦੇਣੀਆਂ ਨੇ ਆਨਸਰ ਕਰੋ ਇਸ ਕੁਐਸਚਨ ਦਾ ਕਹਿੰਦੇ ਕਿੱਥੇ ਸਾਨੂੰ ਦੇਖਣ ਨੂੰ ਮਿਲਦੀ ਆ ਜੀ ਸ਼ੀਸ਼ਮ ਤੇ ਕਿਕਰਾਂ ਕਿੱਥੇ ਦੇਖਣ ਨੂੰ ਮਿਲਦੀਆਂ ਨੇ ਬੀੜ ਮਹਾਸ ਵਾਈਲਡਲਾਈਫ ਸੈਂਚਰੀ ਬੀੜ ਇਹਨੂੰ ਬੀੜ ਵੀ ਕਹਿੰਦੇ ਬੀੜ ਵੀ ਲਿਖ ਲੈ ਬੀੜ ਪੰਜਾਬੀ ਵਿੱਚ ਬੀੜ ਆਪਾਂ ਇਹਨੂੰ ਕਹਿੰਦੇ ਬੀੜ ਮੋਤੀ ਬਾਗ ਵਾਈਲਡਲਾਈਫ ਸੈਂਚਰੀ ਬੀੜ ਬੁੰਧੇਰੀ ਵਾਈਲਡ ਲਾਈਫ ਸੈਂਚਰੀ ਜਾਂ ਫਿਰ ਹਰੀਕੇ ਵਾਈਲਡ ਲਾਈਫ ਸੈਂਚਰੀ ਇਹ ਵੀ ਇਹ ਵੀ ਇਹ ਵੀ ਕੁਸ਼ਚਨ ਹੋ ਜਿਹੜਾ ਗਲਤ ਹੋਊਗਾ ਇੱਕ ਵਾਰ ਨਾ ਐਂ ਕਰੋ ਤੁਸੀਂ ਜਿਹੜੇ ਵੀ ਸਟੂਡੈਂਟ ਬੈਠਿਆ ਕਲਾਸ ਵਿੱਚ ਜਿਨ੍ਹਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਕਲਾਸ ਨੂੰ ਉਹ ਲਾਈਕ ਜ਼ਰੂਰ ਕਰ ਦਿਓ ਜੀ ਠੀਕ ਹੈ ਉਹ ਲਾਈਕ ਜ਼ਰੂਰ ਕਰ ਦਿਓ ਉਹਨਾਂ ਲਈ ਦੋ ਪਿਆਰੇ ਸ਼ਬਦ ਮੇਰੇ ਵੱਲੋਂ ਜਿਹੜੇ ਮੈਂ ਰੋਜ਼ ਕਹਿਣਾ ਹੁੰਦਾ ਵੀ ਕਾਟੋ ਕਾ ਤੋਂ ਲਾਈਕ ਕਿਉਂ ਨਹੀਂ ਕਰਦੀ ਬਹੁਤ ਸਾਰੇ ਇਦਾਂ ਦੇ ਪਿਆਰੇ ਸਟੂਡੈਂਟ ਆ ਜਿਹੜੇ ਸੁਣ ਕੇ ਹੀ ਲਾਈਕ ਕਰਨਗੇ ਕਿ ਫਤੇ ਸਰ ਨੇ ਕਹਿਤਾ ਹੁਣ ਅਸੀਂ ਲਾਈਕ ਕਰਦੇ ਨੇ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਠੀਕ ਆ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਆਨਸਰ ਹੈ ਸਾਡੇ ਕੋਲ ਆਪਸ਼ਨ ਨੰਬਰ ਸੀ ਵੀਰ ਬੁੰਦੇਰੀ ਵਾਈਲਡ ਲਾਈਫ ਸੈਂਚਰੀ ਹੈ ਕਿੱਥੇ ਆ ਮੈਂ ਦੱਸਾਂ ਸੀਗਾ ਜਿੰਨੀਆਂ ਵੀ ਬੀੜ ਵਾਲੀਆਂ ਨੇ ਜਿਹਨਾਂ ਮੋਰੇ ਬੀੜ ਲੱਗਾ ਵੀਰ ਲੱਗਾ ਉਹ ਲਗਭਗ ਲਗਭਗ ਸਾਨੂੰ ਸਾਲੀਆਂ ਸਾਰੀਆਂ ਨਾਟ ਸਾਰੀਆਂ ਸਾਰੀਆਂ ਪਟਿਆਲੇ ਦੇ ਏਰੀਆ ਜੀ ਦੇਖਣ ਨੂੰ ਮਿਲਦੀਆਂ ਨੇ नियर अबाउट द ਪਟਿਆਲਾ ਏਰੀਆ ਲੇਕਿਨ ਹਾਂ ਇੱਕ ਸਾਡੇ ਕੋਲ ਹੈਗੀ ਆ ਉਹ ਕਿਹੜੀ ਆ ਜੀ ਸਾਡੇ ਕੋਲੇ ਵੀਰ ਅਸ਼ਵਿਨ ਉਹ ਕਿੱਥੇ ਦੇਖਣ ਨੂੰ ਮਿਲਦੀ ਆ ਉਹ ਬਨੂ ਇੱਕ ਵਾਰ ਜ਼ਰੂਰ ਦੱਸ ਦਿਓ ਕਿ ਵੀਰ ਅਸ਼ਵਿਨ ਸਾਨੂੰ ਕਿੱਥੇ ਦੇਖਣ ਨੂੰ ਮਿਲਦੀ ਹੈ ਲਓ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਉਦੋਂ ਪਹਿਲਾਂ ਕਹਿੰਦੇ ਕੁਦਰਤ ਦੀ ਗੱਲ ਚੱਲਦੀ ਆ ਕੁਦਰਤ ਨੂੰ ਦੇਖਣਾ ਬਹੁਤ ਜ਼ਰੂਰੀ ਆ ਦੇਖੋ ਜਿੱਥੇ ਕੁਦਰਤ ਆ ਜਾਵੇ ਨਾ ਬਹੁਤ ਹੀ ਜ਼ਿਆਦਾ ਸੁੰਦਰ ਨਜ਼ਾਰਾ ਹੁੰਦਾ ਹੋਣਾ ਬਹੁਤ ਜ਼ਿਆਦਾ ਸੁੰਦਰ ਨਜ਼ਾਰਾ ਹੁੰਦਾ ਤਾਂ ਹੀ ਕਹਿੰਦੇ ਨੇਚਰ ਨੂੰ ਬਚਾ ਲਓ ਕੁਦਰਤ ਨੂੰ ਬਚਾ ਲਓ ਕਿਉਂਕਿ ਕੁਦਰਤ ਜਦੋਂ ਜਿਹੜੀ ਆਪਣੇ ਰੂਪ ਚ ਹੋਵੇ ਤਾਂ ਸਾਨੂੰ ਸੁੱਖ ਵੀ ਬ ਤੇ ਸਾਡਾ ਲਾਈਵ ਵੀ ਬਹੁਤ ਈਜ਼ੀ ਕਰ ਦਿੰਦੀ ਆ ਦੇਖੋ ਕਿੰਨੇ ਸੋਹਣੇ ਪੰਛੀ ਉੱਤੇ ਲੱਗ ਰਹੇ ਨੇ ਬਟ ਅਸੀਂ ਨੇਚਰ ਨੂੰ ਖਰਾਬ ਕਰਕੇ ਇਹਨਾਂ ਦੀ ਜ਼ਿੰਦਗੀ ਦੇ ਨਾਲ ਨਾਲ ਆਪਣੀ ਜ਼ਿੰਦਗੀ ਨੂੰ ਵੀ ਖਰਾਬ ਕਰ ਦਿੰਦੇ ਆ ਅਗਲਾ ਕੁਐਸਚਨ ਦ ਟਰਮ ਬੁਲੀ ਕਹਿੰਦੇ ਟਰਮ ਆ ਬੁਲੀ ਇਹ ਟਰਮ ਕਾਦੇ ਨਾਲ ਐਸੋਸੀਏਟਡ ਹੈ ਟਰਮ ਬੁਲੀ ਕਾਦੇ ਨਾਲ ਐਸੋਸੀਏਟਡ ਹੈ ক্রিকেট ਦੀ ਗੇਮ ਦੇ ਨਾਲ ਫੁੱਟਬਾਲ ਦੀ ਗੇਮ ਦੇ ਨਾਲ ਹਾਕੀ ਜਾਂ ਫਿਰ ਵਾਲੀਬਾਲ ਮੈਂ ਤੁਹਾਨੂੰ ਲਿਖ ਕੇ ਦਿੰਦਾ ਇੱਥੇ ਠੀਕ ਆ ਉਹ ਲਿਖ ਕੇ ਕੀ ਦੇਣਾ ਕਿ 90% ਬੱਚੇ ਇਸ ਕੁਐਸਚਨ ਨੂੰ ਗਲਤ ਕਰਨਗੇ ਕਿੰਨੇ 90% ਸਟੂਡੈਂਟ ਜਿਹੜੇ ਆ ਉਹ ਗਲਤ ਕਰਨਗੇ ਤੇ ਮਤਲਬ ਉਹਨਾਂ ਦੀ ਕਲੋਨੀ ਤੇ ਨਹੀਂ ਕੱਟੀ ਜਾਣੀ ਫਿਰ ਉਹ ਮੈਂ ਕਹਣਾ ਵੀ ਐ ਨਹੀਂ ਕਲੋਨੀ ਕੱਟੀ ਜਾਣੀ ਐ ਕਲੋਨੀ ਨਹੀਂ ਕੱਟੀ ਜਾਣੀ ਜੇ ਸਾਹਿਬ ਨਾਲ ਤੁਸੀਂ ਉਹਨੂੰ ਕੱਟਣ ਨੂੰ ਫਿਰਦੇ ਹੋ ਜੀ ਹਾਂਜੀ ਦੱਸੋ ਐਸਾ ਬਣਾ ਕਲੋਨੀ ਨਹੀਂ ਕੱਟੀ ਜਾਣੀ ਲਓ ਜੀ ਕੀ ਆ ਕਹਿੰਦੇ ਬੀ ਬੀ ਜਿਹਨਾਂ ਦਾ ਬੀ ਆ ਰ ਆ ਵੈਸੇ ਸੱਚੀ ਗੱਲ ਆ ਗੱਲ ਉਹ ਹੋ ਗਈ ਆਪਸ਼ਨ ਨੰਬਰ ਸੀ ਹੌਕੀ ਹੌਕੀ ਇਜ਼ ਦਾ ਕਰੈਕਟ ਆਨਸਰ ਕਹਿੰਦੇ ਹੌਕੀ ਉਹ ਆ ਜਿੱਥੇ ਸਾਨੂੰ ਇਹ ਬੁਲੀ ਗੇਮ ਜਿਹੜੀ ਬੁਲੀ ਇੱਕ ਟਰਮ ਆ ਦੇਖਣ ਨੂੰ ਮਿਲਦੀ ਬੁਲੀ ਹੁੰਦਾ ਕੀ ਵੈਸੇ ਬਾਲੀਬਾਲ ਨਾ ਨਹੀਂ ਹੁੰਦਾ ਤੁਸੀਂ ਆਪ ਦਾ ਹਿਸਾਬ ਜਿਆ ਨਾਲ ਲਾਓ ਬੁਲੀ ਕੀ ਹੁੰਦਾ ਤੁਸੀਂ ਆ ਦੇਖਿਆ ਹੌਕੀ ਦੇ ਵਿੱਚ ਦਾ ਡੰਡੇ ਜੇ ਮਾਰ ਕੇ ਗੇਮ ਸ਼ੁਰੂ ਕਰਨ ਲੱਗਦੇ ਨੇ ਵੀ ਤੂੰ ਉਧਰ ਚੱਲ ਮੈਂ ਉਧਰ ਆਉਣਾ ਹੈ ਨਾ ਤੇ ਲਓ ਜੀ ਇਹ ਹੈਗੀ ਸਾਡੇ ਕੋਲੇ ਬੁਲੀ ਇੱਕ ਟਰਮ ਆ ਜਿਹੜੀ ਕਿ ਹੌਕੀ ਨਾਲ ਰਿਲੇਟ ਕਰਦੀ ਹੈ ਚੱਲੀਏ ਅਗਲੇ ਕੁਐਸਚਨ ਤੇ हां ਵੀ ਲੱਗ ਰਿਹਾ ਕੁਝ ਹੌਸਲਾ ਜਾ ਅੱਜ ਮੇਰਾ ਟੁੱਟਿਆ ਵੀ ਸਰ ਇਹ ਕੀ ਆ ਗਿਆ ਕੁਐਸਚਨ ਹੀ ਸਾਰੇ ਗਲਤ ਹੋ ਗਏ ਲੋ ਕੋਈ ਨਹੀਂ ਅਗਲਾ ਕੁਐਸਚਨ ਤੁਹਾਨੂੰ ਹੁਣ ਸੌਖਾ ਲੱਗੂ ਕਿਉਂਕਿ ਆਪਾਂ ਅਗਲਾ ਕੁਐਸਚਨ ਲੈ ਕੇ ਆ ਰਹੇ ਆ ਤੁਹਾਡੇ ਬਿਲਕੁਲ ਮਤਲਬ ਦਾ ਅੱਜ ਤੋਂ ਬਾਅਦ ਭੁੱਲਦੇ ਨਹੀਂ ਵੀ ਆ ਠੀਕ ਆ ਜੀ ਮੈਂ ਦੱਸਿਆ ਸੀ ਨਾ ਕਿ 90% ਪਤਾ ਹੁੰਦਾ ਆਪਦੇ ਵਾਲਿਆਂ ਦਾ ਵੀ ਕਿੰਨੇ ਗਾਲੇ ਹੈਗੇ ਆ ਚਲੋ ਜੀ ਅਗਲਾ ਕੁਸ਼ਣ ਇੱਕ ਨਾ ਇਹ ਹੁੰਦਾ ਖੁਲਾਰਾ ਜੀ ਤੁਹਾਨੂੰ ਇਹ ਹਲੂਣ ਦਾ ਰਹਿਣਾ ਕਿ ਚੈੱਕ ਕਰੋ ਤੁਹਾਡਾ ਲੈਵਲ ਕਿੱਥੇ ਆ ਚੈੱਕ ਕਰੋ ਲੈਵਲ ਕਿੱਥੇ ਆ ਤਾਂ ਕਿ ਅਸੀਂ ਪੇਪਰ ਜਾ ਕੇ ਸਿਲੈਕਸ਼ਨ ਲਈ ਇੱਕੋ ਦਿਮਾਗ ਤੇ ਇੱਕ ਫਤੂਰ ਚੜਨਾ ਚਾਹੀਦਾ ਵੀ ਕਿਵੇਂ ਇਸ ਵਾਰ ਪਟਵਾਰੀ ਲੱਗਣਾ ਆ ਕਿਵੇਂ ਇਸ ਵਾਰ ਪਟਵਾਰੀ ਲੱਗਣਾ ਸੀ ਬਸ ਇਹ ਹੀ ਹੋਣਾ ਚਾਹੀਦਾ ਹੈ ਚਲੋ ਕੋਈ ਨਹੀਂ ਪਹਿਲਾਂ ਗਲਤ ਹੋ ਗਿਆ ਕੋਈ ਚੱਕਰ ਨਹੀਂ ਆ ਚੱਕੋ ਕੁਸ਼ਣ ਆ ਹੁਣ ਤੁਹਾਡੇ ਮਤਲਬ ਦਾ ਕੁਸ਼ਣ ਆਗਾ ਕਿ 1947 ਦੇ ਵਿੱਚ ਜਦੋਂ ਆਫਿਸ of education department of punjab was shifted from lahore to ਕਹਿੰਦੇ ਕਿੱਥੇ ਸ਼ਿਫਟ ਕਰ ਦਿੱਤਾ ਗਿਆ ਸੀਗਾ এডਿਕੇਸ਼ਨ ਵਾਲਾ ਹਾਂ ਕਲੋਨੀ ਨਹੀਂ ਕੱਟੀ ਜਾਣੀ ਇਸ ਤਰੀਕੇ ਨਾਲ ਪੱਕੀ ਗੱਲ ਹੈ ਜੀ ਕਲੋਨੀ ਨਹੀਂ ਕੱਟੀ ਜਾਣੀ ਕਿੱਥੇ ਕਹਿੰਦੇ ਸ਼ਿਫਟ ਕਰ ਦਿੱਤਾ ਸੀਗਾ ਆਫਿਸ ਲਾਹੌਰ ਤੋਂ ਆਪਾਂ ਨੂੰ ਪਤਾ ਕਿ ਪਹਿਲੀ ਰਾਜਧਾਨੀ ਕਿਹੜੀ ਸੀਗੀ ਪੰਜਾਬ ਦੀ ਜਿੱਥੇ ਲਾਹੌਰ ਉਸ ਤੋਂ ਬਾਅਦ ਕਿੱਥੇ ਗਏ Shimla ਮੈਨੂੰ ਕਹਾਵਤ ਸੁਣਾਉਣਾ ਹੁੰਦਾ ਸੀਗਾ ਵੀ ਵਧੀਆ ਕੀਤਾ ਸ਼ਿਮਲੇ ਤੋਂ ਅਸੀਂ ਚੰਡੀਗੜ੍ਹ ਲੈ ਆਂਦੀ ਆਂ ਤਾਂ ਜਨਤਾ ਨੇ ਕੀ ਕਰਨਾ ਸੀਗਾ ਵੀ ਸਰਟੀਫਿਕੇਟ ਦੇ ਉੱਤੇ ਕੀ ਕਰਨਾ ਸੀਗਾ ਨਾਮ ਜਾਣ ਕੇ ਗਲਤ ਦਸਮੇ ਵਿੱਚ ਪਾ ਦੇਣਾ ਸੀਗਾ ਵੀ ਹੋਣਾ ਸੀਗਾ ਨਾਮ ਮੰਨ ਲਓ ਜਿਵੇਂ ਵੀ ਹਰਪ੍ਰੀਤ ਸਿੰਘ ਹਰਦੀਪ ਸਿੰਘ ਲਿਖ ਦੇਣਾ ਸੀਗਾ ਹਰਪ੍ਰੀਤ ਸਿੰਘ ਜਾਂ ਹਰਦੀਪ ਸਿੰਘ ਜੇ ਨਾਲ ਦੇ ਨੇ ਪੁੱਛ ਆੜੀਏਗਾ ਤੂੰ ਗਲਤ ਕੀਤਾ ਲੈ ਤੂੰ ਦੇਖੀ ਉਹ ਠੀਕ ਕਰਾਉਣਗੇ ਸ਼ਿਮਲੇ ਕੋਲ ਮੁਕਿਆਵਾਂਗੇ ਉਹ ਥੋੜੀ ਸ਼ਿਮਲੇ ਜਾਣਦੇ ਨੇ ਕਰਦੇ ਆਣੇ ਇਸ ਕਰਕੇ ਪਤਾ ਸਰਕਾਰ ਨੂੰ ਵੀ ਲੱਗਾ ਕਿ ਪੰਜਾਬ ਦੇ ਜਿਹੜੇ ਮੁੰਡੇ ਨੇ ਖਰਾਬ ਨੇ ਇਹ ਜਿਹੜੇ ਨੌਜਵਾਨ ਤੇ ਮੁਟਿਆਰਾਂ ਇਹ ਘੁੰਮਣ ਦੇ ਬੜੇ ਸ਼ਕੀਨ ਨੇ ਉਹਨਾਂ ਨੇ ਸ਼ਿਫਟ ਕਰਤੀ ਚੰਡੀਗੜ੍ਹ ਲੈ ਜਾਂਦੀ ਵੀ ਇਹਨਾਂ ਦਾ ਸ਼ਿਮਲੇ ਜਾਣ ਦਾ ਸੁਪਨਾ ਜਿਹੜਾ ਉਹ ਵਿਚੇ ਹੀ ਰਹਿ ਜਾਵੇ ਤੇ ਲੋ ਜੀ ਸ਼ਿਮਲਾ ਇਸ ਦਾ கரੈਕਟ ਆਨਸਰ ਹੈ ਸਟੋਰੀ ਯਾਦ ਹੈ ਨਾ ਇਸ ਸਟੋਰੀ ਵਿੱਚੋਂ ਹੀ ਕੁਐਸਚਨ ਬਣ ਗਿਆ ਤੇ ਕੁਐਸਚਨ ਵਿੱਚੋਂ ਹੀ ਤੁਸੀਂ ਸਹੀ ਵੀ ਕਰਕੇ ਆਉਂਗੇ ਤੇ ਸ਼ਿਮਲੇ ਫਿਰ ਇਹਨਾਂ ਨੇ ਤਾਂ ਨਹੀਂ ਘੁੰਮਣ ਦਿੱਤਾ ਇਹਨਾਂ ਨੇ ਤਾਂ ਰੋਕ ਲਾਤੀ ਆ ਲੇਕਿਨ ਤੁਹਾਡੇ ਫਤਿਹ ਸਰ ਤੁਹਾਡੇ ਨਾਲ ਕਦੇ ਵੀ ਨਜਾਇਜ਼ ਨਹੀਂ ਹੋਣ ਦੇਣਗੇ ਤੁਹਾਨੂੰ ਇੱਕ ਸ਼ਿਮਲੇ ਦਾ ਘੇੜਾ ਜ਼ਰੂਰ ਲਵਾਉਣਗੇ ਜੀ ਲੋ ਹੁਣ ਜਿਹਨੂੰ ਜਿਹਨੂੰ ਸ਼ਿਮਲੇ ਦਾ ਘੇੜਾ ਵਧੀਆ ਲੱਗਾ ਇੱਕ ਵਾਰ ਲਾਈਕ ਜ਼ਰੂਰ ਕਰੋ ਕਲਾਸ ਨੂੰ ਜਿਹਨਾਂ ਨੇ ਹਜੇ ਤੱਕ ਵੀ ਕਲਾਸ ਨੂੰ ਲਾਈਕ ਨਹੀਂ ਕੀਤਾ ਜੇ ਕਲਾਸ ਦੇ ਨਾਮ ਨਹੀਂ ਘੱਟੋ-ਘੱਟ ਸ਼ਿਮਲੇ ਦੇ ਨਾਂ ਤੇ ਇੱਕ ਲਾਈਕ ਬਣਦਾ ਫਿਰ ਹੁਣ ਹੈਨਾ ਇੱਕ ਨਾਮ ਸ਼ਿਮਲੇ ਦੇ ਲਾਈਕ ਤਾਂ ਫਿਰ ਹੁਣ ਬਣਦਾ ਹੀ ਬਣਦਾ ਹੈ ਚੱਕੋ ਜੀ ਫਿਰ ਅਗਲੇ ਕੁਐਸਚਨ ਤੇ ਆਪਾਂ ਆ ਗਏ ਆਂ ਬ੍ਰਾਹਮਣੀ ਸਕ੍ਰਿਪਟ ਜਿਹੜੀ ਆ ਵਾਸ ਇੰਟਰੋਡਿਊਸ ਇਨ ਪੰਜਾਬ ਬਾਈ ਵਿਚ ਆਫ ਦਾ ਫੋਲੋਇੰਗ ਮੋਰਨ एंपਾਇਰ ਕਹਿੰਦੇ ਕਿਹੜੇ ਮੁਗਲ ਮੋਰਨ ਸੋਰੀ ਨਾਟ ਮੁਗਲ ਮੋਰਨ ਮੋਰਨ एंपਾਇਰ ਦੇ ਦੁਆਰਾ ਪੰਜਾਬ ਦੇ ਵਿੱਚ ਬ੍ਰਾਹਮਣੀ ਸਕ੍ਰਿਪਟ ਨੂੰ ਇੰਟਰਡਿਊਸ ਕੀਤਾ ਗਿਆ ਸੀ ਚੰਦਰਗੁਪਤ ਅਸ਼ੋਕ ਬਿੰਦੂਸਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਦੱਸੋ ਜੀ ਸਾਰਿਆਂ ਨੇ ਬਾਰ ਬਾਰ ਲਾਈਕ ਨਹੀਂ ਕਰਨਾ ਇੱਕ ਵਾਰ ਤੁਸੀਂ ਲਾਈਕ ਕਰ ਦਿਓ ਬਹੁਤ ਹੈ ਜੀ ਨਾ ਠੀਕ ਹੈ ਇੱਕ ਵਾਰ ਲਾਈਕ ਕਰ ਦਿਓ ਬਹੁਤ ਹੈ ਜੀ ਨਾ ਕਰੋ ਕਰੋ ਆਨਸਰ ਕਰੋ ਸ਼ਾਬਾਸ਼ ਕਰੋ ਆਨਸਰ ਇਸ ਕੁਸ਼ਨ ਦਾ ਆਨਸਰ ਕੀ ਆ ਅਸ਼ੋਕਾ ਕੀ ਆਨਸਰ ਇੱਕ ਵਾਰ ਆਨਸਰ ਤੇ ਲੋਜੀ ਕੀ ਆ ਗਿਆ ਕਹਿੰਦੇ ਅਸ਼ੋਕਾ ਆ ਗਿਆ ਤੇ ਆ ਲੋ ਜੀ ਅਸ਼ੋਕਾ ਇਹ ਸ਼ੋਕਾ ਹੀ ਇਹਨੂੰ ਉਹੋ ਨਾਲ ਸਮਝ ਲਿਓ ਕਿਹੜਾ ਸ਼ਾਹਰੂਖ ਖਾਨ ਨਹੀਂ ਹੈਗਾ ਅਸ਼ੋਕਾ ਹੀ ਹੈ ਅਸ਼ੋਕਾ ਜਿਹਦੀ ਮੂਵੀ ਵਾਲੀ ਘੰਟਾਈ ਸੀਗੀ ਕਹਿੰਦੇ ਚਲੋ ਜੀ ਅਗਲਾ ਕੁਐਸਚਨ ਸਾਡੂ ਵਾਧੇ ਅਗਲੇ ਕੁਐਸਚਨ ਵੱਲੂ ਕਹਿੰਦੇ ਹੂ ਵਾਂਟਡ ਟੂ ਕ੍ਰੀਏਟ ਆ ਪੰਜਾਬੀ ਸੂਬਾ ਇਹਨਾਂ ਵਿੱਚੋਂ ਕੌਣ ਸੀਗਾ ਜਿਹੜਾ ਚਾਹੁੰਦਾ ਸੀਗਾ ਕਿ ਪੰਜਾਬੀ ਸੂਬਾ ਬਣੇ ਕਿਹੜੀ ਪਾਰਟੀ ਸੀਗੀ ਇਹਨਾਂ ਵਿੱਚੋਂ ਅਕਾਲੀ ਦਲ ਪਾਰਟੀ ਦਲ ਖਾਲਸਾ इंडियन नेशनल कांग्रेस ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਦੱਸੋ ਕਿਹੜੀ ਪਾਰਟੀ ਚਾਹੁੰਦੀ ਸੀਗੀ ਕੀ ਬਣੇ ਜੀ ਕਹਿੰਦੇ ਪੰਜਾਬੀ ਸੂਬਾ ਮੂਵਮੈਂਟ ਬਣੇ ਲਓ ਜੀ ਦੱਸੋ ਕਰੋ 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 ਆਨਸਰ ਕਰੋ ਕਾ ਆਨਸਰ ਕਰੋ ਇੱਕ ਸਟੂਡੈਂਟ ਕਹਿੰਦਾ ਕਿ ਸਰ ਤੁਸੀਂ ਦੱਸਿਆ ਸੀਗਾ ਜੀ ਕਿ ਵੀਰ ਅਸ਼ਵਿਨ ਵੀੜ ਅਸ਼ਵਿਨ ਸੈਂਚਰੀ ਜਿਹੜੀ ਪਟਿਆਲੇ ਚ ਨਹੀਂ ਹੈ ਕਿਉਂ ਕਿੱਥੇ ਆ ਹਾਂਜੀ ਦੱਸੋ ਜੀ ਫਿਰ ਵੀੜ ਅਸ਼ਵਿਨ ਜਿਹੜੀ ਆ ਉਹ ਪਟਿਆਲੇ 'ਚ ਨਹੀਂ ਹੈਗੇ ਮੈਂ ਇਹਨਾਂ ਦੱਸ ਦਿੱਤਾ ਮੈਂ ਤੁਹਾਡੇ ਤੋਂ ਪੁੱਛਿਆ ਸੀ ਕਿ ਉਹ ਹੈ ਕਿੱਥੇ ਆ ਜਿਨ੍ਹਾਂ ਨੂੰ ਪਤਾ ਇੱਕ ਵਾਰ ਆਨਸਰ ਕਰੋ ਬਾਕੀ ਮੈਂ ਦੱਸ ਦਿੰਦਾ ਉਹ ਹੈਗੇ ਜੀ ਸਾਡੇ ਕੋਲੇ ਸੰਗਰੂਰ ਕਹਿੰਦੇ ਕਿੱਥੇ ਆ ਸੰਗਰੂਰ ਤੇ ਹੈਗਾ ਸਾਡੇ ਕੋਲੇ ਅਕਾਲੀ ਦਲ ਦਲ ਖਾਲਸਾ ਨਹੀਂ ਆਊਗਾ ਜੀ ਕੰਪਿਊਟਰ ਵਾਲੇ ਭਾਈ ਕੰਪਿਊਟਰ ਵਾਲੇ ਭਾਈ ਦਲ ਖਾਲਸਾ ਨਹੀਂ ਕੀ ਆਊਗਾ ਅਕਾਲੀ ਦਲ ਪਾਰਟੀ ਆਊਗੀ ਇਹਨਾਂ ਦੇ ਇੱਕ ਲੀਡਰ ਸੀਗੇ ਅਕਾਲੀ ਦਲ ਪਾਰਟੀ ਦੇ ਇੱਕ ਲੀਡਰ ਹੋਏ ਨੇ ਜਿਨ੍ਹਾਂ ਨੇ ਇਸ ਮੂਵਮੈਂਟ ਦੀ ਸ਼ੁਰੂਆਤ ਕੀਤੀ ਆ ਉਸ ਲੀਡਰ ਦਾ ਨਾਮ ਕੀ ਹੈ ਸਾਡੇ ਕੋਲੇ ਉਸ ਲੀਡਰ ਦਾ ਨਾਮ ਹੈਗਾ ਜੀ ਕੀ ਨਾਮ ਹੈ ਉਸ ਲੀਡਰ ਦਾ ਉਸ ਲੀਡਰ ਦਾ ਨਾਮ ਸਿਗਾ ਮਾਸਟਰ ਤਾਰਾ ਸਿੰਘ ਕੀ ਸੀਗਾ ਜੀ ਮਾਸਟਰ ਤਾਰਾ ਸਿੰਘ ਉਸ ਲੀਡਰ ਦਾ ਨਾਮ ਆ ਉਸ ਲੀਡਰ ਨੇ ਹੀ ਇਸ ਮੋਹਮ ਦੀ ਸ਼ੁਰੂਆਤ ਕੀਤੀ ਤੇ ਇਸ ਮੋਹਮ ਤੋਂ ਬਾਅਦ ਹੀ ਸਾਨੂੰ ਪਤਾ ਆ 1 ਨਵੰਬਰ 1966 ਨੂੰ 1 ਨਵੰਬਰ 1966 ਨੂੰ ਇੱਕ ਨਵਾਂ ਪੰਜਾਬ ਬਣਦਾ ਜਿਹਨੂੰ ਅਸੀਂ ਅੱਜ ਦਾ ਪੰਜਾਬ ਕਹਿੰਦੇ ਆ ਜਿਹੜਾ ਸੀਗਾ ਪੰਜਾਬੀ ਸੂਬਾ ਮੂਵਮੈਂਟ ਤੋਂ ਬਾਅਦ ਹੀ ਬਣਦਾ ਹੈ ਚਲੋ ਅਗਲੇ ਕੁਐਸਚਨ ਤੇ ਆਪਾਂ ਮੂਵ ਔਨ ਕਰਦੇ ਆ ਚੱਕੋ ਭਾਈ ਅਗਲਾ ਕੁਐਸਚਨ ਇਨ ਵਿੱਚ ਇਅਰ ਕਿਹੜੇ ਸਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਟੇਨ ਵਿਕਟਰੀ ਓਵਰ ਲਾਹੌਰ ਲਾਹੌਰ ਦੇ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੁਆਰਾ ਲਾਹੌਰ ਦੇ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ ਗਈ ਸੀਗੀ 1799 ਦੇ ਵਿੱਚ 1798 ਦੇ ਵਿੱਚ 1708 ਦੇ ਵਿੱਚ ਜਾਂ ਫਿਰ 1700 ਓ ਸੌਰੀ 17 1807 ਦੇ ਵਿੱਚ ਜਾਂ ਫਿਰ 1800 18 ਦੇ ਵਿੱਚ ਕਦੋਂ ਲਾਹੌਰ ਤੇ ਜਿੱਤ ਪ੍ਰਾਪਤ ਕੀਤੀ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਹੁਣ ਆਪਾਂ ਇਦਾਂ ਕਰਨਾ ਵੀ ਇੱਕ ਦੋ ਹੋਰ ਨਾਲ ਜਿੱਤਾਂ ਬਾਰੇ ਪੜ੍ਹਾਂਗੇ ਸਿਰਫ ਇਹੇ ਨਹੀਂ ਇੱਕ ਦੋ ਹੋਰ ਜਿੱਤਾਂ ਬਾਰੇ ਆਪਾਂ ਜ਼ਰੂਰ ਪੜ੍ਹਾਂਗੇ ਸ਼ਾਬਾਸ਼ ਇੱਕ ਵਾਰ ਯਾਰ ਲਾਈਕ ਕਰੋ ਜਿਹੜੇ ਹਜੇ ਵੀ 300 ਬੱਚਾ 300 ਸਟੂਡੈਂਟ ਨੇ ਲਾਈਕ ਨਹੀਂ ਕੀਤਾ ਕਲਾਸ ਨੂੰ ਇਹ ਨਹੀਂ ਦਰਸਾਉਂਦਾ ਕਿ ਤੁਹਾਡਾ ਮੇਰੇ ਨਾਲ ਪਿਆਰ ਆ ਫਿਰ ਹੁਣ ਜੇ ਪਿਆਰ ਆ ਤਾਂ ਲਾਈਕ ਦਾ ਕਰਨਾ ਬਣਦਾ ਫਿਰ ਜੇ ਤੁਸੀਂ ਕਲਾਸ ਨੂੰ ਲਾਈਕ ਕਰੋਗੇ ਕਲਾਸ ਦੇ ਸਵਾਲ ਤੁਹਾਨੂੰ ਲਾਈਕ ਕਰਨਗੇ ਤੇ ਪੇਪਰ ਵਿੱਚ ਸਵਾਲ ਆਉਣਗੇ ਫਿਰ ਤੁਸੀਂ ਸਹੀ ਕਰਕੇ ਆਉਂਗੇ ਫਿਰ ਤੁਹਾਨੂੰ ਪੇਪਰ ਕਲੀਅਰ ਹੋ ਜਾਊਗਾ ਰਿਜ਼ਲਟ ਤੁਹਾਨੂੰ ਲਾਈਕ ਕਰੂਗਾ ਫਿਰ ਵਿਆਹ ਹੋ ਜਾਊਗਾ ਤਾਂ ਹੀ ਕੋਈ ਲਾਈਕ ਕਰੂਗਾ ਵਰਨ ਜਿਵੇਂ ਸਰ ਕਹਿੰਦੇ ਹੁੰਦੇ ਆ ਫਿਰ ਨਹੀਂ ਤਾਂ ਕੰਮ ਔਖਾ ਹੋ ਜਾਊਗਾ ਜੀ ਆ ਦੇਖੋ ਲਾਹੌਰ ਕਦੋਂ 1799 ਦੇ ਵਿੱਚ ਅੰਮ੍ਰਿਤਸਰ ਸਾਹਿਬ ਕਦੋਂ 1805 ਦੇ ਵਿੱਚ ਕਸੂਰ ਦੀ ਗੱਲ ਕਰੀਏ 1807 ਦੇ ਵਿੱਚ ਮੁਲਤਾਨ ਦੀ ਗੱਲ ਕਰੀਏ 1818 ਦੇ ਵਿੱਚ ਕਸ਼ਮੀਰ ਦੀ ਗੱਲ ਕਰੀਏ 1819 ਦੇ ਵਿੱਚ 1834 ਦੇ ਵਿੱਚ ਜਿਹੜਾ ਸਾਡੇ ਕੋਲੇ ਪੇਸ਼ਾਵਰ ਤੇ ਜਮਰੋਦ ਦੀ ਗੱਲ ਕਰੀਏ 1837 ਦੀ ਗੱਲ ਆ ਜੀ ਇਹ ਜਿਹੜੇ ਜਿੱਤੇ ਗਏ ਸੀਗੇ ਕਿਲੇ ਜਿਹੜੇ ਏਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਇੱਕ ਸਟੂਡੈਂਟ ਦਾ ਮੈਨੂੰ ਇੱਕ ਦਿਨ ਕੁਐਸਚਨ ਆਇਆ ਸੀਗਾ ਮੈਂ ਉਹਦਾ ਆਨਸਰ ਸ਼ਾਇਦ ਪਹਿਲਾਂ ਕਰਨਾ ਭੁੱਲ ਗਿਆ ਹੁਣ ਉਹਨੂੰ ਦੇਖ ਕੇ ਯਾਦ ਆ ਗਿਆ ਕਿ ਸਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ ਕਿਹੜੀ ਸੀ ਕਿ ਸਾਨੂੰ ਕਨਫਿਊਜ਼ਨ ਆ ਜੀ ਕਿਸੇ ਨੂੰ ਕਨਫਿਊਜ਼ਨ ਹੈ ਮੈਂ ਦਿੱਲੀ ਸਲਤਨਤ ਦੱਸਿਆ ਸੀਗਾ ਜੀ ਮੈਨੂੰ ਲੱਗਦਾ ਦਿੱਲੀ ਦਾ ਮੁਸਲਿਮ ਕੌਣ ਸੀਗਾ ਮੈਂ ਕਿਹਾ ਦਿੱਲੀ ਸਲਤਨਤ ਦਾ ਗੁਲਾ ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ ਕੁਐਸਚਨ 'ਚ ਫਰਕ ਹੁੰਦਾ ਇੱਕ ਸਟੂਡੈਂਟ ਨੇ ਪੁੱਛਿਆ ਸੀਗਾ ਉਹਦਾ ਵੀ ਡਾਊਟ ਲੈ ਕੇ ਆਵਾਂਗੇ ਜਰੂਰ ਜੀ ਇਹਦਾ ਦੇਖੋ ਹੁਣ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਦੋ ਰਾਜਧਾਨੀਆਂ ਸੀਗੀਆਂ ਜਿਹੜੀ ਪੋਲੀਟੀਕਲ ਰਾਜਧਾਨੀ ਸੀਗੀ ਪੋਲੀਟੀਕਲ ਉਹ ਸੀਗੀ ਲਾਹੌਰ ਤੇ ਜਿਹੜੀ ਰਿਲੀਜੀਅਸ ਸੀਗੀ ਉਸ ਕੀ ਅੰਮ੍ਰਿਤਸਰ ਸਾਹਿਬ ਜੇ ਮੰਨ ਲਓ ਨੋਰਮਲੀ ਐਗਜ਼ਾਮੀਨਰ ਨੇ ਪੁੱਛਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ ਕਿਹੜੀ ਸੀਗੀ ਫਿਰ ਤੁਸੀਂ ਲਾਹੌਰ ਹੀ ਲਾ ਕੇ ਆਉਣਾ ਆ ਜਿਉਂ ਨੇ ਇਹ ਨਾਮ ਮੈਂਸ਼ਨ ਕੀਤਾ ਕਿ ਧਾਰਮਿਕ ਰਾਜਧਾਨੀ ਕਿਹੜੀ ਸੀਗੀ ਠੀਕ ਆ ਮੰਨ ਲਓ ਜੇ ਇਹਨੂੰ ਮੈਂਸ਼ਨ ਕੀਤਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਅ ਰਿਲੀਜੀਅਸ ਕੈਪੀਟਲ ਆਫ ਦਾ ਮਹਾਰਾਜਾ ਰਣਜੀਤ ਸਿੰਘ ਜਿਉਂ ਉਹਨੇ ਧਾਰਮਿਕ ਨਾਲ ਸ਼ੋ ਕਰ ਦਿੱਤਾ ਫਿਰ ਅੰਮ੍ਰਿਤਸਰ ਸਾਹਿਬ ਜੇ ਨਹੀਂ ਕੀਤਾ ਸਿੰਪਲ ਪੁੱਛਿਆ ਫਿਰ ਕੀ ਲਾ ਕੇ ਆਉਣਾ ਫਿਰ ਲਾਹੌਰ ਲਾ ਕੇ ਆਉਣੀ ਕੋਈ ਡਾਊਟ ਹੋਵੇ ਤਾਂ ਮੈਨੂੰ ਪੁੱਛ ਸਕਦੇ ਹੋ ਜੀ ਅਗਲੇ ਕੁਐਸਚਨ ਤੇ ਆ ਆ ਲੋ ਜੀ ਇੱਕ ਵਾਰ ਸਕਰੀਨਸ਼ਾਟ ਲੈਣਾ ਹੋਇਆ ਲੈ ਲਓ ਵਰਨਾ ਦੀ ਪੀਡੀਐਫ ਤੁਹਾਨੂੰ ਪਤਾ ਹੀ ਆ ਤੁਹਾਨੂੰ ਅੱਡਾ ਦੀ ਐਪ ਤੇ ਜ਼ਰੂਰ ਮਿਲ ਜੂਗੀ ਉਹ ਅੱਡਾ ਦੀ ਐਪ ਕਿੱਥੋਂ ਡਾਊਨਲੋਡ ਕਰਨੀ ਆ ਮੈਂ ਸਟਾਰਟਿੰਗ ਦੱਸ ਦੱਤਾ ਆ ਤੇ ਇਹ ਆਪਣੀ ਜਿਹੜੀ ਪੀ ਪੀਡੀਐਫ ਕਿੱਥੋਂ ਡਾਊਨਲੋਡ ਕਰਨੀ ਹੋ ਉਹ ਮੈਂ ਕਲਾਸ ਦੇਣ ਤੇ ਵੀ ਜ਼ਰੂਰ ਦੱਸੂਗਾ ਲੋ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ ਹੂ ਇਜ਼ ਦਾ ਆਥਰ ਆਫ ਦਾ ਜ਼ਫਰਨਾਮਾ ਰਣਜੀਤ ਸਿੰਘ ਜ਼ਫਰਨਾਮਾ ਰਣਜੀਤ ਸਿੰਘ ਦੇ ਰਾਈਟਰ ਕੌਣ ਨੇ ਕਿਹਨਾਂ ਦੁਆਰਾ ਲਿਖੀ ਗਈ ਹੈ ਸਤੋਹਨ ਲਾਲ ਸੂਰੀ ਯੂਸਫ ਅਲੀ ਦੀਵਾਨ ਅਮਰਨਾਜ਼ ਜਾਂ ਫਿਰ ਅਬਦੁਲ ਕਾਦਰ ਕਿਹਨਾਂ ਨੇ ਕਹਿੰਦੇ ਲਿਖੀ ਐ ਜ਼ਫਰਨਾਮਾ ਰਣਜੀਤ ਸਿੰਘ ਦੇਖੋ ਕੁਐਸਚਨ ਕਿ ਨਾਲ ਘੈਂਟ ਆ ਜੇ ਕੁਐਸਚਨ ਲੱਗ ਰਿਹਾ ਕਿ ਸੱਚੀ ਕੁਐਸਚਨ ਕਹਿੰਟਾ ਹਜੇ ਵੀ ਜਿਹੜੇ ਬੱਚਿਆਂ ਨੇ ਕਲਾਸ ਨੂੰ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਦੇਣ ਇੱਕ ਵਾਰ ਹੋਰ ਮੈਂ ਕਹਿ ਰਿਹਾ ਆ ਕਿਉਂਕਿ ਇਹ ਕੋਈ ਗਲਤ ਨਹੀਂ ਸਜਣਾ ਲਾਈਕ ਕੀਤੇ ਬਿਨਾ ਪੜ੍ਹਨਾ ਮਸਲੇ ਦਾ ਹੱਲਤ ਨਹੀਂ ਸਜਣਾ ਹੈ ਇਹ ਕੋਈ ਗਲਤ ਨਹੀਂ ਸਜਣਾ ਲੋ ਜੀ ਆਨਸਰ ਸ਼ਾਬਾਸ਼ ਬਹੁਤ ਵਧੀਆ ਆ ਕੀ ਹੋ ਗਿਆ ਭਰਾਵਾ ਅੱਛਾ ਦੀਵਾਨ ਅਮਰਨਾਥ ਆਪਸ਼ਨ ਨੰਬਰ ਸੀ ਬਿਲਕੁਲ ਸਹੀ ਹੈ ਜੀ ਦੀਵਾਨ ਅਮਰਨਾਥ ਬਿਲਕੁਲ ਸਹੀ ਆਪਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਲਓ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ ਆ ਪਹਿਲਾਂ ਦੇਖ ਲਓ ਜ਼ਫਰਨਾਮਾ ਰਣਜੀਤ ਸਿੰਘ ਆਫ ਦੀਵਾਨ ਅਮਰਨਾਥ ਇਹਨਾਂ ਦਾ ਨਾਮ ਦਿੱਤਾ ਗਿਆ ਆ ਤੇ ਲਓ ਜੀ ਉਮੀਦ ਆ ਕਲੀਅਰ ਹੋ ਗਿਆ ਹੋਊਗਾ ਇਸ ਕੁਐਸਚਨ ਦਾ ਆਨਸਰ ਵੀ ਚਲੋ ਹੂ ਫਾਊਂਡਰ ਦਾ ਸਰੋਵਰ ਨੇਮ ਗੰਗਾ ਸਰ ਕਹਿੰਦੇ ਗੰਗਾ ਸਰ ਸਲੋਵਰ ਕਿਹਨਾਂ ਦੁਆਰਾ ਫਾਊਂਡ ਕੀਤਾ ਗਿਆ ਹੈ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਕਿਹਨਾਂ ਦੁਆਰਾ ਜੀ ਅੱਛਾ ਅਕਾਲੀ ਦਲ ਦੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ ਜੀ ਇਹ ਆਪਾਂ ਕੁਐਸਚਨ ਲੈ ਕੇ ਆਵਾਂਗੇ ਕੱਲ ਨੂੰ ਪੱਕਾ ਠੀਕ ਹੈ ਕੱਲ ਨੂੰ ਪੱਕਾ ਕੁਐਸਚਨ ਲੈ ਕੇ ਆਵਾਂਗੇ ਮੇਰੇ ਤੋਂ ਇੱਕ ਵਾਰ ਅੱਗੇ ਸਟੂਡੈਂਟ ਨੇ ਪੁੱਛਿਆ ਵੀ ਸੀਗਾ ਉਹਦਾ ਮੈਂ ਆਨਸਰ ਉਹਨੂੰ ਦੱਸਿਆ ਵੀ ਸੀਗਾ ਲੇਕਿਨ ਹੁਣੇ ਤੇ ਆਪਾਂ ਕੁਐਸਚਨ ਲੈ ਕੇ ਆਵਾਂਗੇ ਅਕਾਲੀ ਦਲ ਦੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ ਕਨਫਰਮ ਆ ਕੱਲ ਨੂੰ ਪੱਕਾ ਕੁਐਸਚਨ ਆਊਗਾ ਜੇ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਮੈਨੂੰ ਲੱਗ ਰਿਹਾ ਕਿ ਸਵਾਲ ਪੁੱਛ ਰਹੇ ਨੇ ਬਸ ਥੋੜੇ ਮੈਨੂੰ ਆਨਸਰ ਦੇਣੇ ਔਖੇ ਲੱਗ ਰਹੇ ਨੇ ਇੱਥੇ ਕਿਉਂਕਿ ਪਤਾ ਨਹੀਂ ਲੱਗ ਰਿਹਾ ਜੀ ਠੀਕ ਹੈ ਤੁਸੀਂ ਆਪਦੀ ਕਲਾਸ ਸਰ ਤੁਸੀਂ ਪੀਡੀਐਫ ਦਾ ਲਿੰਕ ਇੱਥੇ ਬਜੀ ਦੇਖੋ ਉੱਥੇ ਤਾਂ ਮੈਂ ਪਾਈ ਦੇਣਾ ਤੁਹਾਨੂੰ ਪਤਾ ਜਿਹੜਾ ਫਤੇਹ ਸਰ ਪੰਜਾਬ ਵੱਡਾ 24/7 ਵਾਲਾ ਟੈਲੀਗ੍ਰam ਚੈਨਲ ਉਸ ਤੇ ਪਾਈ ਦੇਣਾ ਆਪ ਦੇ ਪਾਉਂਗਾ ਦੋਨੇ ਜਗ੍ਹਾ ਤੁਸੀਂ ਅਵੇਲੇਬਲ ਰਹੋ ਕੌਣ ਨੇ ਸਾਨੂੰ ਪਤਾ ਗੁਰੂ ਅਰਜਨ ਦੇਵ ਜੀ ਆਪਸ਼ਨ ਨੰਬਰ ਡੀ ਇਸ ਦਾ ਕਰੈਕਟ ਆਨਸਰ ਕੋਸ਼ਿਸ਼ ਕਰਿਆ ਕਰੋ ਸਿਰਫ ਆਪਸ਼ਨ ਨੰਬਰ ਲਿਖਿਆ ਕਰੋ ਆਪਸ਼ਨ ਡੀ ਲਿਖਦਿਆ ਕਰੋ ਤੁਹਾਡਾ ਵੀ ਟਾਈਮ ਬਚਦਾ ਆ ਲੋ ਜੀ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਲਓ ਜਿਹਦੀ ਆਪਾਂ ਗੱਲ ਕਰਦੇ ਸੀਗੇ ਇਹ ਸਰੋਵਰ ਹੈ ਜੀ ਇਹ ਸਾਡੇ ਕੋਲੇ ਸਰੋਵਰ ਸਾਹਿਬ ਹੈ ਸਰ ਇਹ ਕੁਐਸਚਨ ਪੇਡ ਚ ਤਾਂ ਉਹ ਕਰਾਉਂਗਾ ਹਜੇ ਉੱਥੇ ਆਉਣਗੇ ਟੈਨਸ਼ਨ ਘੱਟ ਲੈਣੇ ਆ ਹਾਂਜੀ ਰਣਜੀਤ ਜੀ ਰਣਜੀਤ ਆਓ ਸਾਰਾ ਕੁਝ ਇੱਥੇ ਆਉਣਾ ਟੈਨਸ਼ਨ ਨਾਲੋ ਉਥੇ ਵੱਧ ਹੀ ਹੋਊਗਾ ਘਬਰਾਉ ਨਾ ਲਓ ਚਲ ਜੀ ਅੱਗੇ ਜੀ ਚਲੋ ਜੀ ਅਗਲਾ ਕੁਸ਼ਣ ਸਾਡੇ ਕੋਲੇ ਬਾਬਾ ਬੁੱਢਾ ਜੀ ਵਾਸ ਕੰਟੈਂਪੋਰੀ ਆਫ ਵਿਚ ਗੁਰੂ ਜੀ ਕਹਿੰਦੇ ਕਿਹੜੇ ਗੁਰੂ ਜੀ ਦੇ ਕੰਟੈਂਪੋਰੀ ਹੈ ਬਾਬਾ ਬੁੱਢਾ ਜੀ ਸਾਡੇ ਕੋਲੇ ਅ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਤਾਂ ਫਿਰ 올 ਆਫ ðiਜ਼ ਕਿਹੜੇ ਕਹਿੰਦੇ ਗੁਰੂ ਜੀ ਦੇ ਕੰਟੈਂਪੋਰੀ ਸੀ ਆਪਣੇ ਕੋਲੇ ਬਾਬਾ ਬੁੱਢਾ ਜੀ ਕਰੋ ਜੀ ਕੁਐਸਚਨ ਐਂਡ ਆਨਸਰ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪੰਜਾਬ ਪੁਲਿਸ ਦਾ ਨਿਊ ਬੈਚ ਸ਼ੁਰੂ ਹੋਣਾ ਆਪਣਾ 9 ਮਈ ਨੂੰ ਜੀ ਮਤਲਬ ਹਫਤੇ ਤੱਕ ਹੋ ਜਾਊਗਾ ਜੇ ਐਡਮਿਸ਼ਨ ਨਹੀਂ ਲਈ ਤਾਂ ਅੱਜ ਹੀ ਐਡਮਿਸ਼ਨ ਜ਼ਰੂਰ ਲੈ ਲਿਓ ਜਿਹੋ ਦੇ ਵਿੱਚ ਵੀ ਦੇਖੋ ਪੇਡ ਤੇ ਮੈਂ ਦਾਸਾ ਕੀ ਪੜਾਈਦਾ ਆਪਾਂ ਪੇਡ ਦੇ ਵਿੱਚ ਜਿਹੜਾ ਆਪਣਾ ਪ੍ਰੋਸੈਸ ਹੁੰਦਾ ਪੜਾਉਣ ਦਾ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਇੱਕ ਐਗਜ਼ਾਮ ਦਾ ਨਾ ਫਲੋ ਹੁੰਦਾ ਕੀ ਹੁੰਦਾ ਵੀ ਤੁਸੀਂ ਕਿਵੇਂ ਤਿਆਰੀ ਕਰਨੀ ਆ ਅਸਲ ਦੇ ਵਿੱਚ ਪ੍ਰੈਕਟਿਸ ਆਪਾਂ ਕਹਿੰਦੇ ਮੇਕਸ ਮੈਨ ਪਰਫੈਕਟ ਮੰਨਦੇ ਆਂ ਜੀ ਪਰ ਤੁਸੀਂ ਰੇਸ਼ਿਓ ਦੇਖੋ ਜੇ ਮੰਨ ਲਓ ਇੱਥੇ 10000 ਬੱਚਾ ਵੀਡੀਓ ਦੇਖ ਰਿਹਾ YouTube ਦੇ ਉੱਤੇ ਤਾਂ ਉਹਨਾਂ ਦੇ ਵਿੱਚੋਂ 10000 ਦੇ ਵਿੱਚੋਂ ਮੁਸ਼ਕਿਲਾਂ ਮੈਂ ਕਹੂੰਗਾ 400 3 400 ਬੱਚਾ ਇਦਾਂ ਦਾ ਹੋਊਗਾ ਜਿਹੜਾ ਆਲਰੇਡੀ ਇੱਕ ਪ੍ਰੋਸੈਸ ਨੂੰ ਫਾਲੋ ਕਰ ਰਿਹਾ ਹੈ ਬਾਕੀ ਸਾਰੇ ਕੀ ਹੁੰਦਾ ਕਿ ਉਹਨਾਂ ਨੇ ਸ਼ਾਇਦ ਉਹਨਾਂ ਨੂੰ ਕਹਦੀ 19 ਨੌਲੇਜ ਨਹੀਂ ਸੀ ਦੀ ਉਹਨਾਂ ਦਾ ਜੀ ਕਰ ਰਿਹਾ ਪੜਨ ਉਹਨਾਂ ਦਾ ਜੀ ਕਰ ਰਿਹਾ ਕਿ ਅਫਸਰ ਲੱਗਣਾ ਲੇਕਿਨ ਉਹ ਕਿ ਪ੍ਰੋਸੈਸ ਨੂੰ ਫੋਲੋ ਨਹੀਂ ਕਰ ਪਾ ਰਹਾ ਉਹ ਪ੍ਰੋਸੈਸ ਕੀ ਹੁੰਦਾ ਕਿ ਪਹਿਲੋ ਹਰ ਇੱਕ ਸਬਜੈਕਟ ਦੀ ਥਿਊਰੀ ਪੜੋ ਜੀ ਤੁਸੀਂ ਠੀਕ ਹੈ ਥਿਊਰੀ ਪੜੋ ਫਿਰ ਉਹਦੇ ਨੋਟਸ ਬਣਾਓ ਪ੍ਰੋਪਰਲੀ ਹੁਣ ਉਹ ਤੋਂ ਬਾਅਦ ਐਮਸੀਕਿਊਜ਼ ਕਰੋ ਇਹ ਸਾਰਾ ਕੁਝ ਕੀਆ ਤੁਹਾਨੂੰ ਪ੍ਰੋਪਰਲੀ ਬਲ ਜਿਹੜੇ ਪੇੜ ਵਿੱਚ ਉੱਥੇ ਕਰਾਇਆ ਜਾਂਦਾ ਉਹ ਤੋਂ ਬਾਅਦ ਜਦੋਂ ਹੋਰ ਜ਼ਿਆਦਾ ਤੁਸੀਂ ਪ੍ਰੈਕਟਿਸ ਕਰਨੀ ਐਮਸੀਕਿਊਜ਼ ਦੀ ਕਿਉਂਕਿ ਐਮਸੀਕਿਊਜ਼ ਦਾ ਕੋਈ ਅੰਤ ਨਹੀਂ ਹੈਗਾ ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਸ ਐਮਸੀਕਿਊਜ਼ ਦਾ ਜਿਵੇਂ ਹੁਣ ਤੁਸੀਂ YouTube ਤੇ ਕਰ ਰਹੇ ਹੋ ਬਹੁਤ ਸਾਰੀਆਂ ਦੇ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਾਂ ਥਿਊਰੀ ਚ ਪੜ੍ਹ ਲਈਆਂ ਆਲਰੇਡੀ ਜਾਂ ਉਸ ਬੈਚ ਦੇ ਵਿੱਚ ਐਮਸੀਕਿਊਜ਼ ਚ ਪੜ੍ਹ ਲਈਆਂ ਹੋਣਗੀਆਂ ਹੁਣ ਜਿਹੜਾ ਐਕਸਟਰਾ ਕੰਟੈਂਟ ਹੋਊਗਾ ਤੁਸੀਂ ਐਡ ਕਰ ਲੈਣਾ ਮੰਨ ਲਓ ਕੁਝ ਨਵੀਂ ਚੀਜ਼ ਆ ਗਈ ਆ ਕੁਝ ਨਵੀਂ ਚੀਜ਼ ਆ ਗਈ ਐਡ ਕਰ ਦੋ ਜੀ ਇਸ ਪ੍ਰੋਸੈਸ ਨੂੰ ਸੇਮ ਫਾਲੋ ਕਰੋਗੇ ਤਾਂ ਤੁਹਾਨੂੰ ਜਿਹੜਾ ਪਤਾ ਹੀ ਆ ਕਿ ਅੱਗੇ ਜਾ ਕੇ ਫਾਇਦਾ ਹੋਊਗਾ ਹੀ ਹੋਗਾ ਰਿਜ਼ਲਟ ਦੇ ਵਿੱਚ ਲਓ ਜੀ ਕਿਉਂਕਿ ਫਾਇਦਾ ਸੀ ਰਿਜ਼ਲਟ ਚ ਹੀ ਦੇਖਣਾ ਹੁੰਦਾ ਜੀ ਆਲ ਆਫ ਅਬਵ ਸਾਰੇ ਦੇ ਸਾਰੇ ਬਿਲਕੁਲ ਸਹੀ ਨੇ ਸਾਨੂੰ ਪਤਾ ਜ ਤੇ ਕਹਿੰਦੇ ਬਾਬਾ ਬੁੱਢਾ ਜੀ ਨੇ ਪਹਿਲੇ 6 ਗੁਰੂ ਸਹਿਬਾਨ ਨੂੰ ਦੀ ਸੇਵਾ ਕੀਤੀ ਸੀਗੀ ਠੀਕ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕੋਲ ਬਣਿਆ ਸੀਗਾ ਜੀ ਓਕੇ ਦੱਸ ਦਿੰਨੇ ਆ ਸਰ ਜੀ ਦੇਖੋ ਕੁਐਸਚਨ ਤੁਹਾਡੇ ਬਹੁਤ ਨੇ ਕੋਸ਼ਿਸ਼ ਕਰਿਓ ਵੀ ਜਦੋਂ ਕਲਾਸ ਖਤਮ ਹੋ ਗਈ ਉਹ ਦੋ ਪੁੱਛ ਲੋ ਯਾਰ ਮੈਨੂੰ ਇੱਥੇ ਪਤਾ ਨਹੀਂ ਲੱਗ ਰਿਹਾ ਤੁਹਾਡੇ ਕਿਹੜੇ ਕਿਹੜੇ ਕੁਐਸਚਨ ਨੇ ਹਾਂ ਵੀ ਦੱਸੋ ਕਹਿੰਦੇ ਪੰਜਾਬ ਦੀ ਚੰਡੀਗੜ੍ਹ ਰਾਜਧਾਨੀ ਕਦੋਂ ਬਣੀਆ ਇੱਕ ਵਾਰ ਮੈਂ ਦੱਸ ਦਾਂ ਤੁਹਾਨੂੰ ਆ ਮੈਂ ਦੱਸ ਦਵਾ ਹੁਣੇ ਦੱਸ ਦਿੰਦਾ ਦੇਖੋ ਬਾਬਾ ਬੁੱਢਾ ਜੀ 1506 ਦੇ ਵਿੱਚ ਕਹਿੰਦੇ ਇਹਨਾਂ ਦਾ ਜਨਮ ਹੁੰਦਾ ਤੇ 1600 ਉਹ 31 ਤੱਕ ਇਸ ਦੁਨੀਆ ਤੇ ਰਹਿੰਦੇ ਨੇ 125 ਸਾਲ ਦੀ ਕਹਿੰਦੇ ਦੁਨੀਆ ਜਿਹੜੀ ਇਹਨਾਂ ਨੇ ਦੇਖੀ ਐ ਇਸ ਦੇ ਦੌਰਾਨ ਬਾਬਾ ਬੁੱਢਾ ਜੀ ਨੇ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਇਹਦੇ ਨਾਲ ਨਾਲ ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ ਰੰਧਾਵਾ ਕਲੇਨ ਦੇ ਵਿੱਚ ਤਾਂ ਇਹ ਪਹਿਲੇ ਇਦਾਂ ਦੇ ਕਹਿੰਦੀ ਮਹਾਨ ਪੁਰਸ਼ ਹੋਏ ਨੇ ਜਿਨ੍ਹਾਂ ਨੇ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਐ ਇੰਪੋਰਟੈਂਟ ਹੈ ਇਹਨਾਂ ਦੇ ਬਾਰੇ ਠੀਕ ਹੈ ਇੰਪੋਰਟੈਂਟ ਹੁਣ ਤੁਹਾਡਾ ਕੁਐਸਚਨ ਸੀਗਾ ਇੱਕ ਸਟੂਡੈਂਟ ਦਾ ਵੀ ਚੰਡੀਗੜ੍ਹ ਕਦੋਂ ਰਾਜਧਾਨੀ ਬਣਿਆ ਦੇਖੋ ਦੋ ਇੱਥੇ ਚੀਜ਼ਾਂ ਇੰਪੋਰਟੈਂਟ ਨੇ ਉਹਨਾਂ ਦੇ ਵਿੱਚ ਤੁਸੀਂ ਇਸ ਕੁਐਸਚਨ ਦਾ ਆਨਸਰ ਕਰੋ ਉਸ ਐਕਟ ਦੇ ਅੰਦਰ ਅਨਾਉਂਸ ਕਰ ਦਿੱਤਾ ਗਿਆ ਸੀਗਾ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਮੇਰੇ ਸ਼ਬਦਾਂ ਤੇ ਫੋਕਸ ਕਰਿਓ ਕੀ ਕਰ ਦਿੱਤਾ ਡਿਕਲੇਅਰ ਕਰ ਦਿੱਤਾ ਕਿ ਅੱਜ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਹੋਊਗੀ ਚੰਡੀਗੜ੍ਹ ਹੋਊਗੀ ਡਿਕਲੇਅਰ ਕਰ ਦਿੱਤਾ ਉਸ ਤੋਂ ਬਾਅਦ ਫਿਰ 1953 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਸ਼ਿਫਟ ਕੀਤਾ ਗਿਆ ਉੱਥੋਂ ਪ੍ਰੋਪਰਲੀ ਸਾਰਾ ਸਮਾਨ ਲੈ ਕੇ ਆਂਦਾ ਗਿਆ ਮਤਲਬ ਹੁਣ ਇਗਜ਼ਾਮੀਨਰ ਨੇ ਪਹਿਲੀ ਗੱਲ ਤਾਂ ਦੋਨਾਂ ਵਿੱਚੋਂ ਇੱਕ ਹੀ ਆਪਸ਼ਨ ਆਊਗਾ ਇਹਨਾਂ ਯਾਦ ਰੱਖਿਓ 52 ਜਾਂ 52 ਪਹਿਲਾ ਪੁਆਇੰਟ ਦੂਜੇ ਨੰਬਰ ਤੇ ਜਿਉਂ ਨੇ ਪੁੱਛ ਲਿਆ ਕਿ ਸ਼ਿਫਟ ਕਦੋਂ ਕੀਤਾ ਡਿਕਲੇਅਰ ਕਦੋਂ ਕੀਤਾ ਉੱਥੇ ਜੇ ਦੋਨੇ ਆਪਸ਼ਨ ਹੋਣਗੇ ਫਿਰ ਇਹਨਾਂ ਸ਼ਬਦਾਂ ਦਾ ਧਿਆਨ ਰੱਖਿਓ ਅਦਰਵਾਈਜ਼ ਬਹੁਤ ਹੀ ਈਜ਼ੀ ਹੁੰਦਾ ਆ ਦੋਨਾਂ ਵਿੱਚੋਂ ਇੱਕ ਆਪਸ਼ਨ ਆਊਗਾ ਤੁਸੀਂ ਉਹ ਕਰ ਦੇਣਾ ਆ ਹਾਂਜੀ ਦੱਸੋ ਜੀ ਹੁਣ ਕਲੀਅਰ ਹੋ ਗਿਆ ਜੀ ਹੁਣ ਕਲੀਅਰ ਹੋ ਗਿਆ ਡਾਊਟ ਬਾਕੀ ਰੈਗੂਲਰਲੀ ਕਲਾਸ ਜੁੜੇ ਰਹੋ ਇਹ ਡਾਊਟ ਆਪਾਂ ਬਹੁਤ ਟਾਈਮ ਪਹਿਲਾਂ ਕਲੀਅਰ ਕੀਤੇ ਹੋਏ ਨੇ ਹਾਮਿਲ ਲੱਗਦਾ ਕੁਝ ਨਵੇਂ ਸਟੂਡੈਂਟ ਜ਼ਰੂਰ ਹੋਣਗੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਥੋੜਾ ਡਾਊਟ ਜ਼ਰੂਰ ਹੋਊਗਾ ਜੀ ਵੌ ਪ੍ਰੀਤਮ ਜੀ ਨੂੰ ਕਹਿੰਦੇ ਹਾਂ ਬਹੁਤ ਸਾਰੇ ਬੱਚਿਆਂ ਦਾ ਕੁਐਸਚਨ ਗਲਤ ਆ। ਗਲਤ ਆ ਕਿਉਂ ਗਲਤ ਆ ਕਿਉਂਕਿ ਅਸੀਂ ਧਿਆਨ ਨਹੀਂ ਦੇ ਰਹੇ। ਅਸੀਂ ਧਿਆਨ ਜਿਹੜਾ ਉਹ ਨਹੀਂ ਦੇ ਰਹੇ। ਇੱਕ ਵਾਰੀ ਥੰਬਸ ਅਪ ਦਾ ਸਾਈਨ ਕਰੋ। ਕਲਾਸ ਪੜ੍ਹ ਕੇ ਮਜ਼ਾ ਆ ਰਿਹਾ ਦੱਸੋ। ਜੇ ਕਲਾਸ ਪੜ੍ਹ ਕੇ ਨਜ਼ਾਰਾ ਆ ਰਿਹਾ ਮਜ਼ਾ ਆ ਰਿਹਾ ਵੀ ਸਰ ਹਾਂਜੀ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਨੇ ਸਾਡੇ ਡਾਊਟ ਵੀ ਕਲੀਅਰ ਹੋ ਰਹੇ ਨੇ ਤਾਂ ਇੱਕ ਵਾਰ ਥੰਬਸ ਅਪ ਦਾ ਸਾਈਨ ਜ਼ਰੂਰ ਕਰ ਦਿਓ ਕਿ ਸਰ ਬਿਲਕੁਲ ਨਜ਼ਾਰਾ ਆ ਰਿਹਾ ਜੀ। ਬਾਕੀ ਪਟਵਾਰੀ ਦਾ ਪੇਪਰ ਹਜੇ ਕਹਿੰਦੇ ਜੀ ਕੀ ਹੋ ਜੂਗਾ। ਦੇਖੋ ਅਜੇ ਤੱਕ ਜਿਹੜੀ ਇਨਫ ਉਸ ਬੰਦੇ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਲੇਕਿਨ ਹਾਲ ਦੀ ਘੜੀ ਕਹਿੰਦੇ ਪਟਵਾਰੀ ਦਾ ਪੇਪਰ ਜ਼ਰੂਰ ਹੋਊਗਾ ਤੇ ਤੁਸੀਂ ਪੂਰਾ ਆਪਦਾ ਧਿਆਨ ਪੜ੍ਹਾਈ ਤੇ ਦੇਵੋ ਜਿਹੜੇ 710 ਲੱਗਣੇ ਤੁਹਾਡੇ ਤੁਹਾਡੇ ਚ ਹੀ ਹੋਣੇ ਆ 710 ਪਟਵਾਰੀ ਲੱਗਣੇ ਤੁਹਾਡੇ ਚੋ ਹੀ ਹੋਣੇ ਨੇ ਬਸ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋਮੋ ਕਿਤੇ ਇਹੀ ਨਾ ਸੀ ਪੁੱਛਦੇ ਰਹੀ ਜੀ ਜਾਂ ਇਸੇ ਉਮੀਦ ਨਾਲ ਜੇ ਕਿ ਪੇਪਰ ਹੋਊਗਾ ਨਹੀਂ ਹੋਊਗਾ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਨੇ ਜਿਹੜੇ ਦੋ ਕੈਟਾਗਰੀ ਚਾਹੁੰਦੇ ਨੇ ਪਹਿਲਾਂ ਤਾਂ ਇਸ ਗੱਲ 'ਚ ਰੌਲਾ ਪਾਜੀ ਪੋਸਟਪੋਨ ਹੋ ਜਵੇ ਪੋਸਟਪੋਨ ਹੋ ਜਵੇ ਦੂਜੇ ਉਹ ਜੇ ਪੋਸਟ ਬਣੋਗੇ ਨਾ ਰੋਲਾ ਪਣਾ ਉਹ ਹੋ ਬੜਾ ਮਾੜਾ ਹੈ ਬੜਾ ਮਾੜਾ ਹੋਇਆ ਜਿਹੜਾ ਸਿਲੈਕਸ਼ਨ ਵਾਲਾ ਬੱਚਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਇੱਕੋ ਚੀਜ਼ ਦਾ ਫਰਕ ਪੈਂਦਾ ਕਿ ਐਗਜ਼ਾਮ ਜਿਸ ਦਿਨ ਹੋਣਾ ਆ ਜਦੋਂ ਮਰਜ਼ੀ ਹੋਵੇ ਉਹਨੇ ਉਸ ਦਿਨ ਕਿੱਦਾਂ ਦੀ ਪਰਫਾਰਮੈਂਸ ਕਰਕੇ ਆਉਣੀ ਆ ਬਸ ਬਾਕੀ ਜਨਤਾ ਨੂੰ ਇਹ ਫਿਕਰ ਹੁੰਦਾ ਜੀ ਪੇਪਰ ਕਦੋਂ ਆਊਗਾ ਹੋ ਜਾਣਾ ਚਾਹੀਦਾ ਆਪਣੇ ਆਪਣੇ ਸਲਾਹ ਦਿੰਦੇ ਰਹਿੰਦੇ ਨੇ ਆਪਣੀ ਸਲਾਹ ਦੇ ਅਕੋਰਡਿੰਗ ਪੀਟਰ ਪਲੱਸ ਵੀ ਨਹੀਂ ਕੰਮ ਕਰਨਾ ਤੁਹਾਡਾ ਜੋਰ ਤੁਹਾਡੇ ਕੰਟੈਂਟ ਤੇ ਤੁਹਾਡੇ ਪੜਨ ਤੇ ਆ ਬਸ ਤੁਸੀਂ ਆਪਣਾ ਜੋਰ ਪੜਨ ਤੇ ਰੱਖੋ ਮੇਨਾ ਸਹਿਮਤ ਹੋ ਕਿ ਨਹੀਂ ਦੱਸੋ ਸਿਰਫ ਪੜ੍ਹਾਈ ਤੇ ਜ਼ੋਰ ਦੇਖੋ ਜਿੰਨਾ ਜ਼ਿਆਦਾ ਪੜ੍ਹੋਗੇ ਉੰਨੀ ਜ਼ਿਆਦਾ ਸਿਲੈਕਸ਼ਨ ਲੈ ਕੇ ਆਉਂਗੇ ਜੀ ਆਨਸਰ ਕੀ ਸਾਡੇ ਕੋਲੇ ਆਰਾਮ ਤੀਰਥ ਮੇਲਾ ਕਹਿੰਦੇ ਅੰਮ੍ਰਿਤਸਰ ਸਾਹਿਬ ਵਿੱਚ ਲੱਗਦਾ ਜੀ অপਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ অপਸ਼ਨ ਨੰਬਰ ਸੀ ਇੱਕ ਕਾਫੀ ਵੱਡਾ ਮੈਸੇਜ ਆ ਰਿਹਾ ਹੈ ਮੇਰੀ ਬੇਨਤੀ ਹੈ ਜੀ ਕਲਾਸ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਇਹ ਸਵਾਲ ਪੁੱਛੋ ਨਹੀਂ ਪੜਿਆ ਜਾ ਰਿਹਾ ਕਾਫੀ ਵੱਡਾ ਥੋੜਾ ਮੈਸੇਜ ਆ ਗਿਆ ਜਿਹੜਾ ਕਿ ਮੈਂ ਆਨੇ ਵਾਲਾ ਨੂੰ ਰੀਡ ਕਰਨ ਦੇ ਵਿੱਚ ਤੇ ਇੱਕ ਗੱਲ ਮੇਰੀ ਤੁਸੀਂ ਆਪ ਸੋਚੋ ਠੀਕ ਹੈ ਪਹਿਲਾਂ ਮੈਂ ਅਗਲਾ ਕੁਐਸਚਨ ਦਿਖਾਦਾ ਤੁਸੀਂ ਕੁਐਸਚਨ ਵੀ ਦੇਖੀ ਚੱਲਿਓ ਆਹ ਦੇਖੋ ਕੁਐਸਚਨ ਕੀ ਕਹਿੰਦਾ ਹੂ ਹੈਜ਼ ਰੀਸੀਵਡ ਦਾ ਸਾਇਤ ਅਕੈਡਮੀ ਅਵਾਰਡਸ 2022 ਫੋਰ ਹਿਸ ਨੋਬਲ ਕਾਲਾ ਪਾਣੀ ਕਹਿੰਦੇ ਕਾਲਾ ਪਾਣੀ ਦੇ ਲਈ ਕਿਹਨੂੰ ਅਵਾਰਡ ਮਿਲਿਆ ਸੀਗਾ ਹੈ ਆਪਸ਼ਨ ਕਿੱਥੇ ਹੈ ਇੱਕ ਵਾਹ ਜੀ ਵਾਹ ਇੱਕ ਹੀ ਚੱਕਰ देखियो ना माड़ा यार भी एक क्वेश्चन आ गया थोड़ा जा हाँ ऑप्शन ए ही आंसर आते तो उ है नहीं मैं भी कहना भी आंसर कितने गया आ गया लो जी ਅਮਰ ਜੈਂਦਰਨ ਅਮਰ ਜੈਂਦਰਨ ਆਨਸਰ ਹੈ ਹਾਂਜੀ ਪੈਪਸੂ ਦੀਆਂ 8 ਹੀ ਰਾਜਤਾ ਸਿਗੀਆਂ ਜੀ ਪੈਪਸੂ ਦੀਆਂ 8 ਹੀ ਰਾਜਤਾ ਸਿਗੀਆਂ ਪੜਾਈਆਂ ਹੋਈਆਂ ਨੇ ਅੱਗੇ ਫਿਰ ਪੜਾ ਦਾਂਗੇ ਪੈਪਸੂ ਦੀਆਂ 8 ਹੀ ਰਾਜਤਾ ਸਿਗੀਆਂ ਅਮਰ ਜੈਂਦਰਨ ਹੀ ਹੈਗਾ ਤੇ ਉਹ ਹੀ ਆਪਸ਼ਨ ਦੇ ਵਿੱਚੋਂ ਮਿਸਿੰਗ ਸਿਗਾ ਪਤਾ ਨਹੀਂ ਕੀ ਹੋ ਗਿਆ ਕੁਝ ਟਾਈਮ ਦੇ ਨਹੀਂ ਸੋਨ ਸਿੰਘ ਨਹੀਂ ਗਲਤੀ ਦੇ ਕਹਿ ਰਹੇ ਨੇ ਐਮ ਰਾਜੇਂਦਰਨ ਜਿਨ੍ਹਾਂ ਨੂੰ ਇਸ ਵਾਰ ਦੇਖ ਹੁਣ ਇਥੇ ਦੋ ਚੀਜ਼ਾਂ ਜ਼ਰੂਰੀ ਨੇ ਆਹ ਪਹਿਲਾ ਬੰਦਾ ਦੇਖ ਲਓ ਜੀ ਇਹ ਵਾਲਾ ਇਹ ਫਾਰਮਰ ਆਈਐਸ ਅਫਸਰ ਸਿਗਾ ਪਹਿਲਾਂ ਆਈਐਸਸੀ ਦਾ ਫਿਰ ਰਿਟਾਇਰ ਹੋ ਗਿਆ ਫਿਰ ਨੇ ਆਪਦਾ ਕਿਤਾਬਾਂ ਲਿਖਣ ਦਾ ਕੰਮ ਸ਼ੁਰੂ ਕਰ ਦਿੱਤਾ ਕਹਿੰਦਾ ਨਾ ਵੀ ਕਿਤਾਬਾਂ ਲਿਖਣ ਦਾ ਕੰਮ ਇਹਨੇ ਸ਼ੁਰੂ ਕਰ ਦਿੱਤਾ ਤੇ ਇਹਨੂੰ ਕੀ ਹੋ ਗਿਆ ਇਸ ਪੁਰਸਕਾਰ ਮਿਲ ਗਿਆ ਹੁਣ ਇਹ ਤੋਂ ਇੰਪੋਰਟੈਂਟ ਕੀ ਆ ਇੱਕ ਤਾਂ ਜਿਹੜਾ ਅਵਾਰਡ ਮਿਲਿਆ ਸਾਹਿਤ ਅਕੈਡਮੀ ਵਾਰਡ ਯਾਦ ਰੱਖੋ ਕਿ ਇਹਨਾਂ ਨੂੰ ਮਿਲਿਆ ਐਮ ਰਾਜੇਂਦਰਨ ਜੀ ਨੂੰ ਪਹਿਲੀ ਗੱਲ ਉਹਨਾਂ ਦੀ ਰਚਨਾ ਪੁੱਛ ਲੈ ਸਕਦੇ ਆ ਐਗਜ਼ਾਮੀਨਰ ਪੁੱਛੂਗਾ ਕਿ ਕਾਲਾ ਪਾਣੀ ਕਿ ਇਹਨਾਂ ਦੀ ਰਚਨਾ ਹੈ ਹੋ ਸਕਦਾ ਨਾ ਪੁੱਛੇ ਅਵਾਰਡ ਕਿ ਇਹਨੂੰ ਮਿਲਿਆ ਕੀ ਪੁੱਛੂਗਾ ਕਾਲਾ ਪਾਣੀ ਕਿਹਨਾਂ ਦੀ ਰਚਨਾ ਹੈ ਤਾਂ ਯਾਦ ਰੱਖੋ ਐਮ ਰਾਜੇਂਦਰਨ ਜੀ ਦੀ ਰਚਨਾ ਹੈ ਕਿਹਨਾਂ ਦੀ ਹੈ ਐਮ ਰਾਜੇਂਦਰਨ ਜੀ ਦੀ ਇੰਪੋਰਟੈਂਟ ਹੈ ਕੁਐਸਚਨ ਮੈਂ ਬਾਰ-ਬਾਰ ਇਸ ਕਰਕੇ ਕਹਿ ਰਿਹਾ ਕਿਉਂਕਿ ਇਗਜ਼ਾਮ ਦੇ ਵਿੱਚ ਆ ਸਕਦਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਹਾਂਜੀ ਕਰ ਲਿਆ ਨੋਟ ਜੀ ਚੱਲੀਏ ਅਗਲੇ ਕੁਐਸਚਨ ਤੇ ਲੋ ਜੀ ਆਪਾਂ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਹਾਂ ਇੱਕ ਹੋਰ ਗੱਲ ਮੈਂ ਦੁਬਾਰਾ ਰੀਕਾਲ ਕਰਵਾ ਦਵਾਂ ਆਪਣੀ 6 ਮਈ ਨੂੰ ਮੈਰਾਥਨ ਆ ਰਹੀ ਹੈ ਸਾਰੇ ਬੱਚਿਆਂ ਨੇ ਸ਼ਾਮ ਨੂੰ 4 ਵਜੇ ਜ਼ਰੂਰ ਜੁੜਨਾ ਆ ਇੱਕ ਇਦਾਂ ਦੀ ਮੈਰਾਥਨ ਹੋਊਗੀ ਢਾਈ ਤੋਂ ਤਿੰਨ ਘੰਟਿਆਂ ਦੀ ਮੈਰਾਥਨ ਕਿੰਨੇ ਢਾਈ ਤੋਂ ਤਿੰਨ ਘੰਟਿਆਂ ਦੀ ਮੈਰਾਥਨ ਹੋਊਗੀ ਤੇ ਇਹਦੇ ਵਿੱਚ ਮੈਕਸਿਮਮ ਬੱਚਿਆਂ ਨੇ ਆਪਣੇ ਨਾਲ ਜੁੜ ਕੇ ਆਪਾਂ ਇਸ ਮੈਰਾਥਨ ਨੂੰ ਬਹੁਤ ਹੀ ਜ਼ਿਆਦਾ ਸਫਲ ਬਣਾਉਣਾ ਹੈ ਠੀਕ ਆ ਆਉਂਗੇ ਨਾ ਸਾਰੇ ਜਾਣੇ ਸਾਰੇ ਜਾਣੇ ਆਉਣਗੇ ਕਿ ਨਹੀਂ ਆਉਣਗੇ ਜੀ ਹੱਥ ਖੜਾ ਕਰੋ ਜਿਹੜਾ ਜਿਹੜਾ ਉਸ ਮੈਰਾਥਨ ਦੇ ਵਿੱਚ ਆਊਗਾ ਇਸ ਕੁਸ਼ਣ ਦਾ ਆਨਸਰ ਕਰੋ ਇੱਕ ਵਾਰ ਤੁਹਾਨੂੰ ਇੰਪੋਰਟੈਂਟ ਪੁਆਇੰਟ ਦੱਸਣਾ ਹੁਣ ਤੁਸੀਂ ਇਹ ਸੋਚੋ ਵੀ ਤੁਸੀਂ ਕਿਹੜੀ ਕੈਟਾਗਰੀ ਚ ਆਉਨੇ ਹੋ ਜੇ ਮੰਨ ਲਓ ਮੈਂ ਆਪਦੀ ਗੱਲ ਕਰ ਆਪਦੀ ਵੀਡੀਓ ਦੀ ਗੱਲ ਕਰਾਂ ਠੀਕ ਆ ਮੈਂ ਆਪਦੀ ਵੀਡੀਓ ਦੀ ਗੱਲ ਕਰ ਰਿਹਾ ਮੰਨ ਲਓ ਮੈਨੂੰ ਪਤਾ ਕੱਲ ਤੱਕ ਇਹ ਵੀਡੀਓ 10000 ਬੱਚੇ ਨੇ ਦੇਖ ਲੈਣੀ ਆ 10000 ਬੱਚੇ ਨੇ ਤੇ ਪੰਜਾਬ ਪਟਵਾਰੀ ਕਿੰਨਾ ਨੇ ਲੱਗਣਾ 710 ਨੇ ਕਿੰਨੇ ਲੱਗਣਾ 710 ਨੇ ਹੁਣ ਤੁਸੀਂ ਸੋਚਣਾ ਵੀ ਕੀ ਤੁਸੀਂ ਉਹਨਾਂ 710ਾਂ ਚ ਆਉਣਿਓ ਕਿ ਨਹੀਂ ਉਹਨੂੰ ਲੱਗਣੇ ਪੰਜਾਬ ਪਟਵਾਰੀ 710 ਹੀ ਆ ਇਸ ਸਾਲ ਇੰਨੇ ਲੱਗਣੇ ਕੀ ਪਤਾ ਤੁਹਾਡੇ ਜੋ ਕੁਝ ਪੁਲਿਸ ਵਾਲੇ ਹੁਣ ਕੋਈ ਕਿਸੇ ਵਾਲੇ ਹੁਣ ਲੇਕਿਨ ਇੰਨੇ ਹੀ ਲੱਗਣੇ ਆ ਤੇ ਤੁਸੀਂ ਜਿਹੜੇ ਬਾਕੀ ਬੱਚੇ ਹੁੰਦੇ ਨੇ ਨਾ ਜਿਹੜੇ ਰਹਿ ਜਾਂਦੇ ਨੇ ਰੱਬ ਵਾਸਤਾ ਰੱਬ ਕਰੇ ਸਭ ਦੀ ਨੌਕਰੀ ਲੱਗੇ ਲੇਕਿਨ ਕੁਝ ਬੱਚੇ ਹੁੰਦੇ ਨੇ ਨੇ ਰਹਿ ਜਾਂਦੇ ਨੇ ਉਹਨਾਂ ਦਾ ਕਾਰਨ ਪਤਾ ਕੀ ਇਹਨਾਂ ਦਾ ਤਾਂ ਧਿਆਨ ਇਸ ਗੱਲ ਤੇ ਹੁੰਦਾ ਜੀ ਪੇਪਰ ਪੋਸਟਬਨ ਹੋ ਜੇ ਹਾਏ ਪੇਪਰ ਪੋਸਟਬਨ ਕਾਤੋ ਹੋ ਗਿਆ ਹਾਏ ਠੀਕ ਹੈ ਸਿਲੇਬਸ ਕਿਦਾਂ ਦਾ ਰਹਿ ਗਿਆ ਉਹਨਾਂ ਦਾ ਧਿਆਨ ਸਿਲੈਕਸ਼ਨ ਤੇ ਹੈ ਨਹੀਂ ਉਹਨਾਂ ਦਾ ਫੋਕਸ ਹੀ ਨਹੀਂ ਹੈਗਾ ਕਿ ਅਸੀਂ ਕਿੱਦਾਂ ਪੜ ਕੇ ਕਲਾਸ 'ਚ ਸਾਡੇ 'ਚ ਸਬਰ ਹੈਗਾ ਇੱਕ ਘੰਟਾ ਬਹਿ ਲਈਏ ਜੇ ਤੁਸੀਂ ਕਲਾਸ ਦੇ ਵਿੱਚ ਇੱਕ ਘੰਟਾ ਸਬਰ ਰੱਖ ਕੇ ਪੜ ਨਹੀਂ ਸਕਦੇ ਅੱਗੇ ਅਸੀਂ ਫਿਊਚਰ ਕਿਵੇਂ ਆਪਣਾ ਸਿਕਿਉਰ ਦੇਖਦੇ ਹਾਂ ਸਿੱਧੀ ਗੱਲ ਆ ਆਪਣਾ ਜੋਰ ਇਹ ਆ ਕਿ ਮੈਂ ਉਹਨਾਂ 710ਾਂ ਦੇ ਵਿੱਚੋਂ ਕਿਵੇਂ ਵੱਧ ਤੋਂ ਵੱਧ ਬੱਚੇ ਇਦਾਂ ਦੇ ਲੱਭਣੇ ਜਿਹੜੇ ਆਪਣੇ ਹੋਣ ਬਸ ਕਿਉਂਕਿ ਮੈਨੂੰ ਪਤਾ ਤੇ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤੁਹਾਡਾ ਉਹਨਾਂ 710ਾਂ ਵਿੱਚ ਨੰਬਰ ਪੈ ਜਾਵੇ ਕਿਹੜਾ-ਕਿਹੜਾ ਪੂਰੀ ਕੋਸ਼ਿਸ਼ ਕਰ ਰਿਹਾ ਕਿ ਮੇਰਾ ਨੰਬਰ ਪੈਣਾ ਚਾਹੀਦਾ ਇਹਨਾਂ 710ਾਂ ਦੇ ਵਿੱਚ ਇੱਕ ਉਹ ਹੱਥ ਖੜਾ ਕਰੋਗੇ ਸਰ ਸਾਡਾ ਪੂਰਾ ਜੋਰ ਆ ਜੀ ਅਸੀਂ ਕੰਮ ਨਹੀਂ ਜਾਣ ਦੇਣਾ ਕਹਿੰਦੇ ਕਿਨੇ ਡਿਜ਼ਾਈਨ ਕੀਤਾ ਹੈ ਲਓ ਜੀ ਦੱਸੋ ਫਿਰ ਜਿਹੜੇ ਨੇਕਚੰਦ ਵਾਲੇ ਨੇ ਵਧਾਈ ਦੇ ਪਾਤਰ ਨੇ ਲਈ ਕੋਰਬੂਜ਼ੀਰ ਹੁਣ ਪੇਪਰ ਨੇੜੇ ਆ ਗਿਆ ਨਾ ਇਹਨਾਂ ਚੀਜ਼ਾਂ ਦੇ ਤੁਹਾਨੂੰ ਬਹੁਤ ਜ਼ਰੂਰਤ ਹੈ ਇੱਕ ਬੂਸਟਰ ਡੋਜ਼ ਦਾ ਕੰਮ ਕਰੂਗੀ ਵੀ ਜਿਹੜੇ ਹੁਣ ਰਹਿ ਗਏ ਦਿਨ 10 ਤੋਂ 12 ਦਿਨ ਇਹਨਾਂ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ ਅਸੀਂ ਪੂਰੀ ਤਿਆਰੀ ਕਰ ਦੇਣੀ ਆ ਜੀ ਜਾਨ ਲਾ ਦੇਣਾ ਆ ਹੁਣ ਬਸ ਪੜਨਾ 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 ਤੇ ਪੜਨਾ ਹੈ ਹੁਣ ਸੀਰੀਅਸਨੈਸ ਦੇਖੋ 24 ਆਪਣੇ ਕੋਲੇ ਬੱਚੇ ਬੈਠੇ ਆ 1100 ਦੇ ਲਗਭਗ ਠੀਕ ਆ ਤੇ ਕਮੈਂਟ ਕਿੰਨੇ ਕਰ ਰਹੇ ਨੇ ਸਿਰਫ 350 ਬੱਚਾ ਕਿਉਂਕਿ ਬਾਕੀ ਜ਼ਰੂਰੀ ਨਹੀਂ ਸਮਝਦੇ ਆਂਸਰ ਕਰਨਾ ਕਹਿੰਦੇ ਕੋਈ ਚੱਕਰ ਨਹੀਂ ਕੱਢੀ ਗੱਲ ਆ ਦੇਦਾ ਗਿਆ ਆਂਸਰ ਕੜਾ ਠਾਠਾ ਲੱਗੀ ਹੋਈ ਐਨੀ ਕੀ ਜ਼ਰੂਰਤ ਆ ਜੋ ਤੁਸੀਂ ਇਸ ਕਲਾਸ ਨੂੰ ਸੀਰੀਅਸ ਨਹੀਂ ਲੈ ਰਹੇ ਇਸ ਕੁਐਸਚਨ ਨੂੰ ਰੀਡ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਆਨਸਰ ਤਾਂ ਹੀ ਹੋਊਗਾ ਜੇ ਕੋਸ਼ਿਸ਼ ਕਰਾਂਗੇ ਰੀਡ ਕਰਨ ਦੀ ਜੇ ਕੋਸ਼ਿਸ਼ ਕਰੋਗੇ ਤਾਂ ਓਬਵੀਅਸ ਆ ਪੇਪਰ ਦੇ ਵਿੱਚ ਪੜ੍ਹੀ ਲਿਖੀ ਕੋਈ ਗੱਲ ਖਾਨੇ ਪੈ ਜੂਗੀ ਤਾਂ ਪੇਪਰ ਚ ਕੁਐਸਚਨ ਸਹੀ ਹੋ ਜਾਊਗਾ ਫਿਰ ਜਾ ਕੇ ਨਾ ਲੰਬੇ ਹੀ ਦੇਣੇ ਆ ਜੀ ਪੇਪਰ ਔਖਾ ਸਦੇ ਵਸ ਤੋਂ ਬਾਹਰ ਆ ਗਿਆ ਉੱਥੇ ਤਾਂ ਪੈਸੇ ਚੱਲ ਗਏ ਨਹੀਂ ਪੜੋਂਗੇ ਨੌਕਰੀ ਜ਼ਰੂਰ ਮਿਲੂਗੀ ਤੇ ਤੁਸੀਂ ਨੌਕਰੀ ਲੈਣੀ ਆ ਕੁਐਸਚਨ ਦੇਖੋ ਕਿੰਨਾ ਸ਼ਾਨਦਾਰ ਆ ਕਹਿੰਦੇ ਅ ਬੁੱਕ ਆਥਰਡ ਬਾਈ ਕਹਿੰਦੇ ਬੁੱਕ ਕਿਹਦੇ ਦੁਆਰਾ ਲਿਖੀ ਗਈ ਆ ਕਿਹੜੀ ਓਏ ਹੋਏ ਯਾਰ ਚਲੋ ਆਨਸਰ ਤੁਸੀਂ ਕਹਦਾ ਸ਼ੇਖਰ ਪਾਠਕ ਚਲੋ ਮੈਂ ਕੁਐਸਚਨ ਪੜ੍ਹ ਦਿੰਨਾ ਇੱਕ ਬੁੱਕ ਕਹਿੰਦੇ ਕਿਹਦੇ ਦੁਆਰਾ ਲਿਖੀ ਗਈ ਆ ਹੂਮ ਪਪੂਲਰ ਇੱਕ ਫੋਰੈਸਟ ਮੂਵਮੈਂਟ ਹੋਈ ਸੀਗੀ ਫੋਰੈਸਟ ਕੰਜ਼ਰਵੇਸ਼ਨ ਮੂਵਮੈਂਟ ਹੋਈ ਸੀਗੀ ਚਿਪਕੋ ਮੂਵਮੈਂਟ ਉਸ ਮੂਵਮੈਂਟ ਨੂੰ ਲੈ ਕੇ ਇੱਕ ਬੁੱਕ ਲਿਖੀ ਗਈ ਤੇ ਉਸ ਬੁੱਕ ਨੂੰ ਇੱਕ ਅਵਾਰਡ ਮਿਲਿਆ ਠੀਕ ਹੈ ਕਮਲਾ ਦੇਵੀ ਚਤਉਪ ਵਿਧਾਇ ਐਨ ਆਈ ਐਫ ਬੁੱਕ ਅਵਾਰਡ ਇਸ ਇਹ ਅਵਾਰਡ ਦਾ ਨਾਮ ਆ ਜਿਹੜਾ ਅਵਾਰਡ ਦਿੱਤਾ ਗਿਆ ਆ ਇਹ ਮੂਵਮੈਂਟ ਦਾ ਨਾਮ ਆ ਜਿਹੜੀ ਇਹ ਮੂਵਮੈਂਟ ਨੂੰ ਮਿਲਿਆ ਸੀਗਾ ਜਿਹੜੀ ਮੂਵਮੈਂਟ ਤੇ ਕਿਤਾਬ ਲਿਖੀ ਸੀਗੀ ਉਹ ਕਿਤਾਬ ਕਹਿੰਦੇ ਲਿਖੀ ਕੇਸ ਬੰਦੇ ਨੇ ਹੈ ਲੌਜੀਕ ਇਹਨੇ ਲਿਖੀ ਹੈ ਸ਼ੇਖਰ ਪਾਠਕ ਜੀ ਦੁਆਰਾ ਲਿਖੀ ਗਈ ਹੈ ਕਿ ਨੋਵਲ ਲਿਖੀ ਹੈ ਸ਼ੇਖਰ ਪਾਠਕ ਜੀ ਦੁਆਰਾ ਹੁਣ ਜਿਹੜੀ ਇਹ ਮੂਵਮੈਂਟ ਆ ਪਹਿਲਾਂ ਦੇਖ ਲਓ ਕੌਣ ਨੇ ਸ਼ੇਖਰ ਪਾਠਕ ਇਹ ਇਨਸਾਨ ਨੇ ਜਿਨ੍ਹਾਂ ਨੇ ਬੁੱਕ ਲਿਖੀ ਆ ਦਾ ਚਿਪਕੋ ਮੂਵਮੈਂਟ ਹੁਣ ਚਿਪਕੋ ਮੂਵਮੈਂਟ ਜਿਹੜੀ ਆ ਇਹਦਾ ਮਤਲਬ ਕੀ ਸੀਗਾ ਵੈਸੇ ਇਹ ਕਿਹੜੇ ਏਰੀਆ ਵਿੱਚ ਸਟਾਰਟ ਹੋਈ ਸੀਗੀ ਤੇ ਇਹਨੂੰ ਸਟਾਰਟ ਕਹਿੰਦੇ ਕੀਤਾ ਸੀਗਾ ਇਹ ਵੀ ਕੁਐਸਚਨ ਬਣ ਸਕਦਾ ਕਿਉਂਕਿ ਇਹ ਲੌਜੀਕ ਇੱਥੇ ਜੁੜੂਗਾ ਹੀ ਜੁੜੂਗਾ ਦੇਖੋ ਚਿਪਕੋ ਮੂਵਮੈਂਟ ਕਿੱਦਾਂ ਦੀ ਸੀਗੀ ਕਹਿੰਦੇ ਹਿਮਾਲਿਆ ਦੇ ਪਹਾੜਿਆਂ ਵਿੱਚ ਦਰਖਤ ਕੱਟੇ ਜਾ ਰਹੇ ਸੀਗੇ ਤੇ ਜਦੋਂ ਦਰਖਤ ਕੱਟ ਰਏ ਸੀ ਕਿ ਉੱਥੋਂ ਦੇ ਜਿਹੜੇ ਲੋਕ ਸੀਗੇ ਉਹ ਨਹੀਂ ਸੀ ਚਾਹੁੰਦੇ ਕਿ ਦਰਖਤ ਕੱਟ ਹੋਣ ਤਾਂ ਬਹੁਤ ਸਾਰੀਆਂ ਲੇਡੀਜ਼ ਨੇ ਦਰਖਤ ਨੂੰ ਜਾ ਕੇ ਚਿਪਕਣਾ ਸ਼ੁਰੂ ਕਰ ਦਿੱਤਾ ਮਤਲਬ ਦਰਖਤਾਂ ਨੂੰ ਚਿੰਬੜ ਗਈਆਂ ਦਰਖਤਾਂ ਨੂੰ ਜੱਫੇ ਪਾਲੇ ਵੀ ਅਸੀਂ ਇਹਨਾਂ ਦਰਖਤਾਂ ਨੂੰ ਵੱਢਣ ਨਹੀਂ ਦੇਵਾਂਗੇ ਜੇ ਵੱਢਣਾ ਸਾਨੂੰ ਪਹਿਲਾਂ ਵੱਢ ਲਓ ਲੇਕਿਨ ਦਰਖਤਾਂ ਨੂੰ ਅਸੀਂ ਨਹੀਂ ਵੱਢਣ ਦਵਾਂਗੇ ਤੇ ਇਸ ਇਸ ਮੂਵਮੈਂਟ ਨੂੰ ਸਟਾਰਟ ਕੀਤਾ ਗਿਆ ਸੀਗਾ ਕਿਨਾਂ ਦੁਆਰਾ ਜੀ ਹਾਂਜੀ ਦੱਸੋ ਐਸ ਤੋਂ ਨਾਮ ਸਟਾਰਟ ਹੁੰਦਾ ਪਹਿਲਾ ਤੇ ਦੂਜਾ ਬੀ ਤੇ ਹੈ ਜੀ ਸੁੰਦਰ ਲਾਲ ਬਹੁਗੁੰ ਜੀ ਜਿਨ੍ਹਾਂ ਨੇ ਇਹ ਮੂਵਮੈਂਟ ਨੂੰ ਸਟਾਰਟ ਕੀਤਾ ਸੀਗਾ ਕਿ ਇਹਨਾਂ ਨੇ ਸੁੰਦਰ ਲਾਲ ਬਹੁਗੁੰ ਜੀ ਯਾਦ ਰੱਖਿਓ ਸੁੰਦਰ ਲਾਲ ਬਹੁਗੁੰਾ ਸ਼ਾਬਾਸ਼ ਵੈਰੀ ਗੁੱਡ ਚਮੋਲੀ ਡਿਸਟ੍ਰਿਕਟ ਵੈਰੀ ਗੁੱਡ ਸ਼ਾਬਾਸ਼ ਕਿੱਥੇ ਹੋਈ ਸੀਗੀ ਓਕੇ ਜੀ ਹ ਉੱਤਰਾਖੰਡ ਠੀਕ हिमालय नॉर्मली याद रखो हिमालय दी डिस्ट्रिक्ट ਵਿੱਚ ਹੋਇਆ ਸੀਗਾ ਇੰਨਾ ਹੀ ਬਹੁਤ ਹੈ ਹਿਮਾਲਿਆ 'ਚ ਉਹ ਤੁਸੀਂ Shimla ਕੋਈ ਤੁੱਕੇ ਨਾ ਮਾਰੋ ਕੋ Shimla ਕੋ ਚਮੌਲੀ ਕੋ ਕੁਛ ਕਹੀ ਜਾਂਦਾ नॉर्मल ਕੀ ਯਾਦ ਰੱਖਣਾ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਹੋਇਆ ਸੀਗਾ ਹਿਮਾਲਿਆ ਦੇ ਹੋਇਆ ਸੀਗਾ ਉਹਨਾਂ ਦਾ ਨਾਮ ਯਾਦ ਰੱਖੋ ਸੁੰਦਰਲਾਬੋਗੁੰਜੀ ਅਗਲਾ ਕੁਐਸਚਨ what is the minimum number of the necessary for the Punjab Vidhan Sabha meeting ਕਿੰਨੇ ਘੱਟੋ ਘੱਟ ਮੈਂਬਰ ਚਾਹੀਦੇ ਨੇ ਜੇ ਤੁਸੀਂ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਨੂੰ ਲਗਾਉਣਾ ਚਾਹੁੰਦੇ ਹੋ 20 17 7 ਜਾਂ ਫਿਰ 12 ਚਾਹੀਦੇ ਨੇ ਜੀ ਕਿੰਨੇ ਮੈਂਬਰ ਚਾਹੀਦੇ ਨੇ ਦੱਸੋ ਕਿੰਨੇ ਮੈਂਬਰ ਘੱਟੋ-ਘੱਟ ਚਾਹੀਦੇ ਨੇ ਜੇ ਵਿਧਾਨ ਸਭਾ ਦੀ ਮੀਟਿੰਗ ਹੋਣੀ ਚਾਹੀਦੀ ਹੈ ਇਹਨੂੰ ਅਸੀਂ ਪੋਲਿਟੀ ਜਗਨੇ ਕੋਰਮ ਕੀ ਕਹਿੰਦੇ ਆ ਕੋਰਮ ਦਾ ਤੁਸੀਂ ਟਰਮ ਸੁਣੀ ਹੋ ਕੀ ਕੋਰਮ ਆ ਤੇ ਕੋਰਮ ਜਿਹੜੀ ਹੈਗੀ ਆ ਕੋਰਮ ਟਰਮ ਆ ਇਹਦਾ ਮਤਲਬ ਕੀ ਆ ਕਿ ਘੱਟੋ-ਘੱਟ ਅਸੀਂ ਜੇ ਗੱਲ ਕਰੀਏ ਕੋਰਮ ਦੀ ਗੱਲ ਕਰੀਏ ਤਾਂ ਘੱਟੋ-ਘੱਟ ਸਾਡੇ ਕੋਲ ਕਿੰਨੇ ਜੀ ਕਹਿੰਦੇ 10% ਆਫ ਦਾ ਹਾਊਸ ਜਿੰਨਾ ਵੀ ਹਾਊਸ ਹੈਗਾ ਆ ਉਸ ਹਾਊਸ ਦੇ 10% ਮੈਂਬਰ ਹੋਣੇ ਬਹੁਤ ਜ਼ਰੂਰੀ ਨੇ ਹੁਣ 10% ਲਾ ਲਓ ਸਾਹਿਬ ਵੀ ਕਿੰਨੇ ਬਣਨਗੇ ਟੋਟਲ ਸਾਡੇ ਕੋਲ ਮੈਂਬਰ ਕਿੰਨੇ ਆ 117 ਇਹਨਾਂ ਦਾ 10% ਲਾ ਲਓ ਵੈਸੇ ਲਗਭਗ ਲਗਭਗ ਹਿਸਾਬ ਲਾਈਏ ਤਾਂ 12 ਮੈਂਬਰ ਤਾਂ ਬਣ ਹੀ ਜਾਂਦੇ ਨੇ ਕਿਉਂਕਿ 11.7 ਬਣਨੇ ਨੇ ਆਪਾਂ ਲੰਮਸਮ 12 ਲਾ ਲੈ ਕਿ ਘੱਟੋ ਘੱਟ 12 ਮੈਂਬਰ ਹੋਣਗੇ ਤਾਂ ਹੀ ਜਾ ਕੇ ਕੀ ਬਣਦਾ ਹੁੰਦਾ ਇੱਕ ਮੀਟਿੰਗ ਹੋਊਗੀ ਤੇ ਇੰਨੇ ਨੰਬਰਾਂ ਤੇ ਕੋਰਮ ਤਾਂ ਸੁਣਿਆ ਨਾ ਸਾਰਿਆਂ ਨੇ ਕੋਰਮ ਸੁਣਿਆ ਹੋਊਗਾ ਉੱਥੋਂ ਇੱਕ ਕੁਐਸਚਨ ਆ ਇੱਕ ਮੈਂ ਗੱਲ ਹੋਰ ਬੜੀ ਨੋਟ ਕੀਤੀ ਆ ਕਿ ਤੁਹਾਨੂੰ ਪਤਾ ਸਾਰਾ ਕੁਝ ਹੁੰਦਾ ਆ ਬਟ ਤੁਸੀਂ ਉਸ ਚੀਜ਼ ਨੂੰ ਕਿਉਂਕਿ ਪਤਾ ਦਾ ਮਤਲਬ ਤੁਸੀਂ ਪੜਿਆ ਹੋਊਗਾ ਕਿਤੇ ਨਾ ਕਿਤੇ ਸੁਣਿਆ ਪੜਿਆ ਤੁਸੀਂ ਆਪਣੀ ਲਾਈਫ ਇੰਨੀ ਹੰਡਾਲੀ ਆ 22 25 ਸਾਲ ਦੇ ਕੋ 26 ਸਾਲ ਦਾ ਕੋ 30 ਸਾਲ ਦਾ ਬੀਊਗਾ ਹੁਣ ਤੱਕ ਬਹੁਤ ਕੁਝ ਸਿੱਖਿਆ ਬਟ ਉਸ ਸਿੱਖ ਨੂੰ ਇਗਜ਼ਾਮ ਦੇ ਵਿੱਚ ਕਿਵੇਂ ਯੂਜ਼ ਕਰਨਾ ਜਿੱਦਨ ਤੁਸੀਂ ਇਹ ਸਿੱਖ ਗਿਆ ਉਸ ਦਿਨ ਪੇਪਰ ਬਹੁਤ ਈਜ਼ੀ ਹੋ ਜਾਊਗਾ ਅਗਲਾ ਕੁਐਸਚਨ ਦੇਖੋ ਹੂ ਵਾਸ ਦਾ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਇੰਡੀਆ ਦੇ ਪ੍ਰੈਜ਼ੀਡੈਂਟ ਕੌਣ ਸੀਗਾ ਡਿਊਰਿੰਗ ਬਲੂ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਦੇ ਟਾਈਮ ਦੇ ਉੱਤੇ ਕੌਣ ਸੀਗਾ ਇੰਡੀਆ ਦਾ ਪ੍ਰੈਜ਼ੀਡੈਂਟ ਦੱਸੋ ਜੀ ਬੜੇ ਅ ਦਿਲੋਂ ਕੁ ਸ਼ਬਦ ਤੁਹਾਡੇ ਲਈ ਅੰਦਰੋਂ ਆ ਰਹੇ ਨੇ ਬਹੁਤ ਪਿਆਰ ਨਾਲ ਸ਼ਬਦ ਆ ਰਹੇ ਨੇ ਤੇ ਜੇ ਇਹਨਾਂ ਸ਼ਬਦਾਂ ਤੇ ਗੌਰ ਕਰੋ ਤੁਸੀਂ ਬੜੇ ਪਿਆਰ ਨਾਲ ਇਹ ਕੰਮ ਕਰ ਦਿਓ ਉਹ ਕੰਮ ਹੈ ਲਾਈਕ ਦਾ ਤੁਸੀਂ ਇੱਕ ਵਾਰ ਯਾਰ ਦੇਖ ਹੀ ਲੋ ਸੰਗ ਜੀ ਆਉਗੇ ਤੁਹਾਨੂੰ ਆਪਾਂ 1100 ਹੋ ਚਲੇ ਨੇ ਲਾਈਵ ਤੇ 8:30 ਵਜੇ ਲਾਈਕ ਆ ਹੋਣੇ ਪਹਿਲਾਂ ਲਾਈਕ 1000 ਪਲੱਸ ਕਰੋ ਅਗਲਾ ਕੁਸ਼ਨ ਆਪਾਂ ਲੈ ਕੇ ਆਵਾਂਗੇ ਇੱਕ ਵਾਰ ਲਾਈਕ 1000 ਪਲੱਸ ਕਰੋ ਕੌਣ ਸੀ ਗਿਆਨੀ ਜੈਲ ਸਿੰਘ ਸੀਗਾ ਉਸ ਟਾਈਮ ਤੇ ਬਲੂ ਸਟਾਰ ਦੇ ਦੱਸੋ ਜਦੋਂ ਕਹਿੰਦੇ ਬਲੂ ਸਟਾਰ ਹੋਇਆ ਸੀਗਾ ਪੰਜਾਬ ਦਾ ਗਵਰਨਰ ਕੌਣ ਸੀਗਾ ਇਹ ਬਹੁਤ ਇੰਪੋਰਟੈਂਟ ਕੁਸ਼ਨ ਹੁੰਦਾ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਪੰਜਾਬ ਦਾ ਗਵਰਨਰ ਕੌਣ ਸੀਗਾ ਪੰਜਾਬ ਦਾ ਗਵਰਨਰ ਕੌਣ ਸੀ ਉਸ ਟਾਈਮ ਤੇ ਪੰਜਾਬ ਦੇ ਬਹਿਰਵਦਤ ਪਾਂਡੇ ਕੌਣ ਸੀਗੇ ਪੰਜਾਬ ਦੇ ਨੋਟ ਕਰ ਲਓ ਜੀ ਬਹਿਰਵਦਤ ਪਾਂਡੇ ਤੇ ਕਦੋਂ ਹੋਇਆ ਸੀਗਾ ਇਹ 1984 ਦੇ ਵਿੱਚ ਬਲੂ ਸਟਾਰ ਜਿਹੜਾ ਆਪਰੇਸ਼ਨ ਹੋਇਆ ਸੀਗਾ ਦੰਨ ਜੀ ਇਹ 3 ਪੁਆਇੰਟ ਮੈਂ ਐਕਸਟਰਾ ਦੱਸੇ ਨੇ ਯਾਦ ਰੱਖਿਓ ਪੰਜਾਬ ਪੁਲਿਸ ਦੇ ਪੇਪਰ 'ਚ ਆਇਆ ਸੀਗਾ ਕਿ ਪੰਜਾਬ ਦੇ ਗਵਰਨਰ ਕੌਣ ਸੀਗੇ ਬਹਿਰਵਦਤ ਪਾਂਡੇ ਸੀਗੇ ਉਸ ਟਾਈਮ ਦੇ ਉੱਤੇ ਠੀਕ ਹੈ ਬਹਿਰਵਦਤ ਪਾਂਡੇ ਸਰ 7 ਨੰਬਰ ਕਿਸ 7 ਨੰਬਰ ਕਿਸ ਵਿੱਚ ਹੁੰਦੇ ਨੇ ਰਮਨ ਕਾਹਦੇ ਵਿੱਚ ਹੁੰਦੇ ਨੇ 7 ਨੰਬਰ ਕਿਸ ਵਿੱਚ ਹੁੰਦੇ ਨੇ ਜੀ ਲਓ ਚਲਿਏ ਅਗਲੇ ਕੁਐਸਚਨ ਤੇ ਲਓ ਜੀ ਬਹੁਤ ਅੱਛੇ 1100 ਪਲੱਸ ਲਾਈਵ ਹੋ ਚੁੱਕੇ ਨੇ ਬਸ ਇੱਕ ਵਾਰ ਲਾਈਕ ਵੀ ਕਰ ਦਿਓ ਆਪਣੇ 1000 ਪਲੱਸ ਨਾਲ ਦੀ ਨਾਲ ਆਪਾਂ ਆ ਦੇਖੋ ਜੀ ਜਦੋਂ ਇਹ ਹੋਇਆ ਸੀਗਾ ਬਲੂ ਸਟਾਰ ਆਪਰੇਸ਼ਨ ਦੀ ਗੱਲ ਆ ਟੈਂਕ ਅੰਦਰ ਗੈਸੇ ਦੇ ਦਰਵਾਰ ਸਾਹਿਬ ਦੇ ਉੱਤੇ ਸਾਨੂੰ ਪਤਾ ਆ ਅ ਗੁਰੂ ਘਰ ਦੇ ਹਿਸਾਬ ਨਾਲ ਦੇਖੇ ਤਾਂ ਬਹੁਤ ਜ਼ਿਆਦਾ ਬੇਦਬੀ ਹੋਈ ਸੀਗੀ ਉਸ ਟਾਈਮ ਦਿੱਤੇ ਗੁਰੂ ਘਰ ਦੀ ਅਕਾਲ ਤਖਤ ਸਾਹਿਬ ਦੀ ਬਹੁਤ ਹੀ ਜ਼ਿਆਦਾ ਬੇਦਬੀ ਹੋਈ ਸੀਗੀ ਜੋ ਕਿ ਬਹੁਤ ਮਾੜੀ ਸੀਗੀ ਇਹਨੂੰ ਟੈਕਲ ਕਰਨ ਦੇ ਹੋਰ ਹੋ ਸਕਦੇ ਸੀਗੇ ਤਰੀਕੇ ਲੇਕਿਨ ਬਹੁਤ ਹੀ ਇੱਕ ਕਹਦੀ ਹੈ ਵੀ ਇਦਾਂ ਦਾ ਕੰਮ ਕੀਤਾ ਜਿਹੜਾ ਕਿ ਸਰਕਾਰ ਨੂੰ ਇੱਕ ਸੈਕੂਲਰ ਸਰਕਾਰ ਨੂੰ ਨਹੀਂ ਸੀ ਸ਼ਾਇਦ ਕਰਨਾ ਚਾਹੀਦਾ ਚਲੋ ਅਗਲੇ ਕੁਐਸਚਨ ਤੇ ਆਪਾਂ ਆਉਣੇ ਆ ਕੁਐਸਚਨ ਕੀ ਕਹਿੰਦਾ ਹੈ ਹਾਊ ਮੈਨੀ ਸੈਂਟਰਸ ਵਰ ਐਸਟੈਬਲਿਸ਼ਡ ਬਾਈ ਦਾ ਬਾਬਾ ਰਾਮ ਸਿੰਘ ਜੀ ਕੰਦੇ ਬਾਬਾ ਰਾਮ ਸਿੰਘ ਜੀ ਨੇ ਜਦੋਂ ਕੂਕਾ ਲਹਿਰ ਨੂੰ ਅੱਗੇ ਲੈ ਕੇ ਜਾਣਾ ਸੀਗਾ ਤਾਂ ਕਿੰਨੇ ਸੈਂਟਰ ਉਹਨਾਂ ਦੁਆਰਾ ਲਾਏ ਗਏ ਸੀਗੇ 20 21 22 ਜਾਂ ਫਿਰ 24 ਸੈਂਟਰ ਲਾਏ ਗਏ ਸੀਗੇ ਕਿੰਨੇ ਬਾਬਾ ਰਾਮ ਸਿੰਘ ਜੀ ਦੇ ਦੁਆਰਾ ਹੁਣ ਬਾਬਾ ਰਾਮ ਸਿੰਘ ਜੀ ਕੌਣ ਸੀਗੇ ਕੂਕਾ ਮੂਵਮੈਂਟ ਦੇ ਫਾਊਂਡਰ ਇਹਨਾਂ ਦੇ ਨਾਮ ਦੇ ਨਾਲ ਆਪਾਂ ਇੱਕ ਹੋਰ ਨਾਮ ਪੜ੍ਹਦੇ ਜਦੋਂ ਕੂਕਾ ਮੂਵਮੈਂਟ ਜਾਂ ਕਦੇ ਨਾਮਤਾਰੀ ਮੂਵਮੈਂਟ ਦੀ ਗੱਲ ਆਉਂਦੀ ਆ ਉਹ ਵੀ ਮੈਨੂੰ ਜ਼ਰੂਰ ਦੱਸ ਦਿਓ ਕੀ ਸੀ ਉਹਨਾਂ ਦਾ ਨਾਮ ਠੀਕ ਹੈ ਤਾਂ ਜੀ ਸ਼ਾਬਾਸ਼ ਸ਼ਾਬਾਸ਼ ਕਰੋ ਕਰੋ ਲਾਈਕ ਕਰੋ ਯਾਰ ਦੇਖੋ ਹਜੇ ਵੀ ਲਾਈਕ ਹਜੇ ਵੀ ਲਾਈ ਉਹ ਆਪਾਂ 1100 ਟਪ ਮਮਾ ਡਰ ਲੱਗਦਾ ਲਾਈਕ ਕਰਦੇ ਆ ਨੂ ਯਾਰ ਲਾਈਕ ਤਾਂ ਕਰ ਦਿਆ ਕਰੋ ਐ ਨਾ ਕਰਿਆ ਕਰੋ ਇਹ ਕੋਈ ਗਲਤ ਨਹੀਂ ਸਜਣਾ ਫਿਰ ਹੈਨਾ ਇਹ ਕੋਈ ਗਲਤ ਨਹੀਂ ਸਜਣਾ ਤੇ ਆਪਸ਼ਨ ਨੰਬਰ ਸੀ ਬਿਲਕੁਲ ਸਹੀ ਹੈ ਜੀ ਕਿੰਨਾ ਕਹਿੰਦੇ ਜੀ 22 ਇਸ ਦਾ ਕਰੈਕਟ ਆਨਸਰ ਸ਼ਾਬਾਸ਼ ਬਹੁਤ ਅੱਛੇ ਬਾਈ ਬਾਈ ਦੇਖੋ ਤੁਹਾਡੀ ਮਿਹਨਤ ਤੁਹਾਨੂੰ ਨੌਕਰੀ ਦਿਵਾਊਗੀ ਤੇ ਅਸੀਂ ਨੌਕਰੀ ਲੈਣੀ ਆ 2023 ਸਾਲ ਸੁੱਕਾ ਨਹੀਂ ਜਾਣ ਦੇਣਾ ਆਪਾਂ ਪੰਜਾਬ ਦੇ ਜੇ ਸਰਕਾਰ ਨੇ ਮੌਕਾ ਦਿੱਤਾ ਨਾ ਤਾਂ ਪਿੱਛੇ ਤੁਸੀਂ ਵੀ ਨਹੀਂ ਰਹਿਣਾ ਪੂਰੇ ਤਿਆਰ ਹੋਣਾ ਨੌਕਰੀ ਲੈਣ ਦੇ ਲਈ ਜਿਹੜਾ ਜਿਹੜਾ ਸਟੂਡੈਂਟ ਕਹਿੰਦਾ ਵੀ ਇਸ ਵਾਰ ਨੌਕਰੀ ਪੱਕੀ ਆ ਆਪਣੀ ਇਸ ਵਾਰ ਨੌਕਰੀ ਪੱਕੀ ਆ ਕਿਉਂਕਿ ਨੌਕਰੀ ਸਰਕਾਰ ਨੇ ਨਹੀਂ ਦੇਣੀ ਗੱਲ ਖਾਨੇ 'ਚ ਫਿੱਟ ਕਰ ਲੋ ਨੌਕਰੀ ਲੈਣੀ ਪੈਣੀ ਤੁਹਾਨੂੰ ਨੌਕਰੀ ਲੈਣੀ ਪੈਣੀ ਆ ਤੇ ਸਰਕਾਰੀ ਨੌਕਰੀ ਲੈ ਕੇ ਆਪਣੇ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰਨ ਦਾ ਮਾਣ ਬਹੁਤ ਘੱਟ ਲੋਕਾਂ ਨੂੰ ਹੁਣ ਆ ਮਤਲਬ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਣਾ ਬਹੁਤ ਸਾਰੇ ਲੋਕਾਂ ਨੂੰ ਤੇ ਮੌਕਾ ਲੈਣਾ ਪੈਣਾ ਅੱਗੇ ਉਹ ਕਹੀ ਲੋ ਜੀ ਪੰਜਾਬ ਇਨੂੰ ਸੁਧਾਰਨ ਦੀ ਜ਼ਿੰਮੇਵਾਰੀ ਅੱਜ ਤੋਂ ਮੇਰੀ ਆ ਚਾਹੇ ਤੁਸੀਂ ਪੁਲਿਸ ਵਾਲੇ ਬਣ ਕੇ ਕਰੋ ਚਾਹੇ ਪਟਵਾਰੀ ਬਣ ਕੇ ਕਰੋ ਚਾਹੇ ਵੀਡੀਓ ਦਫ਼ਤਰ 'ਚ ਬੈਠ ਕੇ ਕਰੋ ਚਾਹੇ ਕਲਰਕ ਬਣ ਕੇ ਕਰੋ ਲੇਕਿਨ ਪੰਜਾਬ ਨੂੰ ਜੇ ਆਪਾਂ ਠੀਕ ਕਰਨਾ ਆ ਤਾਂ ਸਾਨੂੰ ਕਰਨਾ ਪੈਣਾ ਲੜਾਈ ਕੱਲੀ ਰੋਟੀ ਦੀ ਜਾਂ ਸਰਕਾਰੀ ਨੌਕਰੀ ਦੀ ਨਹੀਂ ਹੈਗੀ ਇਹ ਲੜਾਈ ਹੈਗੀ ਪੰਜਾਬ ਨੂੰ ਅੱਗੇ ਤੱਕ ਲੈ ਕੇ ਜਾਣ ਦੀ ਇਥੇ ਮੈਨੂੰ ਉਹਨਾਂ ਸਟੂਡੈਂਟ ਦੀ ਲੋੜਾ ਜਿਹੜੇ ਪ੍ਰੋਪਰਲੀ ਡੈਡੀਕੇਟਡ ਨੇ ਯਾਰ ਹਾਂ ਸਰਕਾਰੀ ਨੌਕਰੀ ਨਹੀਂ ਇਹ ਪੰਜਾਬ ਦੀ ਗੱਲ ਆ ਪੰਜਾਬ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਆ ਜੀ অপਸ਼ਨ ਨੰਬਰ ਸੀ ਇਸ ਦਾ ਕਰੈਕਟ ਆਨਸਰ ਅਗਲਾ ਕੁਐਸਚਨ ਦੇਖੋ ਦਾ ਲੈਜਿਸਲੇਟਿਵ ਅਸੈਂਬਲੀ ਆਫ ਪੰਜਾਬ ਕਹਿੰਦੇ ਜਦੋਂ ਲੈਜਿਸਲੇਟਿਵ ਅਸੈਂਬਲੀ ਪੰਜਾਬ ਦੀ ਪਹਿਲੀ ਵਾਰ ਕਦੋਂ ਬਣਾਈ ਗਈ ਸੀਗੀ ਕਿਹੜੇ ਐਕਟ ਦੇ ਅੰਡਰ ਬਣੀ ਹੈ ਕਿਹੜੇ ਐਕਟ ਦੇ ਅੰਡਰ ਬਣੀ ਹੈ ਤੁਸੀਂ ਨਾ ਕਿਤੇ ਮਹਾਰਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਕੇ ਦੇਖੋ ਤੁਹਾਨੂੰ ਲੱਗੂ ਆ ਯਾਰ ਐਡਾ ਸਾਡਾ ਪੰਜਾਬ ਤਕੜਾ ਸੀ ਇਦਾਂ ਦੀ ਆਪਣੀ ਅੱਜ ਵੀ ਆਪਾਂ ਕਹਿੰਦੇ ਸਰਦਾਰ ਪੰਜਾਬੀ ਬੰਦਾ ਪੰਜਾਬੀ ਕਹਿੰਦਾ ਖੁਸ਼ੀ ਚੜ ਜਾਂਦੀ ਯਾਰ ਅਸੀਂ ਪੰਜਾਬੀ ਆ ਹੈਨਾ ਉਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਕੁਐਸਚਨ ਦੇਖੋ ਸ਼ਾਬਾਸ਼ 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 ਕਰੋ ਬਣਾ ਸਿਕਾ ਦੇਖੋ ਆਹ ਕੁਐਸਚਨ ਥੋੜਾ ਜਿਆਦਾ ਗਲਤ ਹੋ ਰਿਹਾ ਕੋਈ ਚੱਕਰ ਨਹੀਂ ਹੁਣ ਮੈਂ ਆਨਸਰ ਦੱਸਣ ਲੱਗਾ ਸਾਰੇ ਬੱਚਿਆਂ ਨੇ ਆਨਸਰ ਕਰਨਾ 1935 ਵਿੱਚ ਯਾਦ ਆ ਮੈਂ ਦੱਸਿਆ ਸੀਗਾ ਇੱਕ ਸਟੋਰੀ ਦੇ ਵਿੱਚ ਕਿ 1937 ਦੇ ਵਿੱਚ ਪਹਿਲੀ ਵਾਰ ਪੰਜਾਬ ਪ੍ਰੋਵਿੰਸ ਦੇ ਵਿੱਚ ਸਰਕਾਰ ਬਣੀ ਸੀ ਕਿ ਉਹ ਸਰਕਾਰ ਕਿਹੜੇ ਸੀਐਮ ਸੀਗੇ ਕਿਹੜੀ ਪਾਰਟੀ ਸੀਗੀ ਇਹ ਮੈਂ ਆਲਰੇਡੀ ਪਿਛਲੀਆਂ ਕਲਾਸਾਂ ਵਿੱਚ ਕਰਾ ਚੁੱਕਾ ਆ ਜੇ ਪਿਛਲੀਆਂ ਕਲਾਸਾਂ ਨਹੀਂ ਦੇਖਿਆ ਤਾਂ ਇੱਕ ਵਾਰ ਜ਼ਰੂਰ ਦੇਖਿਓ ਅਦਰਵਾਈਜ਼ ਜਿਹੜੀ 4 ਵਜੇ ਆਪਣੀ ਮੈਰਾਥਨ ਹੋਣੀ ਆ ਸ਼ਨੀਵਾਰ ਨੂੰ ਇਹ ਸ਼ਨੀਵਾਰ ਨੂੰ ਉੱਚ ਜ਼ਰੂਰ ਆਇਓ ਤੇ ਵਾਲੀ ਕਲਾਸ ਦਾ ਟਾਈਮਿੰਗ ਕੀ ਆ ਪੂਰੇ 4 ਵਜੇ ਲੇਟ ਨਾ ਹੋਇਆ ਕਰੋ ਪੂਰੇ 4 ਵਜੇ ਕਲਾਸ ਹੁੰਦੀ ਆ ਤੁਸੀਂ ਲੇਟ ਬਿਲਕੁਲ ਵੀ ਨਹੀਂ ਹੋ ਅਗਲਾ ਕੁਐਸਚਨ ਦੇਖੋ ਜੀ ਇੱਕ ਕਲਾਸ ਦਾ ਟਾਈਮ ਹੈਗਾ 4 ਵਜੇ ਦਾ 4 ਪੀਐਮ ਇੱਕ ਆਪਣੀ ਸਵੇਰ ਨੂੰ ਕਲਾਸ ਨੇ 10:25 ਦੇ ਪਾਈਓ ਕੌਣ ਕੌਣ ਲਗਾ ਰਿਹਾ ਆ ਉਹਦੇ ਵਿੱਚ ਮੈਂ ਇੰਡੀਅਨ ਜੀਕੇ ਕਰਵਾ ਰਿਹਾ ਹਾਂ ਉਹਨਾਂ ਇੱਕ ਵਾਰ ਜੇ ਆਪਾਂ 1100 ਬੱਚੇ ਬੈਠੇ ਨਾ ਇੱਕ ਵਾਰ ਹੁਣ ਇਸ ਟਾਈਮ ਸਵਾ 1100 ਬੱਚੇ ਆ ਕੋਸ਼ਿਸ਼ ਕਰਨੀ ਆ ਵੀ ਦੋ ਦਿਨ ਲਗਾਤਾਰ 10:25 ਮਿੰਟ ਵਾਲੀ ਕਲਾਸ ਲਗਾਉਣ ਲੱਗ ਪਿਓ ਮੇਰੇ ਕਹਿਣ ਦੇ ਉੱਤੇ ਮੇਰੇ ਕਹਿਣ ਦੇ ਉੱਤੇ ਦੋ ਦਿਨ ਲਾ ਲਿਓ ਜੇ ਦੋ ਦਿਨਾਂ ਵਿੱਚ ਕਲਾਸ ਨਾ ਪਸੰਦ ਆਈ ਤਾਂ ਤੀਜੇ ਦਿਨ ਦੇਖੋ ਬਹੁਤ ਵੱਡੀ ਸਟੇਟਮੈਂਟ ਮੈਂ ਦੇਣ ਲੱਗਾ ਆ ਤੀਜੇ ਦਿਨ ਕਲਾਸ ਨੂੰ ਡਿਸਲਾਈਕ ਕਰਕੇ ਚੌਥੇ ਦਿਨ ਆयो ਨਾ ਕਲਾਸ ਦੇ ਵਿੱਚ ਜੇ ਪਸੰਦ ਆਈ ਕਿਹੜੀ 10:25 ਮਿੰਟ ਵਾਲੀ ਕਲਾਸ ਕਿਉਂਕਿ ਉਹਦੇ ਵਿੱਚ ਵੀ ਆਪਾਂ ਇੰਡੀਅਨ ਜੀਕੇ ਦੇ ਬਹੁਤ ਹੀ ਤਕੜੇ ਤਕੜੇ ਕੁਐਸਚਨ ਕੱਲੇ ਇੰਡੀਅਨ ਜੀਕੇ ਨਹੀਂ ਮਤਲਬ ਸਾਰੀ ਜੀਕੇ ਜੀਐਸ ਚਾਹੇ ਉਹ ਸਾਇੰਸ ਦਾ ਕਨਸੈਪਟ ਆ ਠੀਕ ਹੈ ਨਾ ਚਾਹੇ ਉਹ ਮੰਨ ਲਓ ਕੋਈ ਮੰਨ ਜੀਓਗ੍ਰਾਫੀ ਨੂੰ ਲੈ ਕੇ ਆ ਹਿਸਟਰੀ ਨੂੰ ਪੋਲਿਟੀ ਨੂੰ ਜਿਸ ਵੀ ਤਰ੍ਹਾਂ ਦਾ ਕਨਸੈਪਟ ਹੋਊਗਾ ਉਹ ਸਾਰੇ ਸਾਨੂੰ ਇਸ ਕਨਸੈਪਟ ਇੱਥੇ ਮਿਲਦੇ ਨੇ ਤਾਂ ਇੱਕ ਵਾਰ ਮੇਰੇ ਕਹਿੰਦੇ ਦੋ ਦਿਨ ਲਾ ਲਿਓ ਟੀਚਰ ਕਹਿੰਦਾ ਨਹੀਂ ਹੁੰਦਾ ਮੇਰੀ ਕਲਾਸ ਉਹ ਕੋਕਾ ਵੈਸੇ ਨਾ ਆਇਓ ਮੈਂ ਕਹਿੰਦਾ ਡਿਸਲਾਈਕ ਕਰਕੇ ਜਾ ਕੇ ਆਇਓ ਜੇ ਕਲਾਸ ਪਸੰਦ ਨਾ ਆਈ ਤੇ ਆਨਸਰ ਕੀ ਦੇ ਵਿੱਚ ਉੜੀਸਾ ਕਿਹੜਾ ਕਿਹੜਾ ਆਊਗਾ ਹੁਣ ਕੱਲ ਤੋਂ ਪੱਕਾ ਦੱਸੋ ਇਸ ਕਲਾਸ ਨੂੰ ਕਿਹੜਾ ਕਿਹੜਾ ਆਊਗਾ ਜੀ ਜ਼ਰੂਰ ਪਹੁੰਚਿਓ ਭਾਈ ਇਹਦੇ ਵਿੱਚ ਵੀ ਆਪਣਾ ਹੀ ਫਾਇਦਾ ਹੈ ਕੁਐਸਚਨ ਕੀ ਆਪਣੇ ਕੋਲ ਕੀ ਆ ਵਟ ਟਾਈਪ ਆਫ ਫਾਰਮਿੰਗ ਇਜ਼ ਮੋਸਟ ਪ੍ਰੈਕਟਿਸਡ ਇਨ ਪੰਜਾਬ ਪੰਜਾਬ ਦੇ ਵਿੱਚ ਕਿਹੜੇ ਤਰ੍ਹਾਂ ਦੀ ਫਾਰਮਿੰਗ ਹੁੰਦੀ ਹੈ ਐਕਸਟੈਂਸਿਵ ਫਾਰਮਿੰਗ ਇੰਟੈਂਸਿਵ ਫਾਰਮਿੰਗ ਸਬਸਿਸਟੈਂਟ ਫਾਰਮਿੰਗ ਜਾਂ ਫਿਰ ਡਰਾਈ ਫਾਰਮਿੰਗ ਜਾਵੇਂ ਡਰਾਈ ਫਾਰਮਿੰਗ ਪੰਜਾਬ ਦੇ ਵਿੱਚ ਕਿਹੜੇ ਤਰ੍ਹਾਂ ਦੀ ਫਾਰਮਿੰਗ ਹੁੰਦੀ ਹੈ ਦੱਸੋ ਕਿਹੜੀ ਹੁੰਦੀ ਹੈ ਐਕਸਟੈਂਸਿਵ ਦੇ ਵਿੱਚ ਕੀ ਹੁੰਦਾ ਹੈ ਮਤਲਬ ਵੱਡੇ ਵੱਡੇ ਫਾਰਮ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਕੰਪੈਨਾਂ ਤਕੜੀਆਂ ਤਕੜੀਆਂ ਵੱਡੇ ਵੱਡੇ ਟਰੈਕਟਰ ਹੈਗੇ ਨੇ ਜ਼ਮੀਨਾਂ ਖੁੱਲੀਆਂ ਨੇ ਉਹ ਵਾਲੀ ਹੁੰਦੀ ਐਕਸਟੈਂਸਿਵ ਇੰਟੈਂਸਿਵ ਦਾ ਮਤਲਬ ਹੁੰਦਾ ਕਿ ਜ਼ਮੀਨਾਂ ਸਾਡੇ ਕੋਲੇ ਥੋੜੀਆਂ ਘੱਟ ਨੇ ਲੇਕਿਨ ਟੈਕਨੋਲੋਜੀ ਹੈਗੀ ਲੇਕਿਨ ਜ਼ਿਆਦਾ ਵੱਡੀ ਟੈਕਨੋਲੋਜੀ ਨਹੀਂ ਕਿ ਠੀਕ ਠਾਕ ਜਿਵੇਂ 855 ਟਰੈਕਟਰ ਰੱਖਿਆ ਹੋਇਆ ਆ ਹਾਂ ਜੌਂਡੀਅਰ ਵੱਡਾ ਨਹੀਂ ਹੈਗਾ 200 ਹਾਰਸ ਪਾਵਰ ਵਾਲਾ ਨਹੀਂ ਹੈਗਾ ਕੰਪੈਨ ਹੈਗੀ ਠੀਕ ਠਾਕ ਲੇਕਿਨ ਬਾੜੀ ਵੱਡੀ ਨਹੀਂ ਹੈਗੀ ਠੀਕ ਠੀਕ ਜੀ ਆ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਟੈਕਨੋਲੋਜੀ ਅਸੀਂ ਯੂਜ਼ ਕਰਦੇ ਆ ਸਾਡੇ ਕੋਲ ਟੈਕਨੋਲੋਜੀ ਹੈਗੀ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਟੈਕਨੋਲੋਜੀ ਐਕਸਟੈਂਸਿਵ ਮਤਲਬ ਐਕਸਟੈਂਸਿਵ ਬਹੁਤ ਵੱਡੇ ਲੈਵਲ ਤੇ ਇੰਟੈਂਸਿਵ ਮਤਲਬ ਥੋੜੇ ਜਿਹੇ ਏਰੀਆ ਵਿੱਚ ਬਹੁਤ ਚੰਗੇ ਤਰ੍ਹਾਂ ਖੇਤੀ ਕਰਨੀ ਤੇ ਜੇ ਗੱਲ ਕਰਾਂ ਸਬਸਿਸਟੈਂਸ ਫਾਰਮਿੰਗ ਇੱਥੇ ਹੁੰਦਾ ਕਿ ਵਿਦਆਊਟ ਐਨੀ ਟੈਕਨੋਲੋਜੀ ਟੈਕਨੋਲੋਜੀ ਸਾਡੇ ਕੋਲ ਨਹੀਂ ਹੈਗੀ ਬਸ ਓਨਾ ਕੁ ਖਾਣੇ ਆ ਵੀ ਘਰ ਦਾ ਸਰਜ ਹੈ ਕਾਰ ਦਾ ਸਰਜ ਹੁਣ ਦੱਸੋ ਪੰਜਾਬ ਦੇ ਵਿੱਚ ਕਿਹੜੀ ਖੇਤੀ ਹੁੰਦੀ ਆ ਹੈਗੇ 855 ਕਹਿੰਦੇ ਹੈਗਾ ਜੀ অপਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਇੰਟੈਂਸਿਵ ਫਾਰਮਿੰਗ ਥੋੜੇ ਜਿਹੇ ਏਰੀਆ ਵਿੱਚ ਵੀ ਚੰਗੀ ਤਰ੍ਹਾਂ ਖੇਤੀ ਕਰਨੀ ਥੋੜੇ ਜਿਹੇ ਏਰੀਆ ਵਿੱਚ ਚਾਹੇ ਕਿੱਲੇ ਦੋ ਕਿੱਲੇ ਆ ਪਰ ਇੰਨੀ ਵਧੀਆ ਉੱਥੇ ਖੇਤੀ ਕਰ ਲੈਣੀ ਸਬਜ਼ੀਆਂ ਲਾ ਲਈਆਂ ਜਾਂ ਆਪਾਂ ਉਹ ਹੁੰਦਾ ਨਾ ਪਾਲਕ ਕਵਰ ਜਿਹਾ ਉਹ ਲਾ ਲੈਨੇ ਆ ਪੋਲੀ ਸ਼ੈਡ ਪਾ ਕੇ ਟੈਕਨੋਲੋਜੀ ਹੈਗੀ ਸਾਡੇ ਕੋਲ ਟਰੈਕਟਰ ਹੈਗੇ ਨੇ ਇੱਥੇ ਤਾਂ ਕੁਝ ਨਹੀਂ ਹੈਗਾ ਸਬਸਿਸਟੈਂਸ ਦੇ ਵਿੱਚ ਸਬਸਿਸਟੈਂਸ ਦੇ ਵਿੱਚ ਜਿਹੜੀ ਆਪਾਂ ਖੇਤੀ 1947 ਵੇਲੇ ਕਰਦੇ ਸੀਗੀ ਉਹ ਹੁੰਦੀ ਆ ਯਾਦ ਰੱਖੋ ਜੀ ਸਬਸਿਸਟੈਂਸ ਕਿਹੜੀ ਆ 1947 ਵੇਲੇ ਦੀ ਇੰਟੈਂਸਿਵ ਜਿਹੜੀ ਯੂ ਐਸਏ ਕੈਨੇਡਾ 'ਚ ਹੁੰਦੀ ਆ ਹੁਣ ਦੇਖੋ ਇਮਰਜੀਨੇਸ਼ਨ ਬਣ ਰਹੀ ਆ ਤੇ ਇੰਟੈਂਸਿਵ ਦੇ ਵਿੱਚ ਜਿਹੜੀ ਆਪਣੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਹੁੰਦੀ ਇਹਨੂੰ ਅਸੀਂ ਕਹਿੰਦੇ ਆ ਇੰਟੈਂਸਿਵ ਫਾਰਮਿੰਗ ਚੱਲੀਏ ਅੱਗੇ ਦੰਨ ਹੈ ਜੀ ਸਗੋਂ ਸਿੱਖਣ ਨੂੰ ਮਿਲਿਆ ਇੱਕ ਗੱਲ ਮੈਂ ਕਹਿਣਾ ਹੁੰਨਾ ਤੁਸੀਂ ਆਪਦੀ ਨੌਲੇਜ ਨੂੰ ਪੇਪਰ 'ਚ ਯੂਜ਼ ਕਰਨਾ ਜਿਹੜੀ ਤੁਹਾਨੂੰ ਪਤਾ ਬਸ ਇਹ ਆ ਵੀ ਐਗਜ਼ਾਮੀਨਰ ਨੇ ਪੁੱਛਣੀਆਂ ਉਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਬਟ ਉਹਨੇ ਤੁਹਾਨੂੰ ਕਮਾ ਕੇ ਪੁੱਛ ਲੈਣੀਆਂ ਅਸੀਂ ਵੈਸੇ ਟੈਨਸ਼ਨ ਜਿਹੇ ਦੇ ਕਿ ਉਹ نو ਇਹ ਕੀ ਹੋ ਗਿਆ ਆ ਤਾਂ ਪਤਾ ਹੀ ਸੀ ਸਾਰਿਆਂ ਨੂੰ ਲੇਕਿਨ ਫਿਰ ਵੀ ਅਸੀਂ ਗਲਤ ਕੀਤਾ ਕੋਈ ਚੱਕਰ ਨਹੀਂ ਯਾਰ ਇੱਥੇ ਗਲਤ ਕਰ ਲਓ ਪੇਪਰ 'ਚ ਗਲਤ ਨਹੀਂ ਕਰਨਾ ਮੈਂ ਬਾਰ ਬਾਰੀ ਗੱਲ ਕਹਿੰਦਾ ਹਾਂ ਅਗਲਾ ਕੁਐਸਚਨ ਦੇਖੋ ਪੀ ਬੀ ਆਈ ਪੀ ਵਾਸ ਕ੍ਰੀਏਟਿਡ ਬਾਈ ਦਾ ਪੰਜਾਬ ਗਵਰਨਮੈਂਟ ਕਹਿੰਦੇ ਪੰਜਾਬ ਗਵਰਨਮੈਂਟ ਨੇ ਇੱਕ ਬਣਾਇਆ ਆ ਪੀ ਬੀ ਆਈ ਬੀ ਆਈ ਪੀ ਇਹਦਾ ਕੰਮ ਕੀ ਦੱਸੋ ਜੀ ਇਹਦੀ ਫੁੱਲ ਫਾਰਮ ਦੱਸੋ ਚੱਕੋ ਕੁਐਸਚਨ ਚ ਆ ਗਿਆ ਡਰਾਈ ਫਾਰਮਿੰਗ ਦਾ ਮਤਲਬ ਹੁੰਦਾ ਕਿ ਜਿੱਥੇ ਸਾਡੇ ਕੋਲੇ ਜ਼ਿਆਦਾ ਇਰੀਗੇਸ਼ਨ ਦੀ ਫੈਸਿਲਿਟੀ ਨਾ ਹੋਵੇ ਉਹਨੂੰ ਅਸੀਂ ਡਰਾਈ ਫਾਰਮਿੰਗ ਕਹਿੰਦੇ ਆ ਕਰੋ ਕਰੋ ਸ਼ਾਬਾਸ਼ ਕੁਐਸਚਨ ਦਾ ਆਨਸਰ ਕਰੋ ਕਰੋ ਜੀ ਕਰੋ ਕਰੋ ਰੈਗੂਲਰਲੀ 4 ਵਜੇ ਆਇਆ ਕਰੋ ਕਨ ਵਿੱਚ ਐਗਰੀਕਲਚਰ ਦੇ ਕੁਸ਼ਨ ਦੇਖਣ ਨੂੰ ਮਿਲਦੇ ਨੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੇ ਜਿਹੜੀ ਸ਼ਨੀਵਾਰ ਨੂੰ 4 ਵਜੇ ਕਲਾਸ ਹੋਣੀ ਹੈ ਉਹ ਯਾਦਗਾਰ ਕਲਾਸ ਹੋਊਗੀ ਬਹੁਤ ਇੰਪੋਰਟੈਂਟ ਕਲਾਸ ਹੋਣ ਜਾ ਰਹੀ ਹੈ ਆਨਸਰ ਕੀ ਹੈ ਸਾਡੇ ਕੋਲੇ অপਸ਼ਨ ਨੰਬਰ A ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਕੀ ਹੈ ਜੀ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਆ ਨਾਟ ਪਾਰਟਨਰਸ਼ਿਪ অপਸ਼ਨ ਨੰਬਰ A ਇਹ ਮੈਂ ਅੱਗੇ ਵੀ ਕਰਾਇਆ ਫਿਰ ਦੁਬਾਰਾ ਲੈ ਕੇ ਆਂਦਾ ਪਹਿਲਾਂ ਅਸੀਂ ਸਹੀ ਕੀਤਾ ਸੀਗਾ ਹੁਣ ਗਲਤ ਕੀਤਾ ਆ ਇਹ ਕੋਈ ਗਲਤ ਨਹੀਂ ਸੱਜਣਾ ਗਲਤ ਕਰਨਾ ਸਵਾਲ ਮਸਲੇ ਦਾ ਹਲਤ ਨਹੀਂ ਸੱਜਣਾ ਵਿੱਚ ਸੂਫੀਜ਼ ਦਰਗਾਹ ਇਜ਼ਾਟ ਅਜਮੇਰ ਅਜਮੇਰ ਦੇ ਵਿੱਚ ਕਿਹੜੇ ਸੂਫੀ ਦੀ ਦਰਗਾਹ ਸਾਨੂੰ ਦੇਖਣ ਨੂੰ ਮਿਲਦੀ ਹੈ ਬਾਬਾ ਫਰੀਦ ਜੀ ਦੀ ਕুতਬਦੀਨ ਬਖਤਿਆਰ ਕਾਕੀ ਜੀ ਦੀ ਮੋਇਮਦੀਨ ਚਿਸ਼ਤੀ ਜੀ ਦੀ ਜਾਂ ਫਿਰ ਖਵਾਜਾ ਬਹਿਉਦੀਨ ਦੀ ਹਾਂਜੀ ਕਿਹਦਾ ਜੀ ਅਗਲ ਯਾਦ ਰੱਖਿਓ ਮਿੱਤਰੋ ਜਿਹੜੇ ਆਨਸਰ ਕਰ ਰਹੇ ਹੋ ਨਾ ਹੁਣ ਭਾਵੇਂ ਹੱਥ ਥੱਕ ਜਾਣ ਪਰ ਮੁੜਕੇ ਵਧਾਈਆਂ ਲੈਂਦਿਆਂ ਦੇ ਕੰਨ ਨਹੀਂ ਥੱਕਣੇ ਯਾਦ ਰੱਖਿਓ ਇੰਨੀਆਂ ਵਧਾਈਆਂ ਮਿਲਣੀਆਂ ਵਿਵਾਹ ਜੀ ਵਾ ਫਲਾਨਿਆਂ ਦਾ ਮੁੰਡਾ ਫਲਾਨਿਆਂ ਦੀ ਕੁੜੀ ਇੰਨੇ ਸਿਆਣੇ ਅੱਜ ਤੱਕ ਸਾਨੂੰ ਹਨਾ ਮਾਪਿਆਂ ਦੇ ਨਾਮ ਨਾਲ ਜਾਣਦੇ ਆ ਵੀ ਕੌਣ ਆ ਤੂੰ ਮੈਂ ਜੀ ਫਲਾਨਿਆਂ ਦਾ ਮੁੰਡਾ ਆ ਐਦਾਂ ਹੀ ਕਹਿੰਦੇ ਆ ਨਾ ਜਦੋਂ ਨੌਕਰੀ ਲੱਗ ਗਈ ਨਾ ਪਟਵਾਰੀ ਲੱਗ ਗਈ ਉਹ ਮਾਪਿਓ ਦੇ ਲਈ ਇੱਕ ਬੜੇ ਮਾਣ ਵਾਲੀ ਗੱਲ ਹੁੰਦੀ ਆ ਵੀ ਕਿਹਨਾਂ ਦਾ ਮੁੰਡਾ ਕੌਣ ਆ ਜੀ ਇਹ ਉਹਦਾ ਡੈਡੀ ਆ ਜਿਹੜਾ ਪਟਵਾਰੀ ਲੱਗਾ ਹੈਨਾ ਤੁਹਾਡਾ ਨਾਮ ਲੈ ਕੇ ਕਹਿਣਗੇ ਕਿ ਉਹਦਾ ਡੈਡੀ ਉਹਦੀ ਮੰਮੀ ਆ ਜਿਹੜਾ ਹੁਣੇ-ਹੁਣੇ ਪਟਵਾਰੀ ਲੱਗਾ ਆ ਇਹ ਕਿਸਮਤ ਵਾਲੇ ਬੱਚੇ ਆ ਗਿਫਟ ਇਦਾਂ ਦਾ ਆਪਣੇ ਮਾਪਿਆਂ ਨੂੰ ਦਿੰਦੇ ਨੇ ਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਇਹ ਗਿਫਟ ਆਪਦੇ ਮਾਪਿਆਂ ਨੂੰ ਦੇਣਾ ਕਿ ਇਹ ਉਹਨਾਂ ਦਾ ਡੈਡੀ ਆ ਜਿਹੜੇ ਹੁਣੇ-ਹੁਣੇ ਪਟਵਾਰੀ ਲੱਗੇ ਨੇ ਤੇ ਲੋ ਜੀ ਆਨਸਰ ਬਹੁਤ ਹੀ ਈਜ਼ੀ ਹੈ ਸਾਡੇ ਕੋਲੇ ਮੁਇਮਦਿਨ ਚਿਸਤੀ ਕਿੱਥੇ ਹੈ ਜਿਹੜਾ ਦਰਗਾਹ ਹੈ ਜਮੇਰ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਅਗਲਾ ਕੁਐਸਚਨ ਹੂ ਵਾਸ ਦਾ ਗਵਰਨਰ ਆਫ ਦਾ ਪੰਜਾਬ ਐਟ ਦਾ ਟਾਈਮ ਆਫ ਦਾ ਐਡਵੈਂਟ ਆਫ ਦਾ ਗ੍ਰੀਨ ਰੈਵੋਲੂਸ਼ਨ ਇਨ ਪੰਜਾਬ ਕਹਿੰਦੇ ਜਦੋਂ ਪੰਜਾਬ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਸੀ ਉਸ ਟਾਈਮ ਤੇ ਗਵਰਨਰ ਕੌਣ ਸੀਗੇ ਪੰਜਾਬ ਦੇ ਕੌਣ ਸੀਗੇ ਗਵਰ ਪੰਜਾਬ ਦੇ ਗਵਰਨਰ ਕੌਣ ਸੀਗੇ ਹੁੰਦਾ ਨਾ ਵੈਸੇ ਕਿ ਹਾਂ ਯਾਰ ਵੀ ਕਹਿਣ ਕਰ ਦੇ ਬਸ ਕਰੋ ਜੀ ਕਰੋ ਆਨਸਰ ਕਿ ਆ ਸਾਡੇ ਕੋਲੇ ਕੌਣ ਸੀਗੇ ਏ ਬੀ ਸੀ ਡੀ ਹੁਣ ਕਦੋਂ ਦੀ ਗੱਲ ਆ ਦੇਖੋ ਗ੍ਰੀਨ ਰੈਵਿਊਲੂਸ਼ਨ ਕਦੋਂ ਆਇਆ ਸੀਗਾ 1966 67 ਦੀ ਗੱਲ ਆ ਹੈਨਾ 1966 67 ਦੀ ਗੱਲ ਆ ਇਹਨਾਂ ਮੈਨੂੰ ਪਤਾ ਕਿ ਜਦੋਂ 1 ਨਵੰਬਰ 1966 ਨੂੰ ਪੰਜਾਬ ਬਣਿਆ ਸੀਗਾ ਉਦੋਂ ਸਾਡੇ ਪਹਿਲੇ ਗਵਰਨਰ ਕੌਣ ਬਣੇ ਸੀਗੇ ਧਰਮਵੀਰ ਆ ਤੇ ਆਪਸ਼ਨ ਨੰਬਰ ਕਿ ਹੋਊਗਾ ਧਰਮਵੀਰ ਆਊਗਾ ਨਾ ਆਪਸ਼ਨ ਨੰਬਰ ਬੀ ਲੌਜੀਕ ਵੀ ਲਉਣਾ ਹੋਵੇ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਲੱਗ ਸਕਦਾ ਹੈ ਅਗਲਾ ਕੁਐਸਚਨ ਸਾਡੇ ਕੋਲ ਕੀ ਕਹਿੰਦਾ ਆ ਵਿਚ ਇੰਡੀਅਨ オリジン सिख ਇਹਨਾਂ ਵਿੱਚੋਂ ਕਹਿੰਦੇ ਕਿਹੜੇ ਇੰਡੀਅਨ オリジン ਸਿੱਖ ਵੂਮਨ ਹੈ ਜਿਹੜੀ ਕਿ ਬਿਕਮ ਹੁਣੇ-ਹੁਣੇ ਪਹਿਲੀ ਫੀਮੇਲ ਸਿੱਖ ਜੱਜ ਬਣੀ ਹੈ ਯੂਐਸਏ ਦੇ ਵਿੱਚ ਲੋਜੀ ਆਹ ਤਾਂ ਕੁਐਸਚਨ ਸਿਰੇ ਹੀ ਹੋਊਗਾ ਹੁਣ ਇਹ ਕੁਐਸਚਨ ਕਿਉਂਗਾ ਸਿਰੇ ਹੋਊਗਾ ਵੀ ਪਹਿਲੀ ਕਿਹੜੀ ਵੂਮਨ ਹੈ ਜਿਹੜੀ ਕਿ ਸਿੱਖ ਵੂਮਨ ਸਿੱਖ ਜਿਹੜੀ ਕਿ ਯੂਐਸਏ ਵਿੱਚ ਜੱਜ ਬਣੀ ਹੈ ਲੌਜੀ ਕਰੋ ਇਸ ਕੁਐਸਚਨ ਦਾ ਆਨਸਰ ਕਰੋ ਜੀ ਸ਼ਾਬਾਸ਼ ਸ਼ਾਬਾਸ਼ ਆਨਸਰ ਕੀ ਸਾਡੇ ਕੋਲੇ অপਸ਼ਨ ਨੰਬਰ ਏ ਮਨਪ੍ਰੀਤ ਮੋਨਿਕਾ ਸਿੰਘ ਇਸ ਦਾ கரੈਕਟ ਆਨਸਰ ਮਨਪ੍ਰੀਤ ਮੋਨਿਕਾ ਸਿੰਘ ਆ ਲੋ ਜੀ ਇਹ ਨੇ ਸਾਡੇ ਕੋਲੇ ਕਹਿੰਦੇ ਜਿਹੜੇ ਜੱਜ ਬਣੇ ਨੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਇੱਕ ਵਗਾਨੀ ਧਰਤੀ ਤੇ ਜਾ ਕੇ ਵੀ ਐਡੀ ਮਿਹਨਤ ਕਰਦੇ ਦੇਖੋ ਐਦਾਂ ਜਦੋਂ ਅਸੀਂ ਬਾਹਰ ਜਾਂਦੇ ਆ ਤਾਂ ਫੇਰ ਖੁਸ਼ੀ ਵਾਲੀ ਗੱਲ ਆ ਨਾ ਆ ਤਾਂ ਮਾਣ ਮਹਿਸੂਸ ਆ ਵੀ ਹੁਣ ਦੇਖੋ ਪੂਰੀ ਦੁਨੀਆ ਚ ਫੈਲਿਆ ਨਾ ਵੀ ਅੱਛਾ ਇਹ ਪੰਜਾਬੀ ਨੇ ਸਿੱਖ ਨੇ ਹੈ ਨਾ ਇਹ ਤਾਂ ਖੁਸ਼ੀ ਵਾਲੀ ਗੱਲ ਆ ਤੇ ਇਸ ਖੁਸ਼ੀ ਦੇ ਵਿੱਚ ਆਪਾਂ ਨੂੰ ਸ਼ਰੀਕ ਹੋਣਾ ਚਾਹੀਦਾ ਤੇ ਇਹਨਾਂ ਦੇ ਨਾਂ ਤੇ ਤਾੜੀਆਂ ਬਣਨੀਆਂ ਇੱਕ ਵਾਰ ਤਾੜੀਆਂ ਤਾਂ ਬਣਦੀਆਂ ਹੀ ਨੇ ਲੋ ਜੀ ਅ ਟਾਈਮ ਕਾਫੀ ਹੋ ਚੁੱਕਾ ਹੁਣ ਮੇਰੀ ਪੇਡ ਕਲਾਸ ਹੋ ਜਾਏਗੀ ਇੱਕ ਦੋ ਗੱਲਾਂ ਤੁਹਾਨੂੰ ਮੈਂ ਦੱਸ ਕੇ ਜਾਣੀਆਂ ਨੇ ਉਹ ਕਿਹੜੀਆਂ ਨੇ ਇੱਕ ਤਾਂ ਆ ਬੱਚਿਆਂ ਦੀ ਠੀਕ ਹੈ ਹਾਲੇ ਕੁਐਸਚਨ ਹੋਰ ਵੀ ਹੈਗੇ ਨੇ ਆਪਾਂ ਕੱਲੂ ਚਲੋ ਕਰ ਲਾਂਗੇ ਇੱਕ ਵਾਰ ਤਾਂ ਆ ਬੱਚਿਆਂ ਨੂੰ ਵਧਾਈਆਂ ਇੱਕ ਵਾਰ ਹੋਰ ਦੇ ਦੋ ਜਿਨ੍ਹਾਂ ਨੇ ਸਿਲੈਕਸ਼ਨ ਲਈ ਆ ਠੀਕ ਹੈ ਇਹਨਾਂ ਨੇ ਸਿਲੈਕਸ਼ਨ ਲਈ ਆ ਅਲੱਗ-ਅਲੱਗ ਪੇਪਰਾਂ ਵਿੱਚ ਫੋਰੈਸਟ ਗਾਰਡ ਦੇ ਵਿੱਚ ਹੁਣ ਤੁਸੀਂ ਵੀ ਦੇਖ ਮੈਂ ਇੱਕ ਗੱਲ ਨਹੀਂ ਕਹਿੰਦਾ ਕਿ ਸਾਰੇ ਬੱਚੇ ਇਥੋਂ ਪਟਵਾਰੀ ਲੱਗਣੇ ਲੇਕਿਨ ਹਾਂ ਇੱਕ ਗੱਲ ਆ ਜੇ ਤੁਸੀਂ ਲਗਾਤਾਰ ਜੁੜੇ ਰਹੋਗੇ ਨਾ ਆਪਣੇ ਨਾਲ ਇੱਕ ਗੱਲ ਦਾ ਮੈਂ ਤੁਹਾਨੂੰ ਵਾਅਦਾ ਕਰਕੇ ਜਾਂਦਾ ਕਿ ਤੁਸੀਂ 202 ਜੇ ਲਈ ਆਪਾਂ ਮਿਹਨਤ ਕਰ ਲਾਂਗੇ ਕਈ ਵਾਰ ਕਹਿੰਦਾ ਵੀ ਦੇਣੀ ਹੁੰਦਾ ਪਟਵਾਰੀ ਵਾਲਾ ਦਿਨ ਆਪਣਾ ਨਾ ਹੋਵੇ ਕੀ ਬਦ ਪੁਲਿਸ ਵਾਲਾ ਆਪਣਾ ਦਿਨ ਹੋਵੇ ਵੀਡੀਓ ਵਾਲਾ ਆਪਣਾ ਦਿਨ ਹੋਵੇ ਕਲਰਕ ਵਾਲਾ ਆਪਣਾ ਦਿਨ ਹੋਵੇ ਐਕਸਾਈਜ਼ ਇੰਸਪੈਕਟਰ ਵਾਲਾ ਆਪਣਾ ਦਿਨ ਹੋਵੇ ਜਾਂ ਫਿਰ ਨਾਇਬ ਤਹਿਸੀਲਦਾਰ ਆਪਣਾ ਦਿਨ ਹੋਵੇ ਦਿਨ ਹੋਊਗਾ ਆਪਣਾ ਇੱਕ ਦਿਨ ਲੇਕਿਨ ਹੋਊਗਾ ਜ਼ਰੂਰ ਜੇ ਮਿਹਨਤ ਕਰੋਗੇ ਤਾਂ ਦਿਨ ਹੋ ਜ਼ਰੂਰ ਹੋਊਗਾ ਠੀਕ ਹੈ ਤੇ ਲਓ ਜੀ ਇਹਦੇ ਨਾਲ ਨਾਲ ਹੀ YouTube ਦੇ ਨਾਲ ਨਾਲ ਜਿਵੇਂ ਦੱਸਿਆ ਕਿ ਆਪਾਂ ਥਿਊਰੀ ਦੀਆਂ ਵੀ ਕਲਾਸਾਂ ਲੈ ਰਹੇ ਹਾਂ ਥਿਉਰੀ ਦੇ ਲਈ ਆਪਣੇ ਕੋਲੇ ਕੀ ਆ ਕਾਫੀ ਸਾਰੇ ਐਗਜ਼ਾਮ ਜੇ ਤੁਸੀਂ ਦੇ ਰਹੇ ਹੋ ਫੋਰ ਇਗਜ਼ਾਮਪਲ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਹੋ ਗਿਆ ਕਨਸਟੇਬਲ ਦਾ ਹੋ ਗਿਆ ਪੰਜਾਬ ਪਟਵਾਰੀ ਦਾ ਐਗਜ਼ਾਮ ਦੇਣਾ ਤੁਸੀਂ ਨੈਬ ਤਹਿਸੀਲਦਾਰ ਹੋ ਗਿਆ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਐਗਜ਼ਾਮ ਆਉਣ ਵਾਲਾ ਕਹਿੰਦੇ ਆਊਗਾ ਵੀਡੀਓ ਦਾ ਦੁਆਰਾ ਰੀਓਪਨ ਹੋ ਰਿਹਾ ਕਲਰਕ ਹੋ ਗਿਆ ਇਹ ਜੇ ਸਾਰੇ ਪੇਪਰ ਤੁਸੀਂ ਦੇਣੇ ਨੇ ਤਾਂ ਸਾਡੇ ਕੋਲੇ ਕੀ ਆਪਣੇ ਕੋਲੇ ਤਿਆਰੀ ਦੇ ਲਈ ਬਹੁਤ ਵਧੀਆ ਇੱਕ ਬਤਨ ਕਿ ਇੱਕ ਪੈਕੇਜ ਆਪਾਂ ਇਕੱਠਾ ਕੀਤਾ ਹੋਇਆ ਅਲੱਗ-ਅਲੱਗ ਬੈਚ ਦੇ ਵਿੱਚ ਅਲੱਗ-ਅਲੱਗ ਪੈਸੇ ਲਾਉਣ ਦੇ ਨਾਲ ਕੋਈ ਅਸੀਂ ਇੱਕ ਮਹਾ ਪੈਕ ਦੀ ਗੱਲ ਕਰਦੇ ਹੁੰਦੇ ਆ ਉਸ ਮ ਠੀਕ ਹੈ ਜੀ ਉਸ ਮਹਾਪੈਕ ਦੇ ਵਿੱਚ ਨਾ ਸਾਰੇ ਪੇਪਰਾਂ ਦੀ ਤਿਆਰੀ ਕਰਾਈ ਜਾਂਦੀ ਆ ਉਹ ਵੀ ਸਿਰਫ ਤੇ ਸਿਰਫ ਕਿੰਨੇ ਜੀ 3219 ਰੁਪਏ ਦੇ ਵਿੱਚ ਕਿੰਨੇ ਚ ਸਿਰਫ 3219 ਰੁਪਏ ਦੇ ਵਿੱਚ ਹੁਣ ਸੋਚੋ ਇੰਨੇ ਬੈਚ ਆ ਉਹਦੇ ਵਿੱਚ ਸਾਰੇ ਪਹਿਲਾਂ ਥਿਊਰੀ ਹੁੰਦੀ ਆ ਫਿਰ ਐਮਸੀਕਿਊਜ਼ ਹੁੰਦੇ ਨੇ ਇੱਕ ਇੱਕ ਇਗਜ਼ਾਮ ਦੇ ਕਿਵਰ ਚਾਰ ਚਾਰ ਪੰਜ ਪੰਜ ਬੈਚ ਵੀ ਆਉਂਦੇ ਨੇ ਬਟ ਜੇ ਤੁਹਾਡੇ ਫੋਨ ਦੇ ਵਿੱਚ ਐਪ ਇੰਸਟਾਲ ਕੀਤੀ ਜਿਹੜੀ ਮੈਂ ਸਟਾਰਟਿੰਗ ਤੇ ਦੱਸੀ ਸੀ ਕਿ ਕਿਵੇਂ ਕਰਨੀ ਆ ਉਸ ਐਪ ਰਾਹੀਂ ਜੇ ਤੁਸੀਂ ਆਪਣੇ ਐਡਮਿਸ਼ਨ ਲੈਨੇ ਹੋ ਫਿਰ 3080 ਰੁਪਏ ਮਿਲੂਗੀ ਤੇ ਇਹਦੇ ਵਿੱਚ ਡਿਸਕਾਊਂਟ ਮਿਲ ਰਿਹਾ ਜੀ ਸਾਨੂੰ ਗਾਈਡੈਂਸ ਦੀਆਂ ਕਲਾਸਾਂ ਮਿਲਣਗੀਆਂ ਜਿਵੇਂ ਮੈਂ ਇੱਥੇ ਤੁਹਾਨੂੰ ਦੱਸਦਾ ਆں ਇਦਾਂ ਹੋਰ ਵੀ ਕਾਫੀ ਸਾਰੀਆਂ ਵਧੀਆ-ਵਧੀਆ ਗੱਲਾਂ ਤੁਹਾਨੂੰ ਮੈਂ ਕਲਾਸ ਦੇ ਵਿੱਚ ਵੀ ਦੱਸਦਾ ਰਹੂੰਗਾ ਕਿਵੇਂ ਸਿਲੈਕਸ਼ਨ ਲੈਣੀ ਹੈ ਮੋਸਟ ਆਪਣਾ ਫੋਕਸ ਕਿੱਦਾਂ ਦਾ ਸਿਲੈਕਸ਼ਨ ਦੇ ਉੱਤੇ ਪਲਾਨਿੰਗ ਕਰਦੇ ਆ ਵੀ ਕਿਸ ਤਰੀਕੇ ਨਾਲ ਆਪਣੀ ਸਿਲੈਕਸ਼ਨ ਹੋ ਸਕਦੀ ਆ ਇਹ ਸਾਰਾ ਕੁਝ ਮਿਲੂਗਾ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਇੱਕ ਡਿਸਕਾਊਂਟ ਕੋਡ ਯੂਜ਼ ਕਰਕੇ Y565 ਕਿਹੜਾ ਜੀ Y565 ਹੁਣ ਹੁਣ ਅਸੀਂ ਕੀ ਦੇਖਣਾ ਜੀ ਹੁਣ ਆਪਾਂ ਦੇਖਣਾ ਆ ਕਿਵੇਂ ਅਸੀਂ ਇਹਦੇ ਵਿੱਚ ਐਡਮਿਸ਼ਨ ਲੈ ਸਕਦੇ ਆ ਸਿੰਪਲ ਆ ਜੀ ਗੂਗਲ ਤੇ ਜਾਣਾ ਸੀ ਗੂਗਲ ਤੇ ਜਾਣਾ ਆਪਾਂ ਜੇ ਐਪ ਹੈਗੀ ਆ ਤਾਂ ਐਪ ਵੀ ਬਹੁਤ ਵਧੀਆ ਚੀਜ਼ ਜਿਹੜੀ ਮੈਂ ਦੱਸ ਚੁੱਕਾ ਤੁਹਾਨੂੰ ਗੂਗਲ ਤੇ ਆ ਕੇ ਸਰਚ ਕਰਨਾ ਪੰਜਾਬ ਮਹਾਪੈਕ ਸਰਚ ਕਰਕੇ ਪੰਜਾਬ ਮਹਾਪੈਕ ਦੇ ਉੱਤੇ ਓਕੇ ਕੀਤਾ ਓਕੇ ਕਰਨ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਸਕਰੋਲ ਡਾਊਨ ਸਕਰੋਲ ਡਾਊਨ ਕਰਕੇ ਸਾਡੇ ਕੋਲ ਇੱਥੇ ਆ ਗਿਆ 3499 ਰੁਪਏ ਲੇਕਿਨ ਮੈਂ ਕਿਹਾ ਕਿ ਨਾ ਕਿਹਾ 3290 ਰੁਪਏ ਰੀਮੂਵ ਤੇ ਓਕੇ ਕਰੋ ਰਿਮੂਵ ਤੇ ਓਕੇ ਕਰਨ ਤੋਂ ਬਾਅਦ ਇੱਥੇ ਕੂਪਨ ਕੋਡ ਲਾ ਦਿਓ ਕਿਹੜਾ Y565 ਕਿਹੜਾ ਜੀ Y565 ਜਿਵੇਂ ਹੀ ਲਾਇਆ 3219 ਰੁਪਏ ਰਹਿ ਗਿਆ ਪ੍ਰਾਈਸ ਬਟ ਮੈਂ ਫਿਰ ਤੁਹਾਨੂੰ ਕਿਹਾ ਜੇ ਤੁਸੀਂ ਡਿਸਕਾਊਂਟ ਕੋਡ ਕਿਹੜਾ ਯੂਜ਼ ਕਰਦਾ Y565 ਹੁਣ ਤੁਹਾਡੇ ਕੋਲ ਫੋਨ ਦੇ ਉੱਤੇ ਐਪ ਆ ਤੇ ਐਪ ਤੁਸੀਂ ਕਿੱਥੋਂ ਇੰਸਟਾਲ ਕਰਨੀ ਆ ਅ ਜਿਹੜੀ ਮੈਂ ਦੱਸੀ ਵੀਡੀਓ ਆਪਣੀ ਚੱਲ ਰਹੀ ਹੈ ਥੱਲੇ ਦੇਖਿਓ ਇੱਥੇ ਲਿਖਿਆ ਸਾਡੇ ਕੋਲੇ ਅੱਡਾ ਦੀ ਐਪ ਫਤਿਹ ਸਰ ਲਿਖਿਆ ਤੇ ਓਕੇ ਕਰੋ ਐਪ ਚੱਲ ਜੂਗੀ ਜੇ ਤੁਸੀਂ ਇੱਥੇ ਜਾ ਕੇ ਆਪ ਦੇ ਉੱਤੇ ਫਿਰ ਯੂਜ਼ ਡਿਸਕਾਊਂਟ ਕੋਡ ਯੂਜ਼ ਕਰਨਾ Y565 ਉੱਥੇ ਲਿਖੋ ਨਾ ਰਿਮੂਵ ਪਹਿਲਾਂ 3499 ਰੁਪਏ ਪ੍ਰਾਈਸ ਹੋਊਗਾ ਉਹਨੂੰ ਹਟਾ ਕੇ ਰਿਮੂਵ ਕਰ ਦਿਓ ਰਿਮੂਵ ਕਰਕੇ Y565 ਲਾ ਦਿਓ ਤੇ Y565 ਲਾ ਕੋਇਨਸ ਮਿਲਣਗੇ ਉਹ ਅਪਲਾਈ ਕਰ ਦਿਓ ਤਾਂ ਇਹ 3080 ਦਾ ਮਿਲੂਗਾ ਇਹਦੇ ਨਾਲ ਨਾਲ ਜਿਹੜੀ ਮੈਂ ਮੈਰਾਥਨ ਦੱਸੀ ਇਹਨਾਂ ਦੇਖੋ ਆਪਣੀ ਮੈਰਾਥਨ ਦਾ ਲਿੰਕ ਬਣ ਚੁੱਕਾ ਆ ਆ ਰਹੀ ਆਪਣੀ ਵਾਲੀ ਪੰਜਾਬ ਪਟਵਾਰੀ ਵਾਲੀ ਮੈਰਾਥਨ ਜਿਹੜੀ ਲੱਗਣੀ ਹੈ ਆਪਣੀ ਸ਼ਨੀਵਾਰ ਨੂੰ ਇਹਨੂੰ ਲਾਈਕ ਜ਼ਰੂਰ ਕਰ ਦਿਓ ਇੱਥੋਂ ਜਾ ਕੇ ਇੱਕ ਵਾਰ ਜਾ ਕੇ ਲਾਈਕ ਹੁਣੇ ਕਰ ਦਿਓ ਜਿਨ੍ਹਾਂ ਨੇ ਹਿੱਤਕ ਨੂੰ ਲਾਈਕ ਨਹੀਂ ਕੀਤਾ ਗਰੁੱਪ 'ਚ ਮੈਂ ਪਾ ਦਿੰਨਾ ਲਾਈਕ ਕਰ ਦਿਓ ਉੱਥੇ ਠੀਕ ਹੈ ਚਲੋ ਲੋ ਜੀ ਇਹ ਹੋ ਗਈ ਆਪਣੀ ਵਾਲੀ ਜਿਹੜੀ ਆ ਕਲਾਸ ਅੱਜ ਦੀ ਉਮੀਦਾਂ ਕਲਾਸ ਵਧੀਆ ਲੱਗੀ ਹੋਗੀ ਜੇ ਵਧੀਆ ਲੱਗੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਹੈਨਾ ਹਾਂ ਏਦਾਂ ਤੁਹਾਡੀ ਵੀ ਫੋਟੋ ਆਵੇ ਪਰਮਾਤਮਾ ਕਰੇ ਕਿਹਨੇ ਕਿਹਨੇ ਦਾ ਫੋਟੋ ਲੈ ਕੇ ਆਉਣੀ ਆ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਜੀ ਠੀਕ ਆ ਪੜਨ ਤੇ ਧਿਆਨ ਦੇ ਮਾਮਾ ਠੀਕ ਆ ਹਾਂ ਪੂਰਾ ਪੜਨ ਤੇ ਧਿਆਨ ਰੱਖੋ ਆਪਦਾ ਚਲੋ ਠੀਕ ਆ ਜੀ ਕੱਲ ਮਿਲਦੇ ਆਪਾਂ ਸੇਮ ਟਾਈਮ ਤੁਸੀਂ ਪਰ ਪੂਰੇ 4 ਵਜੇ ਆ ਜਾਓ ਤਦ ਤੱਕ ਦੇ ਲਈ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ